ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਸਿੱਖਾਂ ਦੀ ਚੋਣ ਸਿਆਸਤ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਦੌਰ ਦੇ ਵਿੱਚੋਂ ਲੰਘ ਰਹੀ ਹੈ ਕਈ ਤਰ੍ਹਾਂ ਦੇ ਸਮੀਕਰਨ ਬਣ ਰਹੇ ਨੇ ਅਤੇ ਕਈ ਤਰ੍ਹਾਂ ਦੇ ਪੁਰਾਣੇ ਸਮੀਕਰਨ ਟੈ ਰਹੇ ਨੇ ਮੌਜੂਦਾ ਲੋਕ ਸਭਾ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਦੇ ਆਸਾਰ ਨੇ ਇਹ ਕਿਆਸ ਲਗਾਏ ਜਾ ਰਹੇ ਨੇ ਜੇਕਰ ਇਹ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਕਿਵੇਂ ਦੀ ਰਹਿਣ ਵਾਲੀ ਹੈ ਸਿੱਖ ਜਥੇਬੰਦੀਆਂ ਦੀ ਸ਼ਮੂਲੀਅਤ ਕਿਵੇਂ ਦੀ ਰਹਿਣ ਵਾਲੀ ਹੈ ਅਤੇ ਸਿੱਖ ਚੋਣ ਸਿਆਸਤ ਦੇ ਵਿੱਚ ਭਾਗ ਲੈਣ ਵਾਲੀਆਂ ਧਿਰਾਂ ਦੀ ਸ਼ਮੂਲੀਅਤ ਕਿਵੇਂ ਦੀ ਰਹਿਣ ਵਾਲੀ ਹੈ ਤਾਂ ਕੁੱਲ ਮਿਲਾ ਕੇ ਇਸ ਸਮੇਂ ਦੇ ਪੂਰੇ ਚੋਣ ਸਮੀਕਰਨ ਦੇ ਉੱਤੇ ਅੱਜ ਅਸੀਂ ਵਿਸਤਾਰ ਪੂਰਵਕ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਜੁੜੇ ਨੇ ਭਾਈ ਪਰਮਜੀਤ ਸਿੰਘ ਆਜੀ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੰਘ ਸਾਹਿਬ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਸਿੱਖਾਂ ਦੀ ਚੋਣ ਸਿਆਸਤ ਹੈ ਸਾਡੀ ਗੱਲਬਾਤ ਆ ਜਿਹੜਾ thora ਹੈ ਉਹ ਪੰਜਾਬ ਦੇ ਸਿੱਖਾਂ ਦੇ ਉੱਤੇ ਕੇਂਦ੍ਰਿਤ ਰਹਿਣ ਵਾਲਾ ਤਾਂ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੀ ਚੋਣ ਸਿਆਸਤ ਨੂੰ ਵੋਟ ਸਿਆਸਤ ਨੂੰ ਕਿੱਥੇ ਖੜਾ ਦੇਖ ਰਹੇ ਹੋ ਕਿ ਸਿੱਖ ਵੋਟ ਸਿਆਸਤ ਦੇ ਵਿੱਚ ਕਿੱਥੇ ਖੜੇ ਨੇ ਦੇਖੋ ਪਿਛਲੇ ਸਾਰੇ ਸਮੇਂ ਦੇ ਦੌਰਾਨ ਸਿੱਖਾਂ ਦੀ ਇੱਕ ਮੌਜੂਦ ਮਜ਼ਬੂਤ ਧਿਰ ਜਿਹੜੀ ਸੀਗੀ ਚਾਹੇ ਉਹ ਸਿੱਖਾਂ ਦੇ ਹਿੱਤ ਦੇ ਵਿੱਚ ਕੰਮ ਕਰਦੀ ਹੋਵੇ ਜਾਂ ਨਾ ਕਰਦੀ ਹੋਵੇ ਸਿੱਖ ਪਛਾਣ ਨੂੰ ਲੈ ਕੇ ਚੱਲਣ ਵਾਲੀ ਇੱਕ ਧਿਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਿਗੀ ਔਰ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਉਹ ਹੋ ਰਹੀ ਹੈ ਦੂਜਾ ਇਹ ਆ ਕਿ ਵੋਟ ਸਿਆਸਤ ਦਾ ਖੇਤਰ ਇਸ ਤਰ੍ਹਾਂ ਦਾ ਰਿਹਾ ਕਿ ਜਿੱਥੇ ਸਿੱਖਾਂ ਦੇ ਵਿੱਚੋਂ ਹੀ ਸਦਾ ਇੱਕ ਤੋਂ ਵੱਧ ਦਾਵੇਦਾਰ ਰਹੇ ਆ ਪਰ ਇੱਕ ਦਾਵੇਦਾਰ ਜਿੱਦਾਂ ਆਪਾਂ ਜੇ ਨਾਂ ਲੈ ਕੇ ਗੱਲ ਕਰਨੀ ਹੋਵੇ ਤਾਂ ਬਾਦਲ ਦਲ ਜਿਹੜਾ ਆ ਉਹ ਇੰਨਾ ਜ਼ਿਆਦਾ ਮਜ਼ਬੂਤ ਪਿਛਲੇ ਸਮੇਂ ਦੇ ਦੌਰਾਨ ਰਿਹਾ ਖਾਸ ਕਰਕੇ 90ਵਿਆਂ ਦੇ ਅੰਦੇ ਤੋਂ ਬਾਅਦ 97 ਤੋਂ ਬਾਅਦ ਕਿ ਬਾਕੀ ਕੋਈ ਵੀ ਉਹਦੇ ਮੁਕਾਬਲੇ ਦੇ ਉੱਪਰ ਗਿਣਤੀ ਦੇ ਵਿੱਚ ਜਾਂ ਮੁਕਾਬਲੇ ਦੇ ਵਿੱਚ ਨਹੀਂ ਸਿਮੰਨੇ ਜਾਂਦੇ ਪਰ ਹੁਣ ਦੇ ਸਮੇਂ ਦੇ ਵਿੱਚ ਇਹ ਹਾਲਾਤ ਜਿਹੜੇ ਆ ਉਹ ਨਹੀਂ ਰਹੇ ਖਾਸ ਕਰਕੇ 2014 ਤੋਂ ਬਾਅਦ ਹੀ ਤੇ 2015 ਤੋਂ ਬਾਅਦ ਪ੍ਰਤੱਖ ਰੂਪ ਦੇ ਵਿੱਚ ਇਹ ਸਥਿਤੀ ਜਿਹੜੀ ਆ ਉਹ ਪਲਟਣੀ ਸ਼ੁਰੂ ਹੋਈ ਸੋ ਜੇ ਸੰਖੇਪ ਚ ਕਹਿਣਾ ਹੋਵੇ ਕਿ ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਬਾਦਲ ਦਲ ਦੇ ਨਿਮਾਣ ਵੱਲ ਜਾਣ ਦਾ ਜਿਹੜਾ ਦੌਰ ਹੈ ਉਹ ਲਗਾਤਾਰ جاری ਹੈ ਤੇ ਇਸ ਗੱਲ ਦੀ ਕਿਆਸਰਾਈ ਜਾਂ ਉਮੀਦ ਸਪਸ਼ਟ ਨਜ਼ਰ ਆ ਰਿਹਾ ਸੀਗਾ ਕਿ ਚੋਣ ਨਤੀਜਿਆਂ ਤੋਂ ਬਾਅਦ ਇਹ ਇਸੇ ਨਿਮਾਣ ਜਿਹੜੀ ਆ ਉਹ ਜਾਰੀ ਰਹੇਗੀ ਜਿਸ ਤਰ੍ਹਾਂ ਦੋ ਉਮੀਦਵਾਰ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰਾਂ ਦੇ ਤੌਰ ਦੇ ਉੱਪਰ ਜਿੱਤੇ ਐ ਉਹਦੇ ਤੋਂ ਪੰਜਾਬ ਦੀ ਕੱਲੀ ਸਿੱਖ ਵੋਟ ਸਿਆਸਤ ਹੀ ਨਹੀਂ ਪੰਜਾਬ ਦੀ ਓਵਰਆਲ ਸਿਆਸਤ ਦੇ ਵਿੱਚ ਹੀ ਜਿਹੜੀਆਂ ਸਥਾਪਿਤ ਅਗਵਾਈ ਆ ਉਦੇ ਤੋਂ ਲੋਕਾਂ ਦੇ ਬਦਜਦ ਹੋਣ ਦਾ ਦੁਬਾਰਾ ਇਸ ਚੀਜ਼ ਨੇ ਜਿਹੜੀ ਪੁਸ਼ਟੀ ਆ ਉਹ ਕੀਤੀ ਹੈ ਤੇ ਦੂਜਾ ਇਹ ਆ ਕਿ ਇੱਕ ਜਜ਼ਬਾਤੀ ਮੋੜਾ ਉਹ ਵਕਤੀ ਹੈ ਲੰਬੇ ਸਮੇਂ ਦਾ ਆ ਕਿ ਇਸ ਤਰੀਕੇ ਦਾ ਆ ਉਹ ਮਸਲਿਆਂ ਦੇ ਵਿੱਚ ਤਬਦੀਲ ਹੋ ਪਾਂਦਾ ਆ ਮਸਲਿਆਂ ਨੂੰ ਸਪੋਰਟ ਦੇਣ ਦੇ ਵਿੱਚ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਜਜ਼ਬਾਤੀ ਮੋੜਾ ਜਿਹੜਾ ਸਿੱਖ ਮਸਲਿਆਂ ਦੇ ਉੱਪਰ ਹੈਗਾ ਆ ਉਨੂੰ ਉਹਦੀ ਦੁਬਾਰਾ ਜਿਹੜੀ ਆ تصدیق ہوئی ہے ਸਿਮਰਨਜੀਤ ਸਿੰਘ ਮਾਨ ਹੁਣਾ ਦੀ ਜਿਹੜੀ ਸੰਗਰੂਰ ਤੋਂ ਕਿਉਂਕਿ 22 ਦੇ ਵਿੱਚ ਉਹਨਾਂ ਨੇ ਚੋਣ ਜਿਹੜੀ ਆ ਉਹ ਜਿੰਮਨੀ ਚੋਣ ਜਿੱਤੀ ਸੀਗੀ ਪਰ ਇਸ ਵਾਰ ਉਹ ਚੋਣ ہار گئے ਆ ਉਹ ਇਸ ਹਾਲਾਤ ਦੀ ساری ਅਸਥਿਰਤਾ ਨੂੰ ਵੀ ਬਿਆਨ ਕਰਦਾ ਆ ਕਿ ਇੱਥੇ ਕੋਈ ਵੀ ਇੱਕ ਨਤੀਜਾ ਜਿਹੜਾ ਆ ਆ ਉਹਨੂੰ ਤੁਸੀਂ ਚਿਰ ਸਥਾਈ ਮੰਨ ਕੇ ਨਹੀਂ ਚੱਲ ਸਕਦੇ ਕਿ 22 ਦੇ ਵਿੱਚ ਚੋਣ ਜਿੱਤੇ ਪਰ 24 ਦੇ ਵਿੱਚ ਉਹ ਮਤਲਬ ਮੁਕਾਬਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਉਹ ਪਛੜ ਗਏ ਸੋ ਜੋ ਹੋਣ ਦੇ ਹਾਲਾਤ ਬਣਦੇ ਆ ਰਹੇ ਉਹ ਇਹ ਹੈ ਕਿ ਪਾਟੋ ਤਾੜ ਜਿਹੜੀ ਕਿ ਪਹਿਲਾਂ ਤੋਂ ਹੀ ਸੀਗੀ ਉਹ ਵੱਧ ਹੀ ਨਜ਼ਰ ਆ ਰਹੀ ਹੈ ਤੇ ਨਵੇਂ ਹਿੱਸੇ ਜਿਹੜੇ ਆ ਉਹ ਤੇ ਪੁਰਾਣੇ ਹਿੱਸੇ ਜਿਹੜੇ ਆ ਉਹ ਸਾਰੇ ਹੀ ਸਿੱਖਾਂ ਦੀ ਇੱਕ ਜਿਹੜੀ ਸਾਂਝੀ ਜ਼ਮੀਨ ਹੈ ਜਾਂ ਸਾਂਝੀ ਤਾਕਤ ਆ ਉਹਨੂੰ ਵੱਧ ਤੋਂ ਵੱਧ ਆਪਣੇ ਹੱਕ ਦੇ ਵਿੱਚ ਭੁਗਤੌਣ ਦੇ ਲਈ ਆਪਸ ਦੇ ਵਿੱਚ ਕਸ਼ਮਕਸ਼ ਨਜ਼ਰ ਕਰਦੇ ਆਉਣਗੇ ਤੇ ਇਹ ਸਾਰੀ ਸਥਿਤੀ ਜਿਹੜੀ ਆ ਉਹ ਭਾਜਪਾ ਨੂੰ ਜਾਂ ਇੰਡੀਅਨ ਸਟੇਟ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਖੁੱਲਾ ਮੈਦਾਨ ਮਹਈਆ ਕਰਾਊਗੀ ਜਿਹਦੇ ਵਿੱਚ ਉਹ ਆਪ ਦੇ ਅਨੁਸਾਰੀ ਜਾਂ ਆਪ ਦੇ ਮੁਫਾਦਾਂ ਦੇ ਅਨੁਸਾਰੀ ਹਾਲਾਤ ਸਿਰਜਣ ਦੇ ਵਿੱਚ ਜਾਂ ਬਣੇ ਹੋਏ ਹਾਲਾਤਾਂ ਨੂੰ ਆਪਣੇ ਹੱਕ ਦੇ ਵਿੱਚ ਪੁਗਤਾਉਣ ਦੇ ਵਾਸਤੇ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਹੋਣਗੇ ਸੰਖੇਪ ਰੂਪ ਚ ਤਾਂ ਇਹੀ ਨਜ਼ਰ ਜਿਵੇਂ ਇਸ ਵਾਰ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਦੋ ਅਜਿਹੇ ਉਮੀਦਵਾਰ ਜਿੱਤੇ ਜਿਹੜੇ ਆਜ਼ਾਦ ਤੌਰ ਤੇ ਖੜੇ ਸੀ ਜਿਨ੍ਹਾਂ ਨੇ ਪੰਥਕ ਵੋਟ ਨੂੰ ਆਪਣੀ ਪ੍ਰਾਇਓਰਟੀ ਮੰਨ ਗਏ ਜਿਹੜੀ ਆ ਲੋਕਾਂ ਦੇ ਵਿੱਚ ਜਿਹੜੇ ਗਏ ਉਹ ਜਿੱਤੇ ਵੀ ਵੱਡੇ ਮਾਰਜਨ ਦੇ ਨਾਲ ਜਿੱਤੇ ਪਰ ਉੱਥੇ ਦੇਖਦੇ ਆ ਕਿ ਜਿਹੜੀ ਦੂਸਰੀ ਪੰਥਕ ਤੇ ਰੱਖੋ ਅਖਬਾਰੀ ਹੈ ਜਾਂ ਜਿਹੜੀ ਤੇ ਖੁਦ ਨੂੰ ਬਾਦਲ ਦਲ ਦੀ ਰਿਪਲੇਸਮੈਂਟ ਦੱਸਦੀ ਹੈ ਵੀ ਪੰਥਕ ਸਿਆਸਤ ਦੇ ਵਿੱਚ ਬਾਦਲਾਂ ਤੋਂ ਬਾਅਦ ਜਾਂ ਬਾਦਲ ਜੇ ਨਹੀਂ ਹੁੰਦੇ ਤਾਂ ਅਸੀਂ ਆ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਇੱਕ ਤਰ ਜਿਹੜੀ ਜਿੱਤ ਜਾਂਦੀ ਹੈ ਦੋ ਉਮੀਦਵਾਰ ਜਿੱਤੇ ਆਂਦੇ ਨੇ ਤੇ ਉਹੀ ਤਰ ਹਾਰ ਜਾਂਦੀ ਹੈ ਤਾਂ ਇਹ ਵੋਟ ਨੂੰ ਕਿਸ ਪਾਸੇ ਗਿਣਿਆ ਜਾਵੇ ਵੀ ਇਹ ਜਜ਼ਬਾਤੀ ਵੋਟ ਹੈ ਜਾਂ ਇਹ ਪੰਥਕ ਹੁਲਾਰਾ ਜਿਹੜਾ ਉਹ ਸਿੱਖ ਸਿਆਸਤ ਦੇ ਵਿੱਚ ਹੁਣ ਆਇਆ ਵੀ ਲੋਕ ਪੰਥਕ ਸਿਆਸਤ ਵੱਲੋਂ ਮੋੜ ਆਏ ਨੇ ਦੇਖੋ ਉਹਦੇ ਵਾਸਤੇ ਇਹ ਦੇਖਣਾ ਪਊਗਾ ਕਿ ਜਿਹੜੇ ਉਮੀਦਵਾਰਾਂ ਦੀ ਜਿੱਤ ਹੋਈ ਹੈ ਉਹ ਕੇਸ ਮੁੱਦੇ ਦੇ ਉੱਪਰ ਹੋਈ ਹੈ ਜਾਂ ਜਿਹੜੇ ਤੇ ਆਪਾਂ ਸਿੱਧੇ ਰੂਪ ਚ ਕਹਿ ਲਿਆ ਸ਼੍ਰੋਮਣੀ ਅਕਾਲੀ ਦਲ ਅਮਰਸਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਦੀ ਪਾਰਟੀ ਜਿਹਨੂੰ ਆਮ અપਮਾਨ ਦਲ ਦੇ ਤੌਰ ਦੇ ਉੱਪਰ ਕਹਿ ਲੈਨੇ ਸੋ ਉਹਨਾਂ ਦੇ ਵੱਲੋਂ ਕੇਸ ਜਦੋਂ ਜਿੱਤ ਹੋਈ 2022 ਦੇ ਵਿੱਚ ਉਦੋਂ ਕਿਹੜੇ ਮੁੱਦੇ ਸੀਗੇ ਜੇ ਉਦੋਂ ਵੀ ਤੁਸੀਂ ਦੇਖੋਗੇ ਤਾਂ ਉਸ ਸਮੇਂ ਦੀਪ ਸਿੱਧੂ ਹੋਣਾਂ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਉਹਨਾਂ ਦਾ ਚਲਾਣਾ ਹੋਣਾ ਉਹਦੇ ਕਰਕੇ ਵੀ ਕਿਉਂਕਿ ਉਹ ਪਹਿਲਾਂ ਮਾਨ ਸਾਹਿਬ ਦੇ ਵਾਸਤੇ ਕੰਪੇਨਿੰਗ ਕਰ ਰਹੇ ਸੀਗੇ ਉਹ ਇੱਕ ਫੈਕਟਰ ਸੀਗਾ ਤੇ ਦੂਸਰਾ ਇਹ ਆ ਕਿ ਜਦੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀ ਇੱਕ ਪੰਜਾਬ ਦਾ ਬੜਾ ਮਕਬੂਲ ਸਿੰਗਰ ਸੀਗਾ ਸਿੱਧੂ ਮੂਸੇਵਾਲਾ ਉਹਦੀ ਮੌਤ ਹੋਣੀ ਤੇ ਉਸ ਸਮੇਂ ਇਹ ਗੱਲ ਦਾ ਬਿਰਤਾਂਤ ਚੱਲਣਾ ਕਿ ਉਹਦੇ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਜਾਂ ਉਹਨਾਂ ਦੀ ਪਾਰਟੀ ਦੀ ਹਮਾਇਤ ਕਰਨ ਦੀ ਜਿਹੜੀ ਗੱਲ ਆਉ ਕੀਤੀ ਜਾ ਰਹੀ ਸੀਗੀ ਸੋ ਉਹ ਦੋ ਬਿਲਕੁਲ ਇੱਕ ਜਜ਼ਬਾਤੀ ਹੁਲਾਰਾ ਸੀਗਾ ਉਹਦੇ ਪਿੱਛੇ ਲੋਕਾਂ ਨੇ ਜਿੰਨੀ ਵੱਡੀ ਪੱਧਰ ਦੇ ਉੱਪਰ ਉਮੀਦਾਂ ਆਮ ਆਦਮੀ ਪਾਰਟੀ ਤੋਂ ਲਾਈਆਂ ਹੋਈਆਂ ਸੀ ਕਿਉਂਕਿ ਜੇਕਰ ਤੁਸੀਂ ਉਹਦੀ ਵੋਟ ਪਰਸੈਂਟੇਜ ਦੇਖੋ ਤਾਂ 50% ਦੇ ਤੋਂ ਵੀ ਘੱਟ ਜੇ ਮੈਂ ਨਹੀਂ ਗਲਤ ਤਾਂ 48% ਦੀ ਹੀ ਵੋਟ ਜਿਹੜੀ ਆ ਉਹਦੇ ਵਿੱਚ ਪੋਲ ਹੋਈ ਸੀਗੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੰਨੇ ਮਾਰਜਨ ਦੇ ਨਾਲ ਸੰਗਰੂਰ ਲੋਕ ਸਭਾ ਦੀਆਂ ਨੌ ਵਿਧਾਨ ਸਭਾਵਾਂ ਸੀਟਾਂ ਦੇ ਉੱਪਰ ਜਿੰਨੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਸੀਗੀ ਉਸ ਤੋਂ ਘੱਟ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪੋਲ ਹੋਈਆਂ ਸੀਗੀਆਂ ਸੋ ਉਹ ਇੱਕ ਬਹੁਤ ਵਕਤ ਦੇ ਹਾਲਾਤ ਦੇ ਸਮੀਕਰਨ ਸੀਗੇ ਪਰ ਮੁੱਦੇ ਦੇ ਤੌਰ ਦੇ ਉੱਪਰ ਵੀ ਦੇਖਿਆ ਜਾਵੇ ਕੋਈ ਲੌਂਗ ਟਰਮ ਪੋਲਿਟਿਕਸ ਦਾ ਮੁੱਦਾ ਜਿਹੜਾ ਆ ਉਹ ਕੋਈ ਉੱਬਰ ਮੇ ਰੂਪ ਦੇ ਵਿੱਚ ਉਸ ਵੋਟ ਦਾ ਵੀ ਕੇਂਦਰ ਨਹੀਂ ਸੀਗਾ ਇਸੇ ਤਰ੍ਹਾਂ ਹੀ ਜਿਹੜੀਆਂ ਇਹ ਦੋ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਉਹਦੇ ਵਿੱਚ ਆਪਾਂ ਕਹੀਏ ਕਿ ਭੁੱਖ ਦੀ ਪੋਲਿਟਿਕਸ ਦੀ ਦਿਸ਼ਾ ਕੀ ਹੈ ਉਹਦਾ ਕੋਈ ਵੀ ਸਪਸ਼ਟ ਰੂਪ ਦੇ ਵਿੱਚ ਜਿਹੜਾ ਆ ਉੱਭਰ ਕੇ ਨਹੀਂ ਆਇਆ ਹਾਲਾਂਕਿ ਬਿਲਕੁਲ ਨਵੇਂ ਪਹਿਲੀ ਇਲੈਕਸ਼ਨ ਲੜ ਰਹੇ ਆ ਔਰ ਮੌਕੇ ਦੇ ਉੱਪਰ ਹੀ ਲਗਭਗ ਜਿਹੜੇ ਫੈਸਲੇ ਆ ਉਹ ਸਾਹਮਣੇ ਆਏ ਸੀਗੇ ਉਹਦੀ ਪਿਛਲੀ ਵਿਉਂਤਬੰਦੀ ਕਿਵੇਂ ਸੀ ਕਿਵੇਂ ਨਹੀਂ ਸੀ ਇਹਦੇ ਬਾਰੇ ਤਾਂ ਹੁਣ ਕਿਸੇ ਨੂੰ ਜਾਣਕਾਰੀ ਨਹੀਂ ਹੈ ਪਰ ਜੋ ਦਿਖਦੇ ਰੂਪ ਦੇ ਵਿੱਚ ਆਇਆ ਉਹ ਤਾਂ ਇਹੀ ਆਇਆ ਤਾਂ ਉਹਦੇ ਵਿੱਚ ਅ ਬੜੇ ਵੇਗ ਜੇ ਰੂਪ ਦੇ ਵਿੱਚ ਵਾਦੋਵਾਦ ਇੱਕ ਨਸ਼ਿਆਂ ਦਾ ਮਸਲਾ ਆਇਆ ਕਿ ਜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਸੀਗੀ ਜਿਹਦੇ ਕਰਕੇ ਪਰ ਭਾਰੂ ਜਿਹੜਾ ਮਸਲਾ ਰਿਹਾ ਉਹ ਇੱਕ ਜਜ਼ਬਾਤੀ ਹਮਦਰਦੀ ਜਿਹੜੀ ਹੈ ਉਹ ਰਹੀ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਐਨਐਸਏ ਦੇ ਵਿੱਚ ਅੰਦਰ ਕੀਤਾ ਹੋਇਆ ਔਰ ਕਿਸੇ ਦੇ ਨਾਲ ਵੀ ਜੇ ਵਧੀਕੀ ਹੁੰਦੀ ਹੈ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖਾਂ ਦਾ ਇਹ ਚਰਿੱਤਰ ਹੈਗਾ ਕਿ ਉਹ ਇੱਕ ਵਾਰ ਉਹਦੇ ਹੱਕ ਦੇ ਵਿੱਚ ਜ਼ਰੂਰ ਆਉਂਦੇ ਆ ਸੋ ਇਹ ਇਸ ਇਹ ਇਹ ਹੀ ਇਸ ਸਥਿਰਤਾ ਨੂੰ ਬਿਆਨ ਕਰਦਾ ਆ ਕਿਉਂਕਿ ਜਜ਼ਬਾਤ ਦੇ ਆਧਾਰ ਦੇ ਉੱਪਰ ਇੱਕ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਜਾ ਸਕਦੀ ਆ ਪਰ ਉਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਉਸੇ ਚੀਜ਼ ਨੂੰ ਦੁਹਰਾ ਪਾਉਣਾ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਜਿਹੜਾ ਕਿ ਮਾਨ ਸਾਹਿਬ ਦੀ ਇਲੈਕਸ਼ਨ ਤੋਂ ਸਾਫ਼ ਨਜ਼ਰ ਆਇਆ ਆਮ ਆਦਮੀ ਪਾਰਟੀ ਦੇ ਨਾਲ ਵੀ ਹੋਇਆ ਪਰ ਆਮ ਆਦਮੀ ਪਾਰਟੀ ਆਪਣਾ ਇੱਕ ਢਾਂਚਾ ਪੰਜਾਬ ਦੇ ਵਿੱਚ ਖੜਾ ਕਰਨ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਕੁਝ ਇੱਕ ਪੱਧਰ ਤੱਕ ਕਿਉਂਕਿ ਸਰਕਾਰ ਦੇ ਵਿੱਚ ਆ ਜਾਣਾ ਇਹ ਇੱਕ ਵੱਖਰੀ ਤਰ੍ਹਾਂ ਦੀ ਗੱਲ ਹੁੰਦੀ ਔਰ ਬੜੇ ਲੋਕ ਆਪਣੇ ਸਰੋਕਾਰਾ ਕਰਕੇ ਜੁੜ ਜਾਂਦੇ ਆ ਸੋ ਜਿਹੜਾ ਇੱਕ ਇਹ ਵਰਤਾਂਤ ਚੱਲਿਆ ਕਿ ਇਹ ਜਜ਼ਬਾਤੀ ਵੋਟ ਦਾ ਜਥੇਬੰਦਕ ਵੋਟ ਦੇ ਖਿਲਾਫ ਬਗਾਵਤ ਹੈ ਇਥੋਂ ਤੱਕ ਗੱਲ ਤਾਂ ਮੇਰੇ ਖਿਆਲ ਸਾਰਿਆਂ ਨੇ ਮੰਨ ਲੈਣੀ ਹੈ ਕਿ ਠੀਕ ਹੈ ਸਵਾਲ ਇਹ ਆ ਕਿ ਕੀ ਜਜ਼ਬਾਤੀ ਵੋਟ ਜਿਹੜੀ ਜਥੇਬੰਦਕ ਵੋਟ ਦੇ ਖਿਲਾਫ ਬਗਾਵਤ ਕੀਤੀ ਹੈ ਉਹ ਆਪ ਕਿਸੇ ਜਥੇਬੰਦਕ ਆਧਾਰ ਦੇ ਵੱਲ ਨੂੰ ਵੱਧ ਸਕੂਗੀ ਜਾਂ ਨਹੀਂ ਵੱਧ ਸਕੂਗੀ ਭਵਿੱਖ ਜਿਹੜਾ ਆ ਉਹ ਇਸ ਗੱਲ ਦੇ ਉੱਪਰ ਨਿਰਭਰ ਕਰਨਾ ਹੈ ਮਾਨ ਸਾਹਿਬ ਦੀ ਇਲੈਕਸ਼ਨ ਦੇ ਨਤੀਜੇ ਤੋਂ ਵੀ ਇਸ ਤੱਥ ਦੀ ਜਿਹੜੀ ਹੈ ਜਾਂ ਇਸ ਨਤੀਜੇ ਦੀ ਪੁਸ਼ਟੀ ਹੁੰਦੀ ਹੈ ਕਿ ਜੇਕਰ ਉਹ ਜਜ਼ਬਾਤੀ ਹੰਗਾਰਾ ਤੁਹਾਡੇ ਇਸ਼ੂ ਬੇਸਡ ਸਿਆਸਤ ਤੇ ਉਹਦੇ ਵਾਸਤੇ ਇੱਕ ਮਜ਼ਬੂਤ ਜਥੇਬੰਦਕ ਆਧਾਰ ਦਾ ਬਾਇਜ਼ ਨਹੀਂ ਬਣਦਾ ਤੇ ਫਿਰ ਉਸ ਚੀਜ਼ ਨੂੰ ਦੁਹਰਾ ਪਾਉਣਾ ਜਾਂ ਉਸ ਜਿੱਤ ਨੂੰ ਦੁਹਰਾ ਪਾਉਣਾ ਮੁਸ਼ਕਲ ਹੋ ਜਾਂਦਾ ਸੋ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਉਹ ਤਾਂ ਜਦੋਂ ਤੋਂ ਆਏ ਨੇ ਸਿਆਸਤ ਦੇ ਵਿੱਚ ਵੀ ਉਹ ਤਾਂ ਇੱਕ ਇਸ਼ੂ ਨੂੰ ਲੈ ਕੇ ਜਿਹੜੀ ਆ ਸਿਆਸਤ ਕਰਦੇ ਨੇ ਇਸ਼ੂ ਬੇ ਸਿਆਸਤ ਕਰਦੇ ਨੇ ਵੀ ਉਹ ਜਿਹੜਾ ਸਿੱਖਾਂ ਦਾ ਹੁਣ ਸਭ ਤੋਂ ਗੰਭੀਰ ਮਸਲਾ ਆ ਉਹਨੂੰ ਲੈ ਕੇ ਉਹ ਸਿਆਸਤ ਕਰ ਰਹੇ ਨੇ ਤੁਹਾਡਾ ਕੀ ਮੰਨਣਾ ਹੈ ਵੀ ਵੀ ਉਹ ਮੁੱਦਿਆਂ ਨੂੰ ਲੈ ਕੇ ਸਿਆਸਤ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਵੋਟ ਸਿਆਸਤ ਦੇ ਸੰਸਦ ਦੀ ਕੈਂਪੇਨ ਨੂੰ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਤੇ ਕੁਝ ਬੋਲ ਕੇ ਕਹਿਣ ਦੀ ਜ਼ਰੂਰਤ ਆ ਉਹਨਾਂ ਦੀ ਕੈਂਪੇਨ ਦੇ ਵਿੱਚ ਕਿਹੜੇ ਇਸ਼ੂ ਉਠਾਏ ਜਾਂਦੇ ਆ ਉਹਦੇ ਉੱਪਰ ਕਿਸ ਤਰ੍ਹਾਂ ਦਾ ਸਿੰਬੋਲਿਜ਼ਮ ਜਿਹੜਾ ਆ ਉਹ ਆਉਂਦਾ ਆ ਤੇ ਜਿਸ ਗੱਲ ਦੇ ਸਟੈਂਡ ਦੇ ਵਾਸਤੇ ਉਹ ਕਹਿੰਦੇ ਆ ਕੀ ਉਹਨੂੰ ਇਲੈਕਸ਼ਨ ਇਸ਼ੂ ਬਣਾ ਕੇ ਲੜਦੇ ਆ ਜਾਂ ਨਹੀਂ ਲੜਦੇ ਇਹਨਾਂ ਗੱਲਾਂ ਨੂੰ ਦੇਖ ਲਿਆ ਜਾਵੇ ਤਾਂ ਨਤੀਜਾ ਸਾਫ਼ ਹੋ ਜਾਂਦਾ ਬਹੁਤੀ ਦੂਰ ਜਾਣ ਦੀ ਲੋੜ ਨਹੀਂ ਹੈਗੀ 2022 ਦੀ ਵਿਧਾਨ ਸਭਾ ਦੀ ਚੋਣ 222 ਦੀ ਜਿਮਨੀ ਚੋਣ ਸੰਗਰੂਰ ਦੀ ਤੇ ਆ ਲੋਕ ਸਭਾ ਦੀ ਚੋਣ ਇਹਨਾਂ ਤਿੰਨਾਂ ਦੇ ਵਿੱਚ ਜਿੰਨੀ ਇਲੈਕਸ਼ਨ ਕੈਂਪੇਨ ਉਹਨਾਂ ਦੇ ਵੱਲੋਂ ਚੱਲੀ ਆ ਉਹਨੂੰ ਦੇਖ ਲਿਆ ਜਾਵੇ ਉਹਦੇ ਵਿੱਚੋਂ ਹੀ ਪੁਸ਼ਟੀ ਹੋ ਜਾਂਦੀ ਆ ਕਿ ਕਹਨ ਦੇ ਉੱਪਰ ਜਾਂ ਉਹਨਾਂ ਦਾ ਲੌਂਗ ਟਰਮ ਸਟੈਂਡ ਹੈ ਕਿਸ ਮਸਲੇ ਦੇ ਉੱਪਰ ਜ਼ਰੂਰ ਸਭ ਨੂੰ ਨਜ਼ਰ ਆਉਂਦਾ ਆ ਪਰ ਉਹ ਇਲੈਕਸ਼ਨ ਦੇ ਵਿੱਚ ਉਹ ਉਸ ਤਰ੍ਹਾਂ ਦੀ ਜਿਹੜੀ ਕੈਂਪੇਨਿੰਗ ਆ ਜਾਂ ਉਸ ਸੈਂਟਰਲ ਇਸ਼ੂ ਦੇ ਦੁਆਲੇ ਕਰਕੇ ਲੜੀ ਜਾਵੇ ਉਹ ਨਹੀਂ ਹੈ ਹਾਲਾਂਕਿ ਜਿੰਨਾ ਕ ਅਸੀਂ ਦੇਖਿਆ ਕਿ ਉਹ ਜੋ ਉਹਨਾਂ ਨੇ ਪ੍ਰਸ਼ਾਸਨ ਦੇ ਵਿੱਚ ਜਾਂ ਕੈਂਪੀ ਦੇ ਫੰਡ ਵਰਤਦਿਆਂ ਹੋਇਆਂ ਜਿਹੜੀਆਂ ਸਥਾਨਿਕ ਸਹੂਲਤਾਂ ਦਾ ਮਸਲਾ ਹੁੰਦਾ ਉਹੀ ਪ੍ਰਮੁਖਤਾ ਦੇ ਨਾਲ ਉਹ ਉਠਾਇਆ ਗਿਆ ਆ ਸੋ ਇਸ ਗੱਲ ਦੇ ਉੱਪਰ ਆ ਜਾਂਦਾ ਸੋ ਵੈਸੇ ਤਾਂ ਇਹ ਇੱਕ ਵੱਡੇ ਸਮੇਂ ਦਾ ਵੀ ਸਵਾਲ ਹੈਗਾ ਕਿ ਸਿੱਖਾਂ ਨੇ ਪੰਜਾਬ ਦੀ ਵਿੱਚ ਜੇਕਰ ਵੋਟ ਸਿਆਸਤ ਕਰਨੀ ਆ ਜਾਂ ਇੰਡੀਅਨ ਸਿਸਟਮ ਦੇ ਤਹਿਤ ਆਪਾਂ ਕੱਲਾ ਪੰਜਾਬ ਤੱਕ ਵੀ ਸੀਮਤ ਜੇ ਫਿਲਹਾਲ ਨਾ ਕਰੀਏ ਇਹ ਸਵਾਲ ਸਾਰੀ ਸਿਆਸਤ ਦੇ ਸਾਹਮਣੇ ਆ ਕਿ ਜੇਕਰ ਇਸ ਇੰਡੀਅਨ ਖਿੱਤੇ ਦੇ ਵਿੱਚ ਸਿੱਖਾਂ ਨੇ ਇਲੈਕਸ਼ਨ ਪ੍ਰੋਸੈਸ 'ਚ ਹਿੱਸਾ ਲੈਣਾ ਤੇ ਉਹਦਾ ਉਹਨਾਂ ਦਾ ਆਧਾਰ ਕੀ ਹੋਵੇ ਉਹ ਪਿਛਲੇ ਸਮੇਂ ਦੇ ਦੌਰਾਨ ਜਿੰਨਾ ਕਿ ਦੇਖਿਆ ਸਿੱਖਾਂ ਨੇ ਲਗਭਗ ਤਿੰਨ ਚਾਰ ਤਰ੍ਹਾਂ ਦੀ ਪੋਲਿਟਿਕਸ ਕੀਤੀ ਐ ਇੱਕ ਤਾਂ ਬਿਲਕੁਲ ਸਿੱਖ ਨੈਸ਼ਨਲਿਸਟਿਕ ਥਿਊ ਪੁਆਇੰਟ ਤੋਂ ਕੀਤੀ ਜਦੋਂ ਇਹ ਸ਼ੁਰੂ ਉਦੋਂ ਹੋਈ ਜਦੋਂ ਕਿ ਵੱਖਰੇ ਇਲੈਕਟੋਰੇਟ ਸੀਗੇ ਜਦੋਂ ਸਿੱਖਾਂ ਦੀਆਂ ਸਪੈਸ਼ਲ ਸੀਟਾਂ ਸੀਗੀਆਂ ਔਰ ਉਹਨਾਂ ਨੂੰ ਸਿੱਖਾਂ ਨੇ ਹੀ ਵੋਟਾਂ ਪਾ ਕੇ ਨੁਮਾਇੰਦਿਆਂ ਨੂੰ ਚੁੜਨਾ ਸੀਗਾ ਉਸ ਸਮੇਂ ਜਿਹੜੀ ਸਿੱਖਾਂ ਦੀ ਪਾਰਟੀ ਸੀਗੀ ਉਹ ਵੋਟ ਸਿਆਸਤ ਦੇ ਵਿੱਚ ਆਈ 50 ਤੋਂ ਬਾਅਦ ਵੱਖਰੇ ਜਦੋਂ ਸੰਵਿਧਾਨ ਨਵਾਂ ਲਾਗੂ ਹੋ ਗਿਆ 47 ਤੋਂ ਬਾਅਦ ਉਦੋਂ ਵੱਖਰਾ ਇਲੈਕਟੋਰੇਟ ਤਾਂ ਰਹਾ ਨਹੀਂ ਉਦੋਂ ਰੀਜਨਲ ਪੋਲਿਟਿਕਸ ਜਿਹੜੀ ਸੀਗੀ ਪੰਜਾਬ ਦੇ ਮਸਲਿਆਂ ਦੇ ਉੱਪਰ ਉਹ ਸਿੱਖਾਂ ਨੇ ਅਪਣਾਈ ਉਸ ਤੋਂ ਬਾਅਦ ਦੇ ਵਿੱਚ ਐਮਰਜੈਂਸੀ ਦਾ ਮੋਰਚਾ ਲੱਗਾ ਜਿੱਤ ਤੋਂ ਬਾਅਦ ਚ ਫੈਡਰਲਿਜ਼ਮ ਦਾ ਮਸਲਾ ਜੋ ਕਿ ਇੱਕ ਪੈਨ ਇੰਡੀਆ ਮਸਲਾ ਸੀਗਾ ਜਾਂ ਇੱਕ ਪੂਰੇ ਉਪਮਹਾਦੀਪ ਦੀ ਸਿਆਸਤ ਦੇ ਪੱਧਰ ਦਾ ਸੀਗਾ ਉਦੋਂ ਅਨੰਦਪੁਰ ਸਾਹਿਬ ਦੇ ਮਤੇ ਦਾ ਹਵਾਲਾ ਦਿੰਦਿਆਂ ਹੋਇਆਂ ਉਹ ਮਤਲਬ ਇੱਕ ਪੈਨ ਇੰਡੀਆ ਜਿਹੜੀ ਜਾਂ ਜਿਹਨੂੰ ਆਮ ਭਾਸ਼ਾ ਦੇ ਵਿੱਚ ਹਾਲਾਂਕਿ ਇਸ ਟਰਮ ਨਾਲ ਮੈਂ ਸਹਿਮਤ ਨਹੀਂ ਹਾਂਗਾ ਨੈਸ਼ਨਲ ਪੋਲਿਟਿਕਸ ਜਿਹਨੂੰ ਕਹਿ ਦਿੰਦੇ ਆਂ ਇੰਡੀਆ ਦੀ ਸੋ ਉਹਦੇ ਉਹਦੇ ਉਹ ਵੀ ਪ੍ਰੈਕਟਿਸ ਕੀਤੀ ਸਿੱਖਾਂ ਨੇ ਸੋ ਹੁਣ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਸਾਹਮਣੇ ਇਹ ਸਵਾਲ ਹੈਗਾ ਕਿ ਜੇਕਰ ਸਿੱਖਾਂ ਦੀ ਕਿਸੇ ਵੀ ਤਰ੍ਹਾਂ ਨੇ ਪੋਲਿਟਿਕਸ ਕਰਨੀ ਹੈ ਉਹ ਕਿਸ ਆਧਾਰ ਦੇ ਉੱਪਰ ਕਰੂਗੀ ਉਹ ਸਿੱਖ ਨੈਸ਼ਨਲਿਸਟਿਕ ਇਸ਼ੂ ਦੇ ਉੱਪਰ ਹੋਊਗੀ ਉਹ ਉਹਨੂੰ ਕੇਂਦਰ ਦੇ ਵਿੱਚ ਰੱਖ ਕੇ ਹੋਊਗੀ ਉਹ ਪੰਜਾਬ ਦੇ ਰੀਜਨਲ ਹੱਕਾਂ ਨੂੰ ਰੱਖ ਕੇ ਹੋਊਗੀ ਜਾਂ ਉਹ ਇਸ ਸਾਰੇ ਖਿੱਤੇ ਦੇ ਵਿੱਚ ਫੈਡਰਲਿਜ਼ਮ ਦੇ ਮਸਲੇ ਦੇ ਉੱਪਰ ਹੋਊਗੀ ਜਾਂ ਤੁਸੀਂ ਆਪਣੀ ਕਿਸੇ ਤਰ੍ਹਾਂ ਦੀ ਵੱਖਰੀ ਆਧਾਰਸ਼ਿਲਾ ਮਿਤ ਰਹੇ ਹੋ ਸੋ ਇਹ ਗੱਲ ਜਿੰਨੀ ਵੀ ਬੋਟ ਪੋਲਿਟਿਕਸ ਦੇ ਵਿੱਚ ਜਾਣਾ ਆ ਸਾਨੂੰ ਇਹ ਲੱਗਦਾ ਕਿ ਉਹਨੂੰ ਘੱਟੋ ਘੱਟ ਮਿੱਥ ਕੇ ਤੈਅ ਕਰਨੀ ਚਾਹੀਦੀ ਆ ਕਿਉਂਕਿ ਪਿਛਲੇ 100 ਸਾਲ ਦਾ ਤਜਰਬਾ ਇਹ ਦੱਸਦਾ ਆ ਕਿ ਲਗਭਗ ਹਾਲਾਤ ਦੇ ਮੁਤਾਬਕ ਜਾਂ ਉਸ ਸਮੇਂ ਦੀ ਲੀਡਰਸ਼ਿਪ ਆਪਣੀ ਸਹੂਲਤ ਦੇ ਮੁਤਾਬਕ ਇੱਕ ਤੋਂ ਦੂਜੇ ਖੇਤਰ ਦੇ ਵਿੱਚ ਸਵਿਚ ਕਰਦੀ ਰਹੀ ਆ ਤਿੰਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਕਰਨ ਦੇ ਉੱਪਰ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੈਗਾ ਉਹ ਜਿਨ੍ਹਾਂ ਨੇ ਕਰਨੀ ਉਹਨਾਂ ਨੇ ਦੇਖਣਾ ਹੈ ਕਿ ਕਿਹੜੀ ਚੀਜ਼ ਕਿੰਨੀ ਵਿਹਾਰਕ ਹੈ ਕਿੰਨੀ ਪ੍ਰੈਕਟੀਕਲ ਆ ਪਰ ਘੱਟੋ ਘਾਟ ਇੱਕ ਸੁਚੇਤ ਡਿਸੀਜਨ ਤਾਂ ਲੀਡਰਸ਼ਿਪ ਨੂੰ ਲੈਣਾ ਪੈਣਾ ਨਾ ਸੋ ਜੇ ਸੁਚੇਤ ਲੀਡਰਸ਼ਿਪ ਨਹੀਂ ਲੈਂਦੇ ਤੁਸੀਂ ਫੈਸਲਾ ਉਸ ਸੰਬੰਧ ਦੇ ਵਿੱਚ ਨਹੀਂ ਲੈਂਦੇ ਫਿਰ ਉਹ ਲੰਬੇ ਸਮੇਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਉਹ ਜੋ ਬਾਦਲ ਦਲ ਦੀ ਅੱਜ ਸਥਿਤੀ ਹੈਗੀ ਹੈ ਉਹ ਸਾਹਮਣੇ ਆਉਂਦੀ ਹੈ ਕਿਸ ਤਰੀਕੇ ਦੇ ਨਾਲ ਉਹ ਸਾਰੇ ਹਾਲਾਤ ਬਣੇ ਤੁਸੀਂ ਬਿਲਕੁਲ ਸਿੱਖਾਂ ਦੇ ਵਿੱਚ ਇੱਕ ਡੋਮੀਨੈਂਟ ਤੇ ਰਹੁੰਦਿਆਂ ਹੋਇਆ ਅੱਜ ਬਿਲਕੁਲ ਹਾਸ਼ੀਏ ਦੇ ਉੱਪਰ ਖੜੇ ਐ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ ਮੰਨ ਲਓ ਹਾਸ਼ੀਏ ਤੋਂ ਪਰਾਂ ਸਰਕਣ ਦੀ ਸਥਿਤੀ ਵੀ ਜਿਹੜੀ ਆ ਉਹ ਬਣ ਸਕਦੀ ਐ ਜਿਵੇਂ ਬਾਦਲਦਲ ਪੰਜਾਬ ਦੇ ਵਿੱਚ ਡੋਮੀਨੇਟ ਕਰਦੇ ਰਹੇ ਨੇ ਪੰਜਾਬ ਦੀ ਵੋਟ ਸਿਆਸਤ ਦੇ ਵਿੱਚ ਹੋਵੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਹੋਵੇ ਉਹ ਇਹਨਾਂ ਦੇ ਹੱਥਾਂ ਦੇ ਵਿੱਚ ਰਹੀ ਐ ਜਾਂ ਇਹਨਾਂ ਦੀ ਜਿਹੜੀ ਧਿਰ ਐ ਉਹਦੇ ਹੱਥਾਂ ਦੇ ਵਿੱਚ ਰਹੀ ਐ ਹੁਣ ਅੱਜ ਬਾਦਲਦਲ ਦੀ ਕ੍ਰੈਡੀਬਿਲਟੀ ਵੀ ਐ ਜਿਹੜੀ ਉਹ ਖਾਤਮੇ ਦੀ ਕਗਾਰ ਤੇ ਆਈ ਹੋਈ ਹੈ ਉਹਨਾਂ ਦਾ ਸਿਰਫ 1 ਐਮਪੀ ਹੈ ਤੇ 3 ਐਮਐਲ ਨੇ ਉਹਨਾਂ ਦੇ ਕੋਲ ਪਰ ਉਹਨਾਂ ਦੇ ਇਲਾਵਾ ਪੰਜਾਬ ਦੇ ਵਿੱਚ ਕੋਈ ਹੋਰ ਜਿਹੜੀ ਪੰਥਕ ਤੇ ਰਹਿ ਉਹ ਵੀ ਉਸ ਪੱਧਰ ਦੇ ਨਾਲ ਉੱਭਰ ਕੇ ਸਾਹਮਣੇ ਨਹੀਂ ਆ ਰਹੀ ਕਿ ਉਹ ਸਾਬਤ ਕਰ ਸਕੇ ਕਿ ਹਾਂ ਉਹ ਬਾਦਲ ਦਲ ਦੀ ਪੰਜਾਬ ਦੇ ਵਿੱਚ ਰਿਪਲੇਸਮੈਂਟ ਕਰ ਸਕਦੇ ਨੇ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਫਿਰ ਫਾਇਦਾ ਕਿਹਨੂੰ ਹੋਊਗਾ ਦੇਖੋ ਇਹ ਸਾਰੀ ਸਥਿਤੀ ਨੂੰ ਸਮਝਣ ਦੇ ਵਾਸਤੇ ਆਪਾਂ ਨੂੰ ਇਸ ਹਿੱਸੇ ਦੀ ਜਿਹੜੀ ਮਤਲਬ ਨਿਮਾਨ ਆਈ ਹੈ ਉਹਨੂੰ ਜਰੂਰ ਵਾਚਣਾ ਪੈਣਾ ਸੋ so, ਉਹ 2014 ਤੋਂ ਹੀ ਇਹ ਸਥਿਤੀ ਸਪਸ਼ਟ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਜਦੋਂ ਜਿਹੜੀ ਇਹ ਨਵੀਂ ਸਟੇਟ ਕ੍ਰਾਫਟ ਇੰਡੀਆ ਦੇ ਵਿੱਚ ਹੋਈ ਇੱਕ ਨਵੇਂ ਰਾਜਤੰਤਰੀ ਢਾਂਚੇ ਦੀ ਉਸਾਰੀ ਹੋਈ ਉਹਨੇ ਪੁਰਾਣੀਆਂ ਕਈ ਲੀਹਾਂ ਦੇ ਨਾਲੋਂ ਵੱਖਰੇ ਰਾਹ ਅਪਣਾਏ ਜਿਨ੍ਹਾਂ ਵਿੱਚੋਂ ਇੱਕ ਸਪਸ਼ਟ ਲੀ ਜਿਹੜੀ ਵੱਖਰੀ ਅਪਣਾਈ ਗਈ ਉਹ ਇਹ ਨਜ਼ਰ ਆਉਂਦੀ ਹੈ ਕਿ ਪਹਿਲਾ ਜਿਹੜਾ ਰਾਜਤੰਤਰੀ ਢਾਂਚਾ ਸੀਗਾ ਉਹ ਜਿੰਨੇ ਇਹ ਸੰਘਰਸ਼ੀਲ ਹਿੱਸੇ ਸੀਗੇ ਜਾਂ ਵੱਖਰੀਆਂ ਪਛਾਣਾਂ ਵਾਲੇ ਸੀਗੇ ਆਪਣੀ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕ ਸੀਗੇ ਉਹ ਹਾਂਜੀ ਪੂਰੇ ਇੰਡੀਆ ਦੇ ਵਿੱਚ ਖਾਸ ਕਰਕੇ ਜੇ ਤੁਸੀਂ ਦੇਖੋਗੇ ਵੀ ਇੰਡੀਆ ਦੇ ਵਿੱਚ ਤੇ ਉਹ ਬਿਲਕੁਲ ਕੰਡਿਆਂ ਦੇ ਉੱਪਰ ਹੀ ਨੇ ਜਿਹਨੂੰ ਪੈਰੀਫੇਰੀਅਲ ਸਟੇਟਸ ਆਪਾਂ ਕਹਿ ਲੈਨੇ ਆ ਮੁੱਖ ਮੁੱਖ ਹਿੱਸਾ ਜਿਹੜਾ ਇੰਡੀਆ ਦਾ ਆ ਵਿੱਚ ਵਿਚਾਲੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਕਦੀ ਵੀ ਖੁਦਮੁਖਤਿਆਰੀਜ਼ ਆ ਯਾਦੀ ਦੀ ਗੱਲ ਨਹੀਂ ਰਹੀ ਇਹ ਲਗਭਗ ਜਿੰਨੀਆਂ ਬਾਰਡਰ ਵਾਲੀਆਂ ਹੈਗੀਆਂ ਨੇ ਚਾਹੇ ਉਹ ਦੱਖਣ ਦੀਆਂ ਹੋਣ ਚਾਹੇ ਉੱਤਰ ਪੂਰਬ ਦੀਆਂ ਹੋਣ ਚਾਹੇ ਪੰਜਾਬ ਹੋਵੇ ਇੱਧਰ ਉੱਤਰ ਦੇ ਵਿੱਚ ਕਸ਼ਮੀਰ ਹੋਵੇ ਹਨਾ ਉਹੀ ਹਿੱਸੇ ਨੇ ਜਿਹੜੇ ਜਿਨ੍ਹਾਂ ਨੇ ਆਪ ਦਾ ਰਾਜ ਕੀਤਾ ਆ ਜਾਂ ਜਿਨ੍ਹਾਂ ਦੀ ਰਾਜ ਕਰਨ ਦੀ ਜਾਂ ਰਾਜ ਦੀ ਦਾਵੇਦਾਰੀ ਹੈ ਖਾਹਿਸ਼ ਹੈ ਜਾਂ ਉਹਦੇ ਵਾਸਤੇ ਉਹ ਸੰਘਰਸ਼ ਕਰ ਰਹੇ ਆ ਸੋ ਇਹਨਾਂ ਨੂੰ ਕਾਬੂ ਕਰਨ ਦੀ ਪਹਿਲੀ ਸਟੇਟ ਕ੍ਰਾਫਟ ਦੀ ਜਾਂ ਰਾਜਤੰਤਰੀ ਢਾਂਚੇ ਦੀ ਜਿਹੜੀ ਨੀਤੀ ਸੀ ਉਹ ਇਹ ਸੀਗੀ ਕਿ ਉਹਨਾਂ ਦੇ ਵਿੱਚੋਂ ਇੱਕ ਹਿੱਸੇ ਨੂੰ ਆਪਣੇ ਨਾਲ ਲੈ ਲੈਂਦੇ ਸੀਗੇ ਉਹਨਾਂ ਦੇ ਰਾਹੀਂ ਉਹਨਾਂ ਹਿੱਸਿਆਂ ਨੂੰ ਕਾਬੂ ਕਰਦੇ ਸੀਗੇ ਪਰ ਜਿਹੜੀ ਇਹ ਨਵਾਂ ਰਾਜਤੰਤਰੀ ਢਾਂਚਾ ਉੱਸਰਿਆ ਆ ਉਹਦੇ ਵਿੱਚ ਇਹ ਗੱਲ ਬੜੀ ਸਪਸ਼ਟ ਹੋ ਗਈ ਸੀ ਖਾਸ ਕਰਕੇ ਜਦੋਂ ਮਹਿਬੂਬਾ ਮੁਫਤੀ ਦੀ ਸਰਕਾਰ ਉਹਨਾਂ ਜੰਮੂ ਕਸ਼ਮੀਰ ਦੇ ਵਿੱਚ ਛੁੱਟੀ ਉਦੋਂ ਸਾਫ਼ ਹੋ ਗਿਆ ਸੀਗਾ ਕਿ ਇਹ ਨਵੇਂ ਤਰੀਕੇ ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਉਹਦੇ ਵਿੱਚ ਕਿਸੇ ਇੱਕ ਨੂੰ ਵੀ ਮਜ਼ਬੂਤ ਧਿਰਵਜੋ ਨਹੀਂ ਚਾਹੁੰਦੇ ਭਾਵੇਂ ਕਿ ਜਿਹੜਾ ਉਹਨਾਂ ਦੇ ਨਾਲ ਹੀ ਹੋਵੇ ਸੋ ਉਹਦੇ ਵਿੱਚ ਉਹ ਮਤਲਬ ਅੰਦਰੂਨੀ ਕਲੇਸ਼ ਅੰਦਰੂਨੀ ਖਲਾਰਾ ਵਧਾ ਕੇ ਉਹਨੂੰ ਵੰਡਣਾ ਚਾਹੁੰਦੇ ਆ ਔਰ ਇੱਕ ਇਸ ਤਰ੍ਹਾਂ ਦੀ ਸਥਿਤੀ ਲਿਆਣੀ ਚਾਹੁੰਦੇ ਆ ਜਿੱਥੇ ਇੱਕ ਮਜ਼ਬੂਤ ਦਾਵੇਦਾਰ ਨਾ ਹੋਵੇ ਬਲਕਿ ਕਈ ਇਸ ਤਰ੍ਹਾਂ ਦੇ ਹਿੱਸੇ ਹੋਣ ਜਿਹੜੇ ਇੱਕ ਦੂਜੇ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੇ ਵਿੱਚ ਹੋਣ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਇਹ ਸੀਗੀ ਕਿ ਬੇਸ਼ੱਕ ਇੱਥੇ ਸਿੱਖ ਵੋਟਰ ਰਾਜਨੀਤੀ ਦੇ ਦਾਵੇਦਾਰ ਤਾਂ ਵੱਧ ਸੀਗੇ ਪਰ ਇੱਕ ਇੰਨਾ ਜ਼ਿਆਦਾ ਮਜ਼ਬੂਤ ਸੀਗਾ ਕਿ ਦੂਸਰੇ ਉਹਦੇ ਮੁਕਾਬਲੇ ਦੇ ਵਿੱਚ ਨਹੀਂ ਸੀ ਆ ਰਹੇ ਸੋ ਉਹ 2014 ਤੋਂ ਕਲੀਅਰ ਸੀਗਾ ਕਿ ਹੁਣ ਬੀਜੇਪੀ ਨੇ ਬਾਦਲਾਂ ਨੂੰ ਗ੍ਰੈਜੂਲੀ ਸੁਟਣਾ ਆ ਈਵਨ ਜਿਹੜੀਆਂ ਘਟਨਾਵਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ ਜਿਹੜੀ ਵਿਅਤਭੀ ਦੀ ਘਟਨਾ ਆ ਉਹ ਮੈਂ ਪਹਿਲਾਂ ਵੀ ਸ਼ਾਇਦ ਗੱਲ ਜ਼ਰੂਰ ਕੀਤੀ ਹੋਊਗੀ ਕਿ ਉਹਨੂੰ ਸਾਰੇ ਉਹਦੇ ਸੀਕੁਐਂਸ ਨੂੰ ਦੁਬਾਰਾ ਦੇਖਣਾ ਚਾਹੀਦਾ ਆ ਜੂਨ ਮਹੀਨੇ ਦੇ ਵਿੱਚ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਉਹ ਬੁਰਜਵਾਰ ਸਿੰਘ ਵਾਲਾ ਤੋਂ ਚੋਰੀ ਹੋ ਜਾਂਦਾ ਅਕਤੂਬਰ ਮਹੀਨੇ ਦੇ ਵਿੱਚ ਜਾ ਕੇ ਵਿਅਤਭੀ ਹੁੰਦੀ ਹੈ ਇਹਦੇ ਦਰਮਿਆਨ ਇੱਕ ਵੱਡੀ ਘਟਨਾ ਹੋਰ ਵਾਪਰੀ ਜਿਹਨੂੰ ਅਕਸਰ ਵਿਸਾਰ ਦਿੱਤਾ ਜਾਂਦਾ ਉਹ ਹੈਗੀ ਸੌਦਾ ਸਾਧ ਦੀ ਮਾਫੀ ਇਸ ਤੋਂ ਪਹਿਲਾਂ ਇਹ ਹੋ ਰਿਹਾ ਸੀਗਾ ਕਿ ਬਾਦਲ ਸਿੱਖਾਂ ਦੀਆਂ ਜਿਹੜੀਆਂ ਗੁਰੂ ਵੱਲੋਂ ਵਰਸਾਈਆਂ ਹੋਈਆਂ ਸੰਸਥਾਵਾਂ ਸੀਗੀਆਂ ਉਹਨਾਂ ਦੀ ਵਰਤੋਂ ਆਪਣੀ ਢਾਲ ਦੇ ਵਜੋਂ ਕਰਦੇ ਆ ਰਹੇ ਸੀ ਜਦੋਂ ਵੀ ਉਹ ਕਿਸੇ ਮਾਮਲੇ ਦੇ ਵਿੱਚ ਫਸ ਜਾਂਦੇ ਸੀਗੇ ਉਹ ਅਕਾਲ ਤਖਤ ਦੀ ਢਾਲ ਵਰਤ ਕੇ ਉਹਦੇ ਵਿੱਚੋਂ ਨਿਕਲ ਆਉਂਦੇ ਸੀਗੇ ਸਿੱਖਾਂ ਦਾ ਦੇਦੇ ਨਾਲ ਨੁਕਸਾਨ ਹੋ ਰਿਹਾ ਸੀਗਾ ਪਰ ਉਹ ਸੰਸਥਾਵਾਂ ਨੂੰ ਉਹਨਾਂ ਸੰਸਥਾਵਾਂ ਨੂੰ ਆਪ ਦੇ ਮੁਫਾਦ ਦੇ ਵਾਸਤੇ ਵਰਤੀ ਜਾ ਰਹੇ ਸੀਗੇ ਉਹਦੇ ਵਾਸਤੇ ਸਟੇਟ ਵੀ ਪਿੱਛੇ ਆ ਕੇ ਖੜਾ ਸੀਗਾ ਪਰ 2015 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਜਦੋਂ ਇਹਨਾਂ ਨੇ ਸੌਦਾ ਸਾਦ ਨੂੰ ਬਿਨਾਂ ਮੰਗੀ ਮਾਫੀ ਦੇ ਦਿੱਤੀ ਉਸ ਸਮੇਂ ਉਹ ਇੱਕ ਐਸਾ ਪੁਆਇੰਟ ਬਣਿਆ ਇੱਕ ਐਸਾ ਮਤਲਬ ਮੋੜ ਬਣਿਆ ਜਿੱਥੇ ਜਾ ਕੇ ਸਿੱਖਾਂ ਦੇ ਵਿੱਚ ਹੀ ਉਸ ਸਾਰੇ ਟਾਂਚੇ ਦੀ ਖਾਸ ਕਰਕੇ ਉਹਨਾਂ ਜਥੇਦਾਰਾਂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਹਦੇ ਤੇ ਭਰੋਸਾ ਸੀਗਾ ਜਿਹੜਾ ਇੱਕ عقیده ਦੇ ਉੱਪਰ ਉਹਦੀ ਸਾਖ ਸੀਗੀ ਉਹ ਸਭ ਤੋਂ ਨਿਮਾਨ ਦੇ ਉੱਪਰ ਜਾ ਕੇ ਚਲੀ ਗਈ ਔਰ ਉਸ ਤੋਂ ਬਾਅਦ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਜਥੇਦਾਰਾਂ ਦੀ ਢਾਲ ਵਰਤ ਕੇ ਉਹਨਾਂ ਨੇ ਬਚਣਾ ਸੀਗਾ ਉਹ ਢਾਲ ਉਹਨਾਂ ਨੇ ਆਪਣੇ ਹੱਥੀ ਹੀ ਤੋੜ ਲਈ ਸੀ ਸਟੇਟ ਨੇ ਤੋੜਵਾ ਦਿੱਤੀ ਉਹਨਾਂ ਦੇ ਕੋਲੋਂ ਔਰ ਉਹਦਾ ਨਤੀਜਾ ਇਹ ਹੋਇਆ ਕਿ ਤੁਸੀਂ ਦੇਖੋ ਅੱਜ ਤੱਕ ਆ ਹੁਣ ਹਾਲੀਆ ਸਮੇਂ ਤੱਕ ਵੀ ਉਹਨਾਂ ਦੇ ਦੁਬਾਰਾ ਪੈਰ ਨਹੀਂ ਟਿਕ ਰਹੇ ਐਸੇ ਤਿਲਕਣ ਵਾਲੇ ਢਲੋਪ ਤੋਂ ਉਹ ਤਿਲਕੇ ਨੇ ਕਿ ਉਹ ਲਗਾਤਾਰ ਨਿਮਾਨ ਵਾਲੇ ਨੂੰ ਜਾ ਰਹੇ ਆ ਸੋ ਇਹ ਸਾਰੀ ਸਥਿਤੀ ਦੇ ਵਿੱਚ ਜਦੋਂ 2015 ਤੋਂ ਇਹ ਗੱਲ ਵਾਪਰਨੀ ਸ਼ੁਰੂ ਹੋਈ ਉਸ ਸਮੇਂ ਹੀ ਕਾਫੀ ਸੰਜੀਦਾ ਹਿੱਸਿਆਂ ਨੇ ਕਿਉਂਕਿ ਕਈ ਹਿੱਸਿਆਂ ਦੇ ਨਾਲ ਗੱਲ ਹੁੰਦੀ ਰਹਿੰਦੀ ਆ ਵਿਚਾਰਕ ਹਿੱਸਿਆਂ ਦੇ ਨਾਲ ਪੱਤਰਕਾਰਾਂ ਦੇ ਨਾਲ ਹੋਰਨਾਂ ਦੇ ਨਾਲ ਜਿਹੜੇ ਵਾਕ ਵਾਕ ਪੜਚੋਲ ਵੀ ਨਜ਼ਰ ਰੱਖਦੇ ਆ ਉਹ ਸਾਰੇ ਇਹ ਗੱਲ ਕਹਿ ਰਹੇ ਸੀਗੇ ਕਿ ਬੇਸ਼ੱਕ ਕੁਝ ਵੀ ਨਵਾਂ ਬਣਨ ਦੇ ਵਾਸਤੇ ਪਹਿਲੇ ਦਾ ਢਹਿਣਾ ਜ਼ਰੂਰੀ ਹੁੰਦਾ ਆ ਪਰ ਇੱਥੇ ਹੁਣ 5 ਸਾਲ ਬਾਅਦ ਜਦੋਂ ਆਪਾਂ ਪਿੱਛੇ ਵੱਲ ਨਜ਼ਰ ਮਾਰਦੇ ਆ ਇੱਥੇ ਲਗਾਤਾਰ ਢਹਿ ਹੀ ਰਿਹਾ ਆ ਕੁਝ ਵੀ ਸਥਾਈ ਨਵਾਂ ਉਸਰਨ ਦੇ ਹਾਲਾਤ ਜਿਹੜੇ ਆ ਉਹ ਬਣਦੇ ਨਜ਼ਰ ਨਹੀਂ ਆਏ ਬਹੁਤ ਕਸ਼ਮਕਸ਼ ਦੇ ਹਾਲਾਤ ਜਿਹੜੇ ਆ ਉਹੀ ਰਹੇ ਆ ਔਰ ਲਗਾਤਾਰ ਉਹ ਢਾਂਚੇ ਉਹ ਸਮਰੱਥਾ ਓਵਰਆਲ ਸਿੱਖਾਂ ਦੀ ਸਮਰੱਥਾ ਜਿਹੜੀ ਆ ਵੋਟ ਪੋਲਿਟਿਕਸ ਢਾਂਚੇ ਦੀ ਵੀ ਗੱਲ ਕਰ ਲਓ ਜਾਂ ਇਸ ਤੋਂ ਬਾਹਰ ਵਾਲੇ ਦੀ ਵੀ ਕਰ ਲਓ ਉਹ ਲਗਾਤਾਰ ਖੁਰ ਰਹੀ ਹੈ ਪਰ ਕੇਂਦਰ ਫਿਰ ਬਦਲਾਂ ਨੂੰ ਖਤਮ 2014 ਤੋਂ ਬਦਲਾਂ ਨੂੰ ਖਤਮ ਕਰਨ ਦੇ ਇੱਕ ਕਾਰ ਤੇ ਚੱਲੀ ਹੋਈ ਹੈ ਇੰਨੀ ਮਜ਼ਬੂਤ ਧਿਰ ਭਾਰਤ ਦੇ ਵਿੱਚ ਇੰਦਰਾ ਗਾਂਧੀ ਤੋਂ ਬਾਅਦ ਇਹੀ ਆ ਜੈ ਇੰਦਰਾ ਗਾਂਧੀ ਤੋਂ ਉੱਪਰ ਦੀ ਧਿਰ ਆ ਚੁੱਕੀ ਹੈ ਉਹ ਬਾਦਲਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਪਰ ਉਹ ਬਾਦਲਾਂ ਨੂੰ ਖਤਮ ਕਿਉਂ ਨਹੀਂ ਕਰ ਰਹੇ 2014 ਤੋਂ ਖਤਮ ਕਰਨ ਲੱਗੇ ਹੋਏ ਨੇ ਆ 10 ਸਾਲ ਹੋ ਗਏ ਬਚਾਈ ਕਿਉਂ ਬੈਠੇ ਨੇ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਬਾਦਲ ਪਰਿਵਾਰ ਤੇ ਉਹਨਾਂ ਦੇ ਜਿਹੜੇ ਕਰੀਬੀ ਨੇ ਉਹ ਘਿਰਦੇ ਨੇ ਪਰ ਦੇਖਦੇ ਆ ਕਿ ਉਹ ਵੱਜ ਜਾਂਦੇ ਨੇ ਦੇਖੋ بڑے ਮਸਲੇ ਹੈਗੇ ਆ ਜਿਨ੍ਹਾਂ ਦੇ ਵਿੱਚ بڑے ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਮਤਲਬ ਉਹ ਕਾਬੂ ਦੇ ਵਿੱਚ ਕਰਾ ਜਿਹਦਾ ਕ੍ਰਾਪਸ਼ਨ ਦਾ ਹੀ ਮਸਲਾ ਆ ਕਿੰਨੀਆਂ ਥਾਵਾਂ ਦੇ ਉੱਪਰ ਮਤਲਬ ਕਿੰਨੀ ਪੋਲੀਟੀਕਲ ਲੀਡਰਸ਼ਿਪ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਹੋਰ ਸਾਰੇ ਕਾਸੇ ਦਾ ਹੋ ਰਿਹਾ ਹੈ ਉਹ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਐ ਉਹ ਕਿਸੇ ਵੀ ਇੱਕ ਸਿੱਖ ਮਜ਼ਬੂਤ ਧਿਰ ਦਾ ਉਭਾਰ ਨਹੀਂ ਚਾਹੁੰਦੇ ਉਹਦੇ ਵਿੱਚੋਂ ਇਹ ਗੱਲ ਸਮਝ ਆਂਦੀ ਕਿ ਉਹ ਬਾਦਲਾਂ ਨੂੰ ਵੀ ਬਿਲਕੁਲ ਖਤਮ ਨਹੀਂ ਕਰਨਾ ਚਾਹੁੰਦੇ ਇਹਨਾਂ ਨੂੰ ਵੀ ਬਿਲਕੁਲ ਇੱਕ ਹਾਸ਼ੀਆ ਗ੍ਰਸਤ ਕਰਕੇ ਮੇਨਟੇਨ ਕਰਨਾ ਚਾਹੁੰਦੇ ਆ ਤਾਂ ਕਿ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮਲਟੀਪੋਲਰ ਸਥਿਤੀ ਬਣੇ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਵਾਪਰਿਆ ਆ ਆਪਾਂ ਦੇਖੀਏ ਦਿੱਲੀ ਕਮੇਟੀ ਦੀਆਂ ਚੋਣਾਂ ਹੋਈਆਂ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਾਦਲ ਹੀ ਸਭ ਤੋਂ ਵੱਧ ਸੀਟਾਂ ਲੈ ਕੇ ਗਏ ਪਰ ਇੰਨੀ ਕਮਜ਼ੋਰ ਸਥਿਤੀ ਦੇ ਵਿੱਚ ਆ ਗਏ ਕਿ ਉਹਨਾਂ ਨੇ ਉਸ ਉਹਨਾਂ ਦੇ ਵਿੱਚੋਂ ਹੀ ਆਪਣੇ ਨਾਲ ਸੁਰਮ ਲਾ ਕੇ ਚੱਲਣ ਵਾਲੇ ਆਗੂਆਂ ਨੂੰ ਉਹਨਾਂ ਦੇ ਕੋਲੋਂ ਬਗਾਵਤ ਕਰਵਾ ਕੇ ਉਹਨਾਂ ਨੂੰ ਦਿੱਲੀ ਕਮੇਟੀ ਦੇ ਉੱਪਰ ਕਾਬਜ ਕਰਵਾ ਦਿੱਤਾ ਤੇ ਉੱਥੇ ਵੱਡਾ ਕਾਰਨ ਜਿਹੜਾ ਉੱਭਰ ਕੇ ਆਇਆ ਉਹ ਇਹ ਵੀ ਸੀਗਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਗੱਲ ਦਾ ਬਿਰਤਾਂਤ ਕਾਫੀ ਹਾਵੀ ਸੀਗਾ ਕਿ ਜਿਹੜੇ ਵਖਰੇ ਵਖਰੇ ਹਿੱਸੇ ਨੇ ਜਿਹੜੇ ਬਾਦਲ ਦੇ ਖਿਲਾਫ ਚੱਲਦੇ ਆ ਕਿ ਇਹਨਾਂ ਨੂੰ ਇਕੱਠੇ ਹੋ ਕੇ ਇੱਕ ਸਾਂਝਾ ਮੁਹਾਜ ਬਣਾਉਣਾ ਚਾਹੀਦਾ। ਉੱਥੇ ਇਹ ਗੱਲ ਵੀ ਨਜ਼ਰ ਆਈ ਕਿਸੇ ਨੂੰ ਆਮ ਆਦਮੀ ਪਾਰਟੀ ਦੇ ਰਾਹੀਂ ਕਿਸੇ ਨੂੰ ਭਾਜਪਾ ਨੇ ਖੁਦ ਕਿਸੇ ਨੂੰ ਕਿਸੇ ਦੇ ਰਾਹੀਂ ਉਹਨਾਂ ਨੇ ਸਾਰਿਆਂ ਨੂੰ ਇਹ ਲੱਗਣ ਲਾ ਦਿੱਤਾ ਕਿ ਬਾਦਲ ਕਮਜ਼ੋਰ ਨੇ। ਹਾਂਜੀ। ਇਹ ਹੁਣ ਮਤਲਬ ਕਰਪਟ ਹੋ ਚੁੱਕੇ ਆ ਸਟੇਟ ਵੀ ਚਾਹਦੀ ਆ ਕਿ ਰਿਪਲੇਸ ਹੋਣ ਤੇ ਤੁਸੀਂ ਆਓ। ਹਾਂ। ਉਹ ਸਾਰਿਆਂ ਨੂੰ ਥਾਪੜਾ ਮਿਲਣ ਦਾ ਨਤੀਜਾ ਇਹ ਹੋਇਆ ਕਿ ਜਿਹੜੀ ਉਹ ਗੱਲ ਚੱਲ ਰਹੀ ਸੀਗੀ ਕਿ ਰਲ ਕੇ ਇੱਕ ਸਾਂਝੀ ਫਾਈਟ ਦਿੱਤੀ ਜਾਵੇ ਹਰ ਕਿਸੇ ਨੂੰ ਲੱਗਿਆ ਕਿ ਸਾਡੇ ਮਗਰ ਫਲਾਨਾ ਖੜਾ ਸਾਡੇ ਮਗਰ ਫਲਾਨਾ ਖੜਾ ਇਸ ਕਰਕੇ ਅਸੀਂ ਆ ਜਾਣਾ ਉੱਥੇ ਕੋਈ ਸਾਂਝਾ ਮੁਹਾਜ ਨਹੀਂ ਬਣਿਆ ਜਿਹਦਾ ਨਤੀਜਾ ਇਹ ਹੈ ਕਿ ਹੁਣ 3-4 ਧੜੇ ਸਿੱਖਾਂ ਦੇ ਦਿੱਲੀ ਦੇ ਵਿੱਚ ਹੈਗੇ ਆ ਆਪਸ ਦੇ ਵਿੱਚ ਨਹੀਂ ਬਣਦੀ ਪਰ ਭਾਜਪੀ ਦੇ ਨਾਲ ਤਿੰਨੇ ਹੀ ਸੁਰ ਰੱਖ ਕੇ ਚੱਲਦੇ ਆ ਸੋ ਇਸੇ ਤਰ੍ਹਾਂ ਹੀ ਹਰਿਆਣਾ ਕਮੇਟੀ ਦੇ ਵਿੱਚ ਆਪਾਂ ਦੇਖ ਲਈਏ ਕਿ ਉੱਥੇ ਬੇਸ਼ੱਕ ਇਲੈਕਸ਼ਨ ਨਹੀਂ ਹੋਈ ਪਰ ਮੈਂ ਜਿੱਦ ਪਹਿਲਾਂ ਵੀ ਸ਼ਾਇਦ ਇਸ ਗੱਲ ਦਾ ਜ਼ਿਕਰ ਕੀਤਾ ਹੋਵੇ ਕਿ ਜਦੋਂ ਦਿਦਾਰ ਸਿੰਘ ਨਲਵੀ ਜਾਂ ਜਗਦੀਸ਼ ਸਿੰਘ ਝਿੰਡਾ ਹੋਣੀ ਜਿਹੜੇ ਹਰਿਆਣਾ ਕਮੇਟੀ ਦੀ ਮੰਗ ਨੂੰ ਉਠਾਉਣ ਵਾਲੇ ਮੋਢੀ ਬੰਦਿਆਂ ਦੇ ਵਿੱਚ ਸੀਗੇ ਜਦੋਂ ਖਾਲਸਾ ਐਕਸ਼ਨ ਕਮੇਟੀ ਦੀਆਂ ਮੀਟਿੰਗਾਂ ਦੇ ਦੌਰਾਨ ਮਿਲਣਾ ਤੇ ਉਹਨਾਂ ਨੇ ਇਹ ਕਹਿਣਾ ਕਿ ਸਾਨੂੰ ਵੱਖਰੀ ਕਮੇਟੀ ਇਸ ਕਰਕੇ ਚਾਹੀਦੀ ਆ ਕਿ ਬਾਦਲਾਂ ਦੀ ਭਾਜਪਾ ਦੇ ਨਾਲ ਸਾਂਝ ਆ ਤੇ ਭਾਜਪਾ ਆਰਐਸਐਸ ਉਹ ਤੇ ਰਿਆ ਜਿਹੜੀ ਸਿੱਖਾਂ ਦੀ ਵਿਲੱਖਣ ਤੇ ਨਿਆਰੀ ਹਸਤੀ ਨੂੰ ਨਹੀਂ ਮੰਨਦੀ ਇਸ ਕਰਕੇ ਇਹਨਾਂ ਦਾ ਪ੍ਰਭਾਵ ਘਟਾਉਣ ਦੇ ਵਾਸਤੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਆ ਪਰ ਉਹ ਨਤੀਜਾ ਕੀ ਨਿਕਲਿਆ ਉਹਦਾ ਨਤੀਜਾ ਇਹ ਨਿਕਲੇਗਾ ਜਦੋਂ ਵੱਖਰੀ ਕਮੇਟੀ ਬਣੀ ਉਹ ਪੈਂਦੀ ਸੱਟੇ ਹੀ ਭਾਜਪਾ ਦੀ ਝੋਲੀ ਦੇ ਵਿੱਚ ਜਾ ਕੇ ਡਿੱਗੀ ਹੋਈ ਆ ਉਹਦਾ ਵੱਡਾ ਕਾਰਨ ਇਹ ਹੈ ਕਿ ਅੰਦਰੂਨੀ ਤੌਰ ਦੇ ਉੱਪਰ ਹਰਿਆਣੇ ਦੇ ਵਿੱਚ ਵੀ ਸਿੱਖ ਪਟੋਤਾਰ ਦੇ ਵਿੱਚ ਹੈਗੇ ਆ ਸੋ ਇਹੀ ਸਥਿਤੀ ਪੰਜਾਬ ਦੇ ਵਿੱਚ ਲਿਆਉਣੀ ਚਾਹੁੰਦੇ ਆ ਬੇਸ਼ੱਕ ਜਿੱਦਾਂ ਮੈਂ ਕਿਹਾ ਦਾਵੇਦਾਰ ਪਹਿਲਾਂ ਵੀ ਰਹੇ ਸੀਗੇ ਪਰ ਇੱਕ ਇੰਨਾ ਜ਼ਿਆਦਾ ਮਜ਼ਬੂਤ ਸੀਗਾ ਕਿ ਬਾਕੀ ਉਹਦਾ ਮੁਕਾਬਲਾ ਕਰਕੇ ਉਸ ਤਾਕਤ ਨੂੰ ਵੰਡਣ ਦੀ ਸਥਿਤੀ ਦੇ ਵਿੱਚ ਨਹੀਂ ਸੀਗੇ ਸੋ ਇਹ ਹਾਲਾਤ ਹੁਣ ਉੱਬਰ ਦੇ ਨਜ਼ਰ ਆ ਰਹੇ ਆ ਬਾਕੀ ਇੱਕ ਗੱਲ ਇਹ ਹੈ ਕਿ ਜਿਹੜੇ ਕੁਝ ਨਵੇਂ ਸਮੀਕਰਨ ਉੱਭਰੇ ਆ ਉਹਨਾਂ ਦੇ ਵਿੱਚੋਂ ਵੀ ਇਹ ਗੱਲ ਦੇਖਣ ਵਾਲੀ ਹੋਊਗੀ ਜਿਸ ਤਰ੍ਹਾਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਤੇ ਅਮਰਪਾਲ ਸਿੰਘ ਆ ਦੋਵੇਂ ਹੀ ਆਜ਼ਾਦ ਤੌਰ ਦੇ ਉੱਪਰ ਜਿੱਤੇ ਆ ਵੋਟਾਂ ਦੇ ਦੌਰਾਨ ਦੋਵਾਂ ਦੇ ਵਿੱਚ ਹੀ ਇੱਕ ਤ ਗੈਰ ਰਸਮੀ ਤਾਲਮੇਲ ਜਿਹੜਾ ਆ ਉਹ ਵੀ ਨਜ਼ਰ ਆਇਆ ਜਿਹਦੇ ਵਿੱਚ ਆਪਾਂ ਦੇਖਿਆ ਗਿਆ ਅਮਰਪਾਲ ਸਿੰਘ ਹੁਣਾਂ ਦੇ ਮਾਤਾ ਜੀ ਨੇ ਇੱਕ ਦਿਨ ਜਿਹੜਾ ਆ ਉਹ ਪੂਰਾ ਕੈਂਪੇਨ ਇੰਨੀ ਇੰਟੈਂਸ ਕੈਂਪੇਨਿੰਗ ਆਪਣੀ ਛੱਡ ਕੇ ਉਹਨਾਂ ਦੇ ਵਾਸਤੇ ਕੀਤੀ ਜਿੱਤਣ ਤੋਂ ਬਾਅਦ ਸਰਬਜੀਤ ਸਿੰਘ ਹੁਣਾਂ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਦੇ ਨਾਲ ਗੱਲ ਕੀਤੀ ਗਈ ਕਿ ਅਮਰਿਤਪਾਲ ਸਿੰਘ ਨੂੰ ਜਿਹੜੀ ਔਦੇ ਦੀ ਸੌਹ ਹੈ ਉਹ ਚੁਕਵਾਈ ਜਾਵੇ ਤੇ ਬਹੁਤ ਸਾਰੇ ਸਾਂਝੇ ਚਿਹਰੇ ਵੀ ਸਿੱਖਾਂ ਦੇ ਵਿੱਚੋਂ ਵਿਚਰਨ ਵਾਲੇ ਹੈਗੇ ਆ ਜਿਹੜੇ ਇਹਨਾਂ ਦੀ ਮਦਦ ਕਰ ਰਹੇ ਸੀ ਦੋ ਨਾਂ ਖਾਸ ਤੌਰ ਦੇ ਉੱਪਰ ਜ਼ਿਕਰਯੋਗ ਹੈਗੇ ਇੱਕ ਸਾਬਕਾ ਜਥੇਦਾਰ ਭਾਈ ਜਸਪੀਰ ਸਿੰਘ ਰੋਡੇ ਤੇ ਦੂਸਰੇ ਜਿਹੜੇ ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਨੇ ਜਤਿੰਦਰ ਸਿੰਘ ਪੰਗੂ ਜੇਕਰ ਆਪਾਂ ਜਸਪੀਰ ਸਿੰਘ ਰੋਡੇ ਹੋਂ ਦਾ ਦੇਖੀ ਉਹਨਾਂ ਨੇ ਬਹੁਤ ਹੀ ਅਹਿਮ ਮੌਕਿਆਂ ਦੇ ਉੱਪਰ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਉਹ ਆ ਕੇ ਖੜੇ ਆ ਜਿਸ ਤਰ੍ਹਾਂ ਜੇ ਤੁਹਾਨੂੰ ਯਾਦ ਹੋਵੇ ਜਦੋਂ ਅੰਮ੍ਰਿਤਪਾਲ ਸਿੰਘ ਨੇ ਵਾਰਸ ਪੰਜਾਬ ਦੇ ਦੀ ਪ੍ਰਧਾਨਗੀ ਸੰਭਾਲਣੀ ਸੀਗੀ ਉਹਦੇ ਵਾਸਤੇ ਇੱਕ ਰਸਮ ਜਿਹੜੀ ਆ ਉਹ ਰੋਡੇ ਪਿੰਡ ਦੇ ਵਿੱਚ ਕੀਤੀ ਗਈ ਜਿਹਨੂੰ ਦਸਤਾਰਬੰਦੀ ਦਾ ਨਾਮ ਦਿੱਤਾ ਗਿਆ ਉਸ ਮੌਕੇ ਦੇ ਉੱਪਰ ਭਾਈ ਜਸਵੀਰ ਸਿੰਘ ਰੋਡੇ ਹੋਣੀ ਉਹ ਸਾਰੀ ਮੁਹਿਮ ਦੇ ਵਿੱਚ ਨਾਲ ਸੀਗੇ ਦੂਸਰਾ ਜਿਹੜਾ ਅਹਿਮ ਹੈਗਾ ਉਹ ਗ੍ਰਿਫਤਾਰੀ ਦਾ ਹੈਗਾ ਆ ਜਤਿੰਦਰ ਸਿੰਘ ਪੰਗੂ ਹੋਣਾ ਦੇ ਬਾਮਲੇ ਦੇ ਵਿੱਚ ਵੀ ਗ੍ਰਿਫਤਾਰੀ ਦੇ ਪਿੱਛੇ ਮਤਲਬ ਜਿੰਨੀ ਸਾਰਾ ਤਾਲਮੇਲ ਜਾਂ ਹੋ ਰਿਹਾ ਉਹ ਹੁਣੇ ਜਾਣਕਾਰੀ ਕਾਫੀ ਜਨਤਕ ਤੌਰ ਦੇ ਉੱਪਰ ਹੀ ਸਾਹਮਣੇ ਆ ਚੁੱਕੀ ਕਿ ਉਹਦੇ ਵਿੱਚ ਉਹਨਾਂ ਦੀ ਭੂਮਿਕਾ ਸੀਗੀ ਔਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪਰਿਵਾਰ ਦੇ ਵੱਲੋਂ ਜਿੰਨੀ ਵੀ ਮੁਹਿਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਦੀ ਭੂਮਿਕਾ ਜਿਹੜੀ ਆ ਉਹ ਆ ਰਹੀ ਹੈ ਸੋ ਦੇਖਣ ਵਾਲੀ ਗੱਲ ਇਹ ਵੀ ਹੈਗੀ ਆ ਕਿ ਇਹੀ ਦੋ ਹਿੱਸੇ ਜਿਹੜੇ ਨੇ ਉਹ ਭਾਈ ਸਰਬਜੀਤ ਸਿੰਘ ਦੀ ਜਿੰਨੀ ਵੀ ਕੈਂਪੇਨ ਸੀਗੀ ਉਹਦੇ ਵਿੱਚ ਉਹਨਾਂ ਦੇ ਨਾਲ ਵੀ ਸੀਗੇ ਸੋ ਆਉਂਦੇ ਸਮੇਂ ਦੇ ਵਿੱਚ ਬੇਸ਼ੱਕ ਉਹਨਾਂ ਜਿੱਦਾਂ ਮੈਂ ਕਿਹਾ ਕਿ ਦੋਵਾਂ ਦਾ ਸਰਬਜੀਤ ਸਿੰਘ ਹੋਣਾ ਦਾ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਮਰਤਕਾਂ ਦਾ ਚੋਣਾਂ ਦੌਰਾਨ ਤੇ ਚੋਣਾਂ ਤੋਂ ਬਾਅਦ ਇੱਕ ਗੈਰ ਰਸਮੀ ਇੱਕ ਦੂਜੇ ਦਾ ਸਹਿਯੋਗਤਾ ਨਜ਼ਰ ਆਇਆ ਆ ਪਰ ਆਪ ਦੇ ਪੁਹੇਖ ਦੇ ਏਜੰਡੇ ਦੇ ਬਾਰੇ ਦੇ ਵਿੱਚ ਜਿਹੜਾ ਕਿ ਦੋਵਾਂ ਦੇ ਵੱਲੋਂ ਜੋ ਐਲਾਨਿਆ ਗਿਆ ਉਹ ਸਾਂਝਾ ਹੀ ਹੈ ਵੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਪਰ ਉਹਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਤੇ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਪਰ ਇਹਨਾਂ ਦੇ ਬਾਰੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸੰਕੇਤ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਜਿੱਥੇ ਉਹਨਾਂ ਨੇ ਕਿਹਾ ਹੋਵੇ ਕਿ ਇਸ ਏਜੰਡੇ ਨੂੰ ਲੈ ਕੇ ਦੋਵਾਂ ਦੇ ਦਰਮਿਆਨ ਕੋਈ ਭੁਇਖ ਦਾ ਜਿਹੜਾ ਲੰਬੇ ਸਮੇਂ ਦਾ ਤਾਲਮੇਲ ਆ ਉਹ ਬਣ ਸਕਦਾ ਆ ਉਹ ਬਣੂਗਾ ਜਾਂ ਨਹੀਂ ਬਣੂਗਾ ਜਾਂ ਇਹ ਜਿਹੜੇ ਸਾਂਝੇ ਹਿੱਸੇ ਨੇ ਜਿਹੜੇ ਕਿ ਦੋਵਾਂ ਦੀ ਹੀ ਮਦਦ ਜਿਹੜੀ ਆ ਉਹ ਕਰ ਰਹੇ ਆ ਜਿਸ ਤਰ੍ਹਾਂ ਆਪਾਂ ਪੰਗੂ ਸਾਹਿਬ ਦਾ ਜਾਂ ਰੋਡੇ ਸਾਹਿਬ ਦਾ ਜ਼ਿਕਰ ਕੀਤਾ ਵੀ ਉਹ ਕਰ ਸਕਣਗੇ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਊਗੀ ਜਸਵੀਰ ਸਿੰਘ ਰੋਟੀ ਦੀ ਗੱਲ ਕੀਤੀ ਉਹ ਚਿਹਰਾ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਨੇ ਚਾਹੇ ਉਹ ਮੋਟ ਸਿਆਸਤੂ ਦੇ ਵਿੱਚ ਹੁਣ ਸਿੱਧੇ ਤੌਰ ਤੇ ਭਾਵੇਂ ਨਹੀਂ ਆਏ ਜਿਵੇਂ ਇਹਨਾਂ ਦੀ ਹਮਾਇਤ ਕਰਦੇ ਨੇ ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਸਿਆਸਤ ਹੋਵੇ ਪਰ ਜਿਹੜੇ ਇੰਜੀਨੀਅਰ ਜਸਵੀਰ ਸਿੰਘ ਪੰਗੂ ਨੇ ਉਹਨਾਂ ਦਾ ਕੀ ਕੋਈ ਰਾਜਨੀਤਿਕ ਪਿਸ਼ੋਕੜ ਹੈ ਕਿ ਉਹ ਸਰਕਾਰੀ ਕਰਮਚਾਰੀ ਹੋਣ ਦੇ ਨਾਲ ਨਾਲ ਪਹਿਲਾਂ ਵੀ ਰਾਜਨੀਤਿਕ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਪਿਛਲੀਆਂ ਸਰਕਾਰਾਂ ਦੇ ਵੇਲੇ ਜਾਂ ਸਿੱਖਾਂ ਦੀ ਹੋਰ ਤਰ੍ਹਾਂ ਦੇ ਵਿੱਚ ਇਸ ਤਰ੍ਹਾਂ ਸਰਗਨ ਬ੍ਰਾਏ ਹੋਣ ਦੇਖੋ ਉਹ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਜਿੰਨੀਆਂ ਵੀ ਸਿੱਖ ਹਿੱਸੇ ਰਹੇ ਆ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਇੱਕ ਭੂਮਿਕਾ ਰਹੀ ਹੈ ਇਸ ਤੋਂ ਪਹਿਲਾਂ ਵੀ ਰਹੀ ਹੈ ਪਿਛਲੀ ਜਦੋਂ ਬਾਦਲ ਦਲ ਦੀ ਸਰਕਾਰ ਸੀਗੀ ਉਸ ਸਮੇਂ ਤੋਂ ਵੀ ਜਿੰਨੇ ਸਿੱਖ ਹਿੱਸਿਆਂ ਦੇ ਨਾਲ ਤਾਲਮੇਲ ਸੀਗਾ ਕੋਈ ਸਮਝ ਦੇ ਪੱਧਰ ਦੇ ਉੱਪਰ ਜਾਂ ਕੀ ਚੱਲ ਰਿਹਾ ਉਹਦੇ ਬਾਰੇ ਜਾਣਕਾਰੀ ਲੈਣੀ ਜਾਂ ਹੋਰ ਕਰਨਾ ਉਹ ਉਹਨਾਂ ਦਾ ਰਿਹਾ ਹੈ ਤੇ ਹੁੰਣ ਦੇ ਸਮੇਂ ਦੇ ਵਿੱਚ ਖਾਸ ਕਰਕੇ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਦੀ ਜਿੰਨੇ ਮੁਹਿਮ ਹੈ ਉਹਦੇ ਵਿੱਚ ਉਹਨਾਂ ਦੀ ਆਪਣੀ ਇੱਕ ਭੂਮਿਕਾ ਰਹੀ ਹੈ ਔਰ ਉਹਨਾਂ ਦੇ ਇੱਕ ਯਤਨ ਵੀ ਹੈਗੇ ਇਸੇ ਕਰਕੇ ਹੀ ਆਪਾਂ ਕਹਿ ਰਹੇ ਹਾਂ ਕਿ ਜਦੋਂ ਇੰਨੀ ਸਰਗਰਮੀ ਦੇ ਨਾਲ ਵਿਚਰ ਰਹੇ ਆ ਤੇ ਦੋਵਾਂ ਹਿੱਸਿਆਂ ਦੀ ਸਾਂਝੀ ਹਮਾਇਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਵੀ ਕੀ ਉਹਨਾਂ ਦੇ ਵਿੱਚ ਲੌਂਗ ਟਰਮ ਨੇੜਤਾ ਉਸ ਏਜੰਡੇ ਦੇ ਬਾਰੇ ਦੇ ਵਿੱਚ ਕਰਵਾ ਸਕਣਗੇ ਜਾਂ ਕਰਵਾਉਣਗੇ ਜਾਂ ਨਹੀਂ ਯਾ ਉਹデア ਜੇ ਉਹ ਗੱਲ ਤੋੜਦੇ ਆ ਤਾਂ ਉਹਦਾ ਕੀ ਹੁੰਗਾਰਾ ਮਿਲੇਗਾ ਇਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਦੋਵਾਂ ਹਿੱਸਿਆਂ ਦੇ ਵੱਲੋਂ ਆਪ ਦੇ ਭਵਿੱਖ ਦਾ ਏਜੰਡਾ ਬੇਸ਼ੱਕ ਸਪਸ਼ਟ ਕੀਤਾ ਗਿਆ ਪਰ ਕੋਈ ਵੀ ਇਸ ਤਰ੍ਹਾਂ ਦੇ ਸੰਕੇਤ ਸਾਹਮਣੇ ਨਹੀਂ ਆਏ ਜਿੱਥੇ ਕਿ ਲੱਗੇ ਕਿ ਇਹਨਾਂ ਦੋ ਹਿੱਸਿਆਂ ਦੇ ਵਿੱਚ ਲੰਬੇ ਸਮੇਂ ਦੀ ਰਲ ਨਹੀਂ ਸਕਦਾ ਪਰ ਇੱਥੇ ਇੱਕ ਖਾਸ ਗੱਲ ਇਹ ਵੀ ਹੈ ਵੀ ਸਰਕਾਰਾਂ ਅਕਸਰ ਜਿਹੜੀਆਂ ਧਿਰਾਂ ਹੁੰਦੀਆਂ ਨੇ ਵੱਖਰੇ ਤੌਰ ਤੇ ਹੋ ਕੇ ਚੱਲਣ ਵਾਲੀਆਂ ਉਹਨਾਂ ਨਾਲ ਇੱਕ ਟੇਬਲ ਟॉक ਵਾਲਾ ਰਾਹ ਖੁੱਲਾ ਰੱਖ ਦਿਆ ਨੇ ਉਹ ਟੇਬਲ ਟॉक ਦਾ ਰਾਹ ਬਿਊਰੋਕ੍ਰੇਸੀ ਦੇ ਰਾਹੀਂ ਹੀ ਖੋਲਿਆ ਜਾਂਦਾ ਹੁੰਦਾ ਵੀ ਉਹਨਾਂ ਦੇ ਕੁਝ ਆਪਣੇ ਬੰਦੇ ਹੁੰਦੇ ਨੇ ਜਿਹੜੇ ਉਧਰ ਵੀ ਗੱਲਬਾਤ ਕਰਨੀ ਚੰਗੀ ਸਾਖ ਰੱਖਦੇ ਹੁੰਦੇ ਨੇ ਸਰਕਾਰਾਂ ਦੇ ਬੰਦੇ ਤਾਂ ਪੰਗੂ ਸਾਹਿਬ ਨੇ ਜਿਹੜੇ ਉਹ ਉਹ ਕਿਹੜੇ ਪਾਸੇ ਆਉਂਦੇ ਨੇ ਉਹ ਸਰਕਾਰ ਵਾਲੇ ਪਾਸੇੋਂ ਗੱਲਬਾਤ ਕਰਨ ਵਾਲੇ ਪਾਸੇ ਆਉਂਦੇ ਨੇ ਜਾਂ ਉਹ ਇੱਕ ਵੱਖਰੇ ਤੌਰ ਤੇ ਪੰਦਤ ਸਿਆਸ ਦੇ ਵਿੱਚ ਵਿਚਰ ਰਹੇ ਨੇ ਦੇਖੋ ਇਸ ਬੰਦ ਦੇ ਵਿੱਚ ਕੋਈ ਖਾਸ ਜਾਣਕਾਰੀ ਜਿਹੜੀ ਆ ਉਹ ਤਾਂ ਅਜੇ ਤੱਕ ਸਾਹਮਣੇ ਨਹੀਂ ਆਈ ਉਹਨਾਂ ਦੇ ਵਿਚਰਨ ਦੀ ਜਿਹੜੀ ਇੱਕ ਭੂਮਿਕਾ ਹੈਗੀ ਆ ਉਹ ਜਰੂਰ ਸਾਹਮਣੇ ਆਈ ਆ ਹਾਲਾਂਕਿ ਪਿਛਲੇ ਸਮੇਂ ਦੇ ਦੌਰਾਨ ਇੱਕ ਗੱਲ ਜਰੂਰ ਸਾਹਮਣੇ ਆਈ ਕਿ ਅਮਰਪਾਲ ਸਿੰਘ ਉਹਨਾਂ ਦੇ ਨਾਲ ਦੇ ਜਿਹੜੇ ਕੁਝ ਹਿੱਸੇ ਆ ਉਹਨਾਂ ਦੇ ਵੱਲੋਂ ਇਤਰਾਜ਼ ਜਿਹੜਾ ਆ ਉਹ ਜਤਾਇਆ ਗਿਆ ਖਾਸ ਤੌਰ ਦੇ ਉੱਪਰ ਜਿਹੜੇ ਉਹਨਾਂ ਦੇ ਵਕੀਲ ਨੇ ਆਪਣੇ ਇਮਾਨ ਸਿੰਘ ਖਾਰਾ ਉਹਨਾਂ ਦੇ ਪਿਤਾ ਜੀ ਸਰਦਾਰ ਹਰਪਾਲ ਸਿੰਘ ਖਾਰਾ ਜਿਹੜੇ ਕਿ ਆਪ ਵੀ ਇੱਕ ਵਕੀਲ ਹੈ ਉਹਨਾਂ ਦੀ ਇੱਕ ਵੀਡੀਓ ਜਰੂਰ ਸਾਹਮਣੇ ਆਈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇੱਕ ਸਰਕਾਰੀ ਅਫਸਰ ਹੈ ਜਿਹੜਾ ਕਿ ਮੇਰੇ ਪੁੱਤਰ ਨੂੰ ਫੋਨ ਕਰਕੇ ਇਹ ਗੱਲ ਕਹਿ ਰਿਹਾ ਕਿ ਤੁਸੀਂ ਇਹ ਅਮਰਪਾਲ ਸਿੰਘ ਬਾਰੇ ਇਸ ਤਰ੍ਹਾਂ ਦਾ ਬਿਆਨ ਦਿਓ ਇਸ ਤਰ੍ਹਾਂ ਦਾ ਨਾਮ ਦਿਓ ਔਰ ਕਾਫੀ ਸਖਤ ਸ਼ਬਦਾਵਲੀ ਜਿਹੜੀ ਹੈ ਉਹ ਉਹਨਾਂ ਨੇ ਵਰਤੀ ਹਾਲਾਂਕਿ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਉਸ ਵੀਡੀਓ ਦੇ ਵਿੱਚ ਪਰ ਜਿਹੜੇ ਕੋਈ ਜਾਣਕਾਰ ਹਲਕਿਆਂ ਤੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹੀ ਕਿਹਾ ਕਿ ਉਹਨਾਂ ਦੇ ਵੱਲੋਂ ਸਰਦਾਰ ਜਤਿੰਦਰ ਸਿੰਘ ਹੋਣਾ ਦੇ ਵਿਰੁੱਧ ਜਿਹੜਾ ਆ ਉਹ ਇਤਰਾਜ਼ ਪ੍ਰਗਟਾਏ ਗਏ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਜ਼ਰੂਰ ਸਾਹਮਣੇ ਆਈ ਜਿਹੜੀ ਤੁਸੀਂ ਮਨੋਰਥ ਬਾਰੇ ਕਿਹਾ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਗੈਰਵਾਜਬ ਹੋਊ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣ ਦੇ ਹੁਣ ਅਸਾਰ ਲੱਜਟਾਏ ਜਾ ਰਹੇ ਨੇ ਹਾਲਾਂਕਿ ਇਹ ਤਾਂ ਵੋਟਾਂ ਪਣ ਰਹੀਆਂ ਨੇ 31 ਜੁਲ ਵੀ ਹੋ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੇ ਚੋਣਾਂ ਨੇ ਪਰ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਢੜੇ ਜਿਹੜੇ ਬਣਦੇ ਨਜ਼ਰ ਆ ਰਹੇ ਨੇ ਸਰਬਜੀਤ ਸਿੰਘ ਖਾਲਸਾਹੋਂ ਦਾ ਇੱਕ ਨਵਾਂ ਢੜਾ ਬਣਦਾ ਨਜ਼ਰ ਆ ਸਕਦਾ ਹੋ ਸਕਦਾ ਅਮਰਪਾਲ ਸਿੰਘ ਉਹਨਾਂ ਦੇ ਨਾਂ ਹੜਲੇਵਾ ਕਰਕੇ ਉਹਨਾਂ ਦਾ ਇੱਕ ਢੜਾ ਹੋਵੇ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਢੜਾ ਇਹਨਾਂ ਤੋਂ ਇਲਾਵਾ ਵੀ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ ਕੁਝ ਢੜੇ ਉਹੀ ਨੇ ਵੀ ਜਿਹੜੇ ਉੱਥੇ ਹੀ ਜਿਹੜੇ ਭਾਗ ਲੈਂਦੇ ਨੇ ਤਾਂ ਹੁਣ ਅਜਿਹੀ ਸਥਿਤੀ ਦੇ ਵਿੱਚ ਦੋ ਤਰ੍ਹਾਂ ਦੇ ਸਮੀਕਰਨ ਪੰਜਾਬ ਦੇ ਵਿੱਚ ਲਾਏ ਜਾ ਰਹੇ ਨੇ ਇੱਕ ਆਮ ਗੱਲ ਚੱਲਦੀ ਹੈ ਵੀ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਜਿਹੜਾ ਮਾਹੌਲ ਹੈ ਵੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਜਿੱਤੀ ਨਹੀਂ ਜਾ ਸਕਦੀ ਇੱਕ ਬੰਦੇ ਕਹਿ ਰਹੇ ਨੇ ਵੀ ਜੇ ਬਾਦਲਾਂ ਨੂੰ ਹਟਾਉਣਾ ਹੈ ਤਾਂ ਕਿਸੇ ਦੇ ਕਿਸੇ ਦੀ ਮਦਦ ਲੈਣੀ ਪੈਣੀ ਹੈ ਅਤੇ ਬਾਦਲਾਂ ਨੂੰ ਹਟਾਉਣਾ ਜ਼ਰੂਰੀ ਹੈ ਵੀ ਜੇ ਤੁਸੀਂ ਪੰਥ ਦੇ ਕੁਝ ਭਲੇ ਦੇ ਕਾਰਜ ਕਰਨੇ ਨੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਆਮ ਚਰਚਾ ਦੇ ਵਿੱਚ ਨੇ ਤਾਂ ਮੈਂ ਸਵਾਲ ਇਹ ਹੈ ਵੀ ਕੀ ਇਕਤਾ ਚਿਹਰਾ ਹਟਾਉਣ ਦੇ ਨਾਲ ਪਰਿਸਥਿਤੀਆਂ ਬਦਲ ਜਾਣਗੀਆਂ ਦੂਸਰਾ ਇਹ ਵੀ ਜਿਸ ਤਰ੍ਹਾਂ ਬਾਦਲਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਸਰਕਾਰਾਂ ਦੇ ਨਾਲ ਰਲ ਕੇ ਚੱਲਦੇ ਨੇ ਕਿ ਜੇ ਕਿ ਹੁਣ ਤੇਰੇ ਜੋ ਕੋਈ ਜਿਤਨਾ ਚਾਹੁੰਦੀ ਆ ਸਰਕਾਰ ਦੀ ਹਮਾਇਤ ਲੈ ਕੇ ਕੀ ਉਹ ਉਹ ਬਾਦਲਾਂ ਤੋਂ ਜਾਂ ਜਿਹੜੀ ਹੁਣ ਤੇਰੇ ਬੈਠੀ ਆ ਉਹ ਤੋਂ ਕੁਝ ਵੱਖਰਾ ਕਰ ਪਾਊਗੀ ਦੇਖੋ ਇਹਦੇ ਵਾਸਤੇ ਮੈਨੂੰ ਲੱਗਦਾ ਇੱਕ ਜਿਹੜੀ ਗੱਲ ਆਮ ਤੌਰ ਦੇ ਉੱਪਰ ਨਹੀਂ ਵਿਚਾਰੀ ਜਾਂਦੀ ਉਹ ਹੈਗੇ ਅੰਦਰੂਨੀ ਸਮੀਕਰਨ ਜ਼ਿਆਦਾਤਰ ਗੱਲ ਜੇਸ ਲਾਈਨ ਦੇ ਉੱਪਰ ਤੁਸੀਂ ਕੀਤੀ ਹੈ ਵੀ ਸਰਕਾਰ ਦੀ ਮਤਲ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ ਕੀ ਅਸਰ ਹੋਊਗਾ ਕੀ ਨਹੀਂ ਹੋਊਗਾ ਇਹਦੇ ਉੱਪਰ ਹੀ ਕੇਂਦਰਤ ਰਹਿੰਦੀ ਹੈ ਪਹਿਲਾਂ ਆਪਾਂ ਅੰਦਰੂਨੀ ਹਾਲਾਤ ਬਾਰੇ ਦੇਖੀਏ ਕਿ ਕੀ ਨੇ ਬਾਦਲ ਦਲ ਦੀ ਸਮਰੱਥਾ ਘਟੀ ਹੈ ਪਰ ਉਹ ਗਿਣਤੀ ਦੇ ਵਿੱਚ ਹੈ ਠੀਕ ਹੈ ਜਿਹੜਾ ਆਪਾਂ ਵੋਟਾਂ ਤੋਂ ਪਹਿਲਾਂ ਵਿਸ਼ਲੇਸ਼ਣ ਅਸੀਂ ਸਾਂਝਾ ਕੀਤਾ ਸੀਗਾ ਉਹਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਵੋਟਾਂ ਤੋਂ ਬਾਅਦ ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਵਿਆਪਕ ਹਿੱਸਾ ਜਿਹੜਾ ਆ ਉਹ ਸੁਖਬੀਰ ਬਾਦਲ ਦੀ ਅ ਲੀਡਰਸ਼ਿਪ ਦੇ ਵਿਰੁੱਧ ਬਗਾਵਤ ਕਰੂਗਾ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਪਿਛਲੇ ਸਮੇਂ ਦੇ ਦੌਰਾਨ ਆਪਾਂ ਵਾਪਰਦੀਆਂ ਦੇਖ ਰਹੀਆਂ ਦੇਖ ਲਈਆਂ ਉਹ ਇੱਕ ਸੰਭਾਵੀ ਧੜਾ ਵੱਖਰਾ ਜਿਹੜਾ ਆ ਉਹ ਬਣਦਾ ਨਜ਼ਰ ਆ ਰਿਹਾ ਉਹਦੇ ਚ ਪੁਰਾਣੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਜਿੱਦਾਂ ਤੋੜ ਪਰਿਵਾਰ ਹੋ ਗਿਆ ਟੋੜਾ ਪਰਿਵਾਰ ਹੋ ਗਿਆ ਢਿੰਸਾ ਪਰਿਵਾਰ ਹੋ ਗਿਆ ਬਰਨਾਲਾ ਪਰਿਵਾਰ ਹੋ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਗਿਆ ਬੀਬੀ ਜ਼ਗੀਰ ਕੌਰ ਹੋ ਗਈ ਜਿੰਨਾ ਵਿੱਚੋਂ ਕਈ ਸਿੱਧੇ ਜਾਂ ਸਿੱਧੇ ਰੂਪ ਦੇ ਨਾਲ ਵਿੱਚ ਭਾਜਪਾ ਦੇ ਨਾਲ ਵੀ ਰਹੇ ਕਿੰਨੇ ਤਾਂ ਸੰਯੁਕਤ ਕਾਲੀ ਦਲ ਦਾ ਹਿੱਸਾ ਹੀ ਸੀਗੇ ਜਿਨ੍ਹਾਂ ਨੇ ਵਿਧਾਨ ਸਭਾ ਦੀ ਜਿਹੜੀ ਚੋਣ ਹੈ ਪੰਜਾਬ ਦੀ ਉਹ ਭਾਜਪਾ ਦੇ ਨਾਲ ਗੱਠ ਚੋੜ ਦੇ ਵਿੱਚ ਲੜੀ ਸੀ ਸੋ ਉਹ ਹਿੱਸਾ ਇੱਕ ਪਿੱਛੇ ਹੈਗਾ ਉਸ ਤੋਂ ਇਲਾਵਾ ਜਿੱਦਾਂ ਮਾਸਟਰ ਤਾਰਾ ਸਿੰਘ ਹੋਣਾ ਦਾ ਪਰਿਵਾਰ ਹੋ ਗਿਆ ਬੀਬੀ ਕਿਰਨ ਜੋਤ ਕੋਰ ਜਾਂ ਹੋਰ ਵੀ ਇਸ ਤਰ੍ਹਾਂ ਦੇ ਆਗੂ ਹੈਗੇ ਆ ਜਿਹੜੇ ਕਦੀ ਬੀਜੇਪੀ ਵੱਲ ਨੂੰ ਤਾਂ ਨਹੀਂ ਗਏ ਪਰ ਇਸ ਲੀਡਰਸ਼ਿਪ ਦੇ ਬਾਦਲ ਪਰਿਵਾਰ ਦੇ ਖਿਲਾਫ ਉਹ ਵੀ ਹੈਗੇ ਨੇ ਸੋ ਦੋ ਹਿੱਸੇ ਤਾਂ ਇਹ ਹੋ ਗਏ ਮਾਨ ਸਾਹਿਬ ਇੱਕ ਸਦੀਵੀ ਧਿਰ ਦੇ ਵੱਜੋਂ ਇਹਨਸੇ ਸਾਰੇ ਖੇਤਰ ਦੇ ਵਿੱਚ ਉਹ ਮੌਜੂਦ ਹੈਗੇ ਆ ਚੌਥਾ ਹਿੱਸਾ ਜਿਹੜਾ ਆ ਉਹ ਖਡੂਰ ਸਾਹਿਬ ਤੋਂ ਜਿੱਤਣ ਤੋਂ ਬਾਅਦ ਅਮਰਪਾਲ ਸਿੰਘ ਹੋਣਾ ਦਾ ਬਣ ਗਿਆ ਹਾਲਾਂਕਿ ਆਪਾਂ ਦੇਖੀਏ ਜਿਹੜੀ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਜਿਹੜੇ ਉਹਨਾਂ ਦੇ ਜੇਲ੍ਹ ਦੇ ਵਿੱਚੋਂ ਸਾਥੀ ਡਿਬਰੂਗੜ੍ਹ ਦੇ ਵਿੱਚੋਂ ਜਿਮਨੀ ਚੋਣਾ ਲੜਨ ਦਾ ਐਲਾਨ ਕੀਤਾ ਉਹਦੇ ਬਾਰੇ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਦੇ ਪਿਤਾ ਜੀ ਨੂੰ ਤੇ ਚਾਚਾ ਜੀ ਨੂੰ ਕਿ ਕੀ ਉਹਨਾਂ ਦਾ ਕੋਈ ਸਨੇਹਾ ਹੈ ਇਹਨਾਂ ਦੀ ਮਦਦ ਦਾ ਤੇ ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਲਈ ਸਮਾਂ ਹੀ ਇੰਨਾ ਜ਼ਿਆਦਾ ਘੱਟ ਸੀਗਾ ਕਿ ਇਹਦੇ ਬਾਰੇ ਗੱਲ ਹੀ ਨਹੀਂ ਹੋ ਸਕੀ ਅਸੀਂ ਪੁੱਛ ਹੀ ਨਹੀਂ ਸਕਿਆ ਸਮਾਂ ਹੀ ਬਹੁਤ ਥੋੜਾ ਸੀਗਾ ਕਿ 40 ਮਿੰਟ ਸੀਗੇ ਉਹਦੇ ਵਿੱਚ ਪ੍ਰਸ਼ਾਦਾ ਵੀ ਛਕਣਾ ਸੀਗਾ ਉਹ ਵਾਸ਼ਰੂਮ ਵੀ ਗਏ ਤੇ ਥੋੜੀ ਬਹੁਤੀ ਗੱਲ ਹੋਈ ਪਰ ਉਹਨਾਂ ਦੇ ਨਾਲ ਦੀ ਨਾਲ ਇਹ ਗੱਲ ਵੀ ਕਹੀ ਜਿਹੜੀ ਕਿ ਖਾਸ ਧਿਆਨ ਦੇਣ ਵਾਲੀ ਆ ਕਿ ਅਮਰਿਤਪਾਲ ਸਿੰਘ ਉਹਨਾਂ ਨੇ ਇਹ ਸੁਨੋਹਾ ਸੁਨੇਹਾ ਦਿੱਤਾ ਕਿ 31 ਜੁਲਾਈ 2024 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਰਜਿਸਟਰ ਹੋਣੀਆਂ ਨੇ ਇਸ ਕਰਕੇ ਸਾਰੀ ਸੰਗਤ ਵੱਧ ਤੋਂ ਵੱਧ ਵੋਟਰ ਰਜਿਸਟਰ ਕਰਾਵੇ ਜੇ ਆਪਾਂ ਇਸ ਪ੍ਰਬੰਧ ਨੂੰ ਸੁਧਾਰਨਾ ਤਾਂ ਆਪਾਂ ਨੂੰ ਵਿੱਚ ਸ਼ਾਮਲ ਹੋਣਾ ਪੈਣਾ ਸੋ ਇਹਦੇ ਵਿੱਚੋਂ ਇਹ ਵੀ ਪਤਾ ਲੱਗਦਾ ਹੈ ਕਿ ਕਿੰਨੀ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਦੂਜਾ ਜਿਹੜੇ ਕੁਝ ਅੰਦਰੂਨੀ ਸਮੀਕਰਨ ਜਿੰਨਾ ਬਾਰੇ ਇੱਕ ਤੁਕ-ਤੁਕੀ ਨਿਕਲ ਰਹੀ ਸੀਗੀ ਕਿ ਸ਼ਾਇਦ ਜਿੱਦਾਂ ਕੈਂਪੇਨ ਦੇ ਦੌਰਾਨ ਵੀ ਇਹ ਗੱਲ ਆਈ ਕਿ ਨਾਲ ਦੇ ਨਜ਼ਰਬੰਦ ਸਿੰਘਾਂ ਦੇ ਪਰਿਵਾਰ ਨਾਲ ਨਜ਼ਰ ਨਹੀਂ ਆ ਰਹੇ ਤੇ ਹੁਣ ਜਦੋਂ ਉਹ ਬਿਲਕੁਲ ਹੀ ਆਪਣੇ ਵੱਲੋਂ ਐਲਾਨ ਕਰ ਰਹੇ ਨੇ ਜੇਲ੍ਹ ਦੇ ਵਿੱਚੋਂ ਕਿ ਅਸੀਂ ਲੜਨੀ ਹੈ ਉਹ ਐਲਾਨ ਪਰਿਵਾਰਾਂ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਹੁਣ ਅਮਰਪਾਲ ਸਿੰਘ ਹੁਣਾਂ ਦੇ ਪਰਿਵਾਰ ਦੇ ਵੱਲੋਂ ਚੁੱਪ ਕਰ ਜਾਣਾ ਜਾਂ ਕਹਿਣਾ ਕਿ ਸਾਡੀ ਗੱਲ ਨਹੀਂ ਹੋਈ ਇਸ ਕਰਕੇ ਅਸੀਂ ਨਹੀਂ ਇਦੇ ਬਾਰੇ ਕੁਝ ਵੀ ਕਹਿ ਸਕਦੇ ਫਿਰ ਆਪਾਂ ਦੇਖਿਆ ਕਿ ਉਹਨਾਂ ਦੇ ਮਾਤਾ ਜੀ ਵੱਲੋਂ ਇੱਕ ਸਟੇਟਮੈਂਟ ਜਿਹੜੀ ਆ ਖਾਲਿਸਤਾਨ ਦੇ ਮਸਲੇ ਤੇ ਉਹ ਦਿੱਤੀ ਗਈ ਉਹਦਾ ਜਿਹੜਾ ਸਪਸ਼ਟੀਕਰਨ ਆ ਉਹਦੇ ਉੱਪਰ ਉਹ ਬਿਲਕੁਲ 24 ਘੰਟਿਆਂ ਦੇ ਵਿੱਚ ਆ ਜਾਂਦਾ ਪਰ ਨਾਲ ਦੇ ਸਿੰਘਾਂ ਦੇ ਵੱਲੋਂ ਜਿਹੜਾ ਚੋਣ ਲੜਨ ਦਾ ਐਲਾਨ ਕੀਤਾ ਗਿਆ ਉਹਦੇ ਬਾਰੇ ਦੇ ਵਿੱਚ ਇੰਨਾ ਸਮਾਂ ਪਾਉਣ ਤੋਂ ਬਾਅਦ ਵੀ ਨਹੀਂ ਆ ਰਹੀ ਸੋ ਇਸ ਹਿੱਸੇ ਦੇ ਵੀ ਅੰਦਰੂਨੀ ਸਮੀਕਰਨ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੈਗੇ ਆ ਜਿਹਦੇ ਬਾਰੇ ਵਿੱਚ ਕੁਝ ਗੱਲਾਂ ਪਹਿਲਾਂ ਧੁਖ ਰਹੀਆਂ ਸੀਗੀਆਂ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਗੱਲਾਂ ਜਿਹੜੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਾਇਦ ਉਹ ਐਗਜ਼ਿਸਟ ਕਰਦੀਆਂ ਨੇ ਕਿ ਆਪਸ ਦੇ ਵਿੱਚ ਤਾਲਮੇਲ ਉਹਨਾਂ ਦਰੋਸਤ ਇਸ ਵੇਲੇ ਮੇਬੀ ਨਾ ਹੋਵੇ ਪਰ ਇਹ ਹੁਣ ਸਦੀਵੀ ਹੈ ਜਾਂ ਮਤਲਬ ਬਿਲਕੁਲ ਟੈਂਪਰੇਰੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੋ ਚਾਰ ਗੱਲਾਂ ਹੋਰ ਹੋਣਗੀਆਂ ਤਾਂ ਉਹ ਕਲੀਅਰ ਹੋ ਸਕੂਗਾ ਪਰ ਇਹ ਹਿੱਸਾ ਵੀ ਆਪਣੇ ਆਪ ਦੇ ਵਿੱਚ ਇੱਕ ਹੈਗਾ ਆ ਸਰਬਜੀਤ ਸਿੰਘ ਹੋਣਾ ਦਾ ਹੁਣ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਮਾਨ ਸਾਹਿਬ ਨੇ ਕੈਂਪੇਨ ਦੇ ਦੌਰਾਨ ਸਰਬਜੀਤ ਸਿੰਘ ਹੋਣਾ ਵਿਰੋਧ ਦੇ ਵਿੱਚੋਂ ਉਮੀਦਵਾਰ ਜਿਹੜਾ ਆ ਉਹ ਵਾਪਸ ਨਹੀਂ ਲਿਆ ਹਾਲਾਂਕਿ ਅਮਰਿਤਪਾਲ ਸਿੰਘ ਹੁਣਾ ਦੇ ਵਿਰੋਧ ਦੇ ਵਿੱਚੋਂ ਉਮੀਦਵਾਰ ਵਾਪਸ ਲੈ ਲਿਆ ਸੀਗਾ ਪਰ ਕੋਈ ਵੀ ਨਾ ਤਾਂ ਅਮਰਿਤਪਾਲ ਸਿੰਘ ਤੇ ਆਪਣੇ ਸਿਮਰਨਜੀਤ ਸਿੰਘ ਮਾਨ ਹੁਣਾ ਦੇ ਦਰਮਿਆਨ ਵੀ ਲੰਬੀ ਸਿਆਸਤ ਦੇ ਵਾਸਤੇ ਕੋਈ ਗੱਠ ਜੋੜ ਦੀ ਸੰਭਾਵਨਾ ਹੋਵੇ ਇਸ ਤਰ੍ਹਾਂ ਦਾ ਅਜੇ ਕੋਈ ਵੀ ਅਸਾਰ ਜਿਹੜੇ ਆ ਉਹ ਨਹੀਂ ਨਜ਼ਰ ਆਏ। ਇਹੀ ਗੱਲ ਜਿਹੜੀ ਆ ਉਹ ਸਰਬਜੀਤ ਸਿੰਘ ਹੁਣਾ ਦੇ ਮਾਮਲੇ 'ਚ ਆ ਮਾਨ ਸਾਹਿਬ ਦੇ ਨਾਲ ਤੇ ਉਹਨਾਂ ਦੇ ਪਿਛਲੇ ਵਿਹਾਰ ਦੀ ਕੜਤਨ ਇੰਨੀ ਜ਼ਿਆਦਾ ਲੱਗਦੀ ਹੈ ਕਿ ਸ਼ਾਇਦ ਉਹਦੀ ਸੰਭਾਵਨਾ ਨਹੀਂ ਹੈਗੀ। ਅਮਰਤਪਾਲ ਸਿੰਘ ਉਹਨਾਂ ਨਾਲ ਹੋ ਸਕੂਗਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਊਗੀ ਸੋ ਪੰਜ ਹਿੱਸੇ ਤਾਂ ਇਹ ਪ੍ਰਮੁੱਖ ਵੋਟ ਸਿਆਸਤ ਵਾਲੇ ਹੀ ਬਣਦੇ ਨਜ਼ਰ ਆ ਰਹੇ ਆ ਇੱਕ ਬਾਦਲ ਇੱਕ ਬਾਦਲਾਂ ਦੇ ਵਿਰੋਧੀ ਇੱਕ ਮਾਨਸਾ ਸਾਹਿਬ ਇੱਕ ਅਮਰਤਪਾਲ ਸਿੰਘ ਤੇ ਉਹਨਾਂ ਦੇ ਹਮਾਇਤੀ ਇੱਕ ਸਰਬਜੀਤ ਸਿੰਘ ਤੇ ਉਹਨਾਂ ਦੇ ਹਮਾਇਤੀ ਔਰ ਜੇਕਰ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤੇ ਉੱਥੇ ਗਿਣਤੀ ਵੱਧ ਜਾਂਦੀ ਹੈ ਜਿੱਥੇ ਬਹੁਤ ਲੰਬੇ ਸਮੇਂ ਤੋਂ ਭਾਈ ਰਣਜੀਤ ਸਿੰਘ ਪੰਥਕ ਅਕਾਲੀ ਲਹਿਰ ਦੇ ਰੂਪ ਦੇ ਵਿੱਚ ਤੇ ਪੰਥਕ ਤਾਲਮੇਲ ਸੰਗਠਨ ਦੇ ਰੂਪ ਦੇ ਵਿੱਚ ਆਪਣੇ ਗਿਆਨੀ ਕੇਵਲ ਸਿੰਘ ਹੋਣੀ ਉਹਨਾਂ ਤੋਂ ਇਲਾਵਾ ਹੋਰ ਵੀ ਹਿੱਸੇ ਹੈਗੇ ਆ ਵਿਡਾਲਾ ਸਾਹਿਬ ਹੈਗੇ ਹੋਰ ਵੀ ਹੈਗੇ ਨੇ ਜਿਹੜੇ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਆ ਸੋ ਇਹ ਅੰਦਰੂਨੀ ਸਮੀਕਰਨ ਅਹਿਮ ਹੋਣਾ ਜੇਕਰ ਸਿੱਖਾਂ ਦੇ ਵਿੱਚੋਂ ਇੰਨੀਆਂ ਜ਼ਿਆਦਾ ਧਿਰਾਂ ਆਪਸ ਦੇ ਵਿੱਚ ਕਸ਼ਮਕਸ਼ ਕਰਨਗੀਆਂ ਤਾਂ ਬੜੀ ਇਹ ਸੰਭਾਵਨਾ ਬਣਦੀ ਹੈ ਕਿ ਦਿੱਲੀ ਦੀ ਤਰਜ਼ ਦੇ ਉੱਪਰ ਹਾਲਾਤ ਜਿਹੜੇ ਆ ਉਹ ਬਣ ਸਕਦੇ ਆ ਜੇ ਉਹ ਹਾਲਾਤ ਬਣਦੇ ਆ ਤਾਂ ਉਹ ਦਾ ਜੋ ਨਤੀਜਾ ਨਜ਼ਰ ਆ ਰਿਹਾ ਉਹ ਇਹ ਆ ਰਿਹਾ ਕਿ ਸਪਸ਼ਟ ਰੂਪ ਦੇ ਵਿੱਚ ਭਾਜਪਾ ਉਹਦਾ ਹਾਲਾ ਹਾਲ ਦੀ ਸਥਿਤੀ ਦੇ ਵਿੱਚ ਹੋਊਗੀ ਉਹਦੇ ਵਿੱਚ ਕਿੰਨੇ ਸਟੇਟ ਦੀ ਹਮਾਇਤ ਲੈ ਕੇ ਵੋਟਾਂ ਲੜੀਆਂ ਸੀਗੀਆਂ ਕਿੰਨੇ ਕਿਹੜੇ ਹਿੱਸੇ ਦੀ ਕਿੰਨੇ ਪੰਜਾਬ ਦੀ ਹਾਕਮ ਧਿਰ ਦੇ ਨਾਲ ਲੜ ਕੇ ਰਲ ਕੇ ਲੜੀਆਂ ਸੀਗੀਆਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਪੈ ਜਾਣੀਆਂ ਕਿਉਂਕਿ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ ਇੱਥੇ ਤਾਂ ਹਿੱਤ ਹੁੰਦੇ ਨੇ ਤੇ ਸਟੇਟ ਇਸ ਪ੍ਰਤੱਖ ਨੀਤੀ ਦੇ ਵਿੱਚ ਹੈਗੀ ਕਿ ਉਹ ਪੰਜਾਬ ਦੇ ਵਿੱਚ ਇੱਕ ਮਲਟੀਪੋਲਰ ਹਾਲਾਤ ਬਣਾਉਣਾ ਚਾਹਦੀ ਹੈ ਜਿੱਥੇ ਬਹੁਤ ਸਾਰੀਆਂ ਸਿੱਖਾਂ ਨਹੀਂ ਆ ਤੇਰਾ ਆਪਸ ਦੇ ਵਿੱਚ ਇੱਕ ਦੂਜੇ ਤੋਂ ਸਿੱਖ ਸੱਤਾ ਦੇ ਵਿੱਚੋਂ ਸਿੱਖ ਵੋਟ ਜਿਹੜੀ ਪਾਵਰ ਆ ਉਹਦੇ ਵਿੱਚੋਂ ਹਿੱਸਾ ਲੈਣ ਦੀ ਸਥਿਤੀ ਦੇ ਵਿੱਚ ਹੁਣ ਤੇ ਉਹ ਹਾਲਾਤ ਸਾਫ਼ ਬਣਦੀ ਨਜ਼ਰ ਆ ਰਹੀ ਹੈ ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਖਾਂ ਵਾਲੀ ਵੋਟ ਸਿਆਸਤ ਵਾਲੇ ਪੱਖ ਤੋਂ ਵੀ ਜ਼ਿਆਦਾ ਜਿਹੜੇ ਧੜੇ ਨੇ ਉਹ ਚੋਣ ਸਿਆਸਤ ਦੇ ਵਿੱਚ ਸਰਗਰਮ ਨੇ ਐਸਜੀਪੀਸੀਆਂ ਨੇ ਚੋਣ ਬਿਲਕੁਲ ਜਿਹੜੀ ਵੋਟ ਸਿਆਸਤ ਹੈ ਉਹਦੇ ਵਿੱਚ ਜਿਹੜੇ ਸਿੱਖਾਂ ਦੇ ਚੋਣਾਾਂ ਦੇ ਵਿੱਚ ਜਿਹੜੇ ਮੰਨ ਲਓ ਮੁੱਖ ਮਸਲੇ ਜਾਂ ਚੋਣ ਲੜਨ ਦਾ ਜਿਹੜੇ ਉਦੇਸ਼ ਨੇ ਉਹ ਵੱਖ-ਵੱਖ ਹੋ ਸਕਦੇ ਆ ਸਰਬੀ ਸਿੰਘ ਖਾਲਸਾ ਮਾਨ ਸਾਹਿਬ ਨਾਲ ਸਹਿਮਤ ਨਹੀਂ ਹੈਗੇ ਆ ਸਭਜੀਤ ਸਿੰਘ ਖਾਲਸਾ ਜਿਹੜਾ ਉਦੇਸ਼ ਹੈ ਉਹ ਸ਼ਾਇਦ ਅਮਰਤਪਾਲ ਸਿੰਘ ਉਹਨਾਂ ਨਾਲ ਸਹਿਮਤ ਨਾ ਹੋਵੇ ਹੋ ਸਕਦਾ ਵੀ ਬਟਾਲਾ ਸਾਹਿਬ ਦਾ ਅਮਰਤਪਾਲ ਸਿੰਘ ਉਹਨਾਂ ਨਾਲ ਮਾਨ ਸਾਹਿਬ ਉਹਨਾਂ ਨਾਲ ਸਰਬੀ ਸਿੰਘ ਖਾਲਸਾ ਉਹਨਾਂ ਨਾਲ ਸਹਿਮਤ ਨਾ ਹੋਵੇ ਪਰ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹਦੀਆਂ ਚੋਣਾਂ ਦਾ ਤਾਂ ਮੁੱਖ ਮਕਸਦ ਹੈ ਜਿਹੜਾ ਉਹ ਗੁਰਦੁਆਰਾ ਸੁਧਾਰ ਦੇ ਲਈ ਕਾਰਜ ਕਰਨੇ ਜਾਂ ਗੁਰਦੁਆਰਾ ਸੁਧਾਰ ਦੇ ਕਾਰਜਾਂ ਨੂੰ ਅੱਗੇ ਜਾਂ ਗੁਰਦੁਆਰੇ ਪ੍ਰਬੰਧ ਦੇ ਕਾਰਜਾਂ ਨੂੰ ਅੱਗੇ ਤੋਰਨਾ ਹੈ ਪਰ ਉੱਥੇ ਅਜਿਹਾ ਕਿਉਂ ਹੁੰਦਾ ਹੈ ਵੀ ਦਿੱਲੀ ਕਮੇਟੀ ਦੇ ਵਿੱਚ ਵੀ ਅਸੀਂ ਦੇਖਿਆ ਪੰਜਾਬ ਦੇ ਵਿੱਚ ਵੀ ਜਦੋਂ ਪਿੱਛੇ ਚੋਣਾਂ ਹੋਈਆਂ ਸਨ ਵੀ ਬਹੁਤ ਸਾਰੇ ਧੜੇ ਨੇ ਜਿਹੜੇ ਉਹ ਵਕਫ ਵਕਫ ਹੋ ਕੇ ਚੋਣਾਂ ਲੜਦੇ ਨੇ ਉੱਥੇ ਆਪਸੀ ਏਕਤਾ ਕਿਉਂ ਨਹੀਂ ਹੋ ਪਾਉਂਦੀ ਦੇਖੋ ਇਹਦੇ ਤਿੰਨ ਪ੍ਰਮੁੱਖ ਕਾਰਨ ਜਿਹੜੇ ਆ ਉਹ ਆਪਾਂ ਗਿਣ ਸਕਦੇ ਆ ਇੱਕ ਤਾਂ ਧਾਰਮਿਕ ਵੋਟਾਂ ਆਪਾਂ ਕਹਿ ਲਈਏ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੈਂਦੀਆਂ ਜਾਂ ਉਹ ਸੇਵਾ ਸੰਭਾਲ ਦੇ ਗੁਰਦੁਆਰਾ ਪ੍ਰਬੰਧ ਦੀਆਂ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹਨਾਂ ਦੇ ਪ੍ਰਤੀ ਜਿਹੜੀ ਪਹੁੰਚ ਹੈ ਉਹ ਜਿਹੜੀਆਂ ਮੁੱਖ ਵੋਟਾਂ ਵਾਲੀਆਂ ਪਾਰਟੀਆਂ ਹੈਗੀਆਂ ਜਿਹੜੀਆਂ ਵੋਟ ਸਿਆਸਤ ਵਿਧਾਨ ਸਭਾ ਲੋਕ ਸਭਾ ਦੀਆਂ ਲੜਦੀਆਂ ਨੇ ਉਹਨਾਂ ਦੀ ਤੇ ਦੂਸਰਿਆਂ ਦੀ ਵੀ ਅਪਰੋਚ ਜਿਹੜੀ ਆ ਪਹੁੰਚ ਹੈ ਉਹ ਇੰਨਾ ਧਾਰਮਿਕ ਵੋਟਾਂ ਦੇ ਮਾਮਲੇ ਦੇ ਵਿੱਚ ਵੀ ਉਹੀ ਆ ਜੋ ਸਿਆਸੀ ਵੋਟਾਂ ਦੇ ਮਾਮਲੇ ਦੇ ਵਿੱਚ ਹੈਗੀ ਆ ਇੱਕ ਕਾਰਨ ਤਾਂ ਇਹੀ ਹੈਗਾ ਕਿ ਜਦੋਂ ਆਪਾਂ ਕਹਿੰਨੇ ਆ ਕਿ ਉੱਥੇ ਵੱਖੋ ਵੱਖਰੇ ਹੋ ਸਕਦੇ ਆ ਇੱਥੇ ਤਾਂ ਸਾਂਝੇ ਹੋਣੇ ਚਾਹੀਦੇ ਜਦੋਂ ਤੁਹਾਡੀ ਪਹੁੰਚ ਉਹ ਲੈ ਕੇ ਚੱਲਦੇ ਹੋ ਉਹੀ ਵਾਲੀ ਤਾਂ ਉਹ ਜਿਹੜੀਆਂ ਗੱਲਾਂ ਪਿੱਛੋਂ ਨਾਲ ਆ ਰਹੀਆਂ ਹੁੰਦੀਆਂ ਆ ਦੂਸਰੇ ਨਾਲ ਬਖਰੇਵੇਂ ਵਾਲੀਆਂ ਜਾਂ ਸਹਿਮਤੀ ਵਾਲੀਆਂ ਉਹ ਇਨ੍ਹਾਂ ਮਾਮਲਿਆਂ ਦੇ ਵਿੱਚ ਵੀ ਰਹੀਆਂ ਨੇ ਪਿਛਲੇ ਦੋ ਵਾਰ ਦੀਆਂ ਚੋਣਾਂ ਦਾ ਤੁਸੀਂ ਦੇਖ ਲਓ 2004 ਦੀਆਂ ਤੇ 2011 ਦੀਆਂ ਦੋਵਾਂ ਮਾਮਲਿਆਂ ਦੇ ਵਿੱਚ ਜਿਹੜੇ ਬਾਦਲਾਂ ਦੇ ਵਿਰੋਧ ਦੇ ਵਿੱਚ ਉਮੀਦਵਾਰ ਲੜਦੇ ਸੀਗੇ ਜੇਕਰ ਉਹਨਾਂ ਦੀਆਂ ਵੋਟਾਂ ਮਲਾਈਆਂ ਜਾਣ ਉਹਨਾਂ ਦੇ ਵਿੱਚੋਂ ਪ੍ਰਭੂਖ ਦੀਆਂ ਤੇ ਬਾਦਲਾਂ ਦੇ ਉਮੀਦਵਾਰ ਦੀਆਂ ਵੋਟਾਂ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਘਟ ਜਾਂਦੀਆਂ ਸੀਗੀਆਂ ਪਰ ਉਹ ਇਕੱਠ ਨਾ ਹੋਣ ਕਰਕੇ ਬਾਦਲ ਦੀ ਧਿਰ ਜਿਹੜੀ ਹੈ ਕਿਉਂਕਿ ਫਰਸਟ ਪਾਸਟ ਦਪੋਲ ਵਾਲਾ ਸਿਸਟਮ ਜਿਹੜਾ ਵੀ ਕੌਣ ਅੱਗੇ ਲੰਘਿਆ ਉਹੀ ਜੇਤੂ ਹੈ ਸੋ ਇਹ ਇਸ ਸਿਸਟਮ ਦੇ ਵਿੱਚੋਂ ਜਾਂ ਇਸ ਢਾਂਚੇ ਦੇ ਵਿੱਚੋਂ ਉਹ ਜਿੱਤ ਜਾਂਦੇ ਰਹੇ ਆ ਸੋ ਇੱਕ ਤਾਂ ਇਹ ਪਹੁੰਚ ਦਾ ਮਸਲਾ ਹੈਗਾ ਆ ਦੂਸਰਾ ਜਿਹੜਾ ਮਸਲਾ ਆ ਕੇ ਖੜਦਾ ਉਹ ਹੈਗਾ ਪ੍ਰੋਸੈਸ ਦਾ ਕਿ ਜਿਹੜੀ ਅਮਲਦਾਰੀ ਹੈ ਤਰੀਕਾਦਾਰ ਹੈ ਤਰੀਕਾ ਆ ਉਹ ਦੇ ਉੱਪਰ ਕੋਈ ਵੀ ਵੱਖਰਾ ਤਰੀਕਾ ਜਿਹੜਾ ਆ ਉਹ ਸਥਾਪਿਤ ਨਹੀਂ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹੀ ਜਿਸ ਤਰ੍ਹਾਂ ਆਮ ਵੋਟਾਂ ਦੇ ਵਿੱਚ ਉਮੀਦਵਾਰ ਜਿਹੜੇ ਆ ਉਹ ਪਾਰਟੀਆਂ ਦੇ ਪ੍ਰਧਾਨਾਂ ਦੇ ਵੱਲੋਂ ਹੀ ਐਲਾਨੇ ਜਾਂਦੇ ਆ ਜੇ ਟੌਪ ਲੀਡਰਸ਼ਿਪ ਨੇ ਉਲਾਨਣੇ ਆ ਉਸੇ ਤਰੀਕੇ ਦੇ ਨਾਲ ਹੀ ਉਮੀਦਵਾਰ ਜਿਹੜੇ ਆ ਉਹ ਇੱਥੇ ਵੀ ਐਲਾਨੇ ਜਾਂਦੇ ਆ ਚਾਹੇ ਉਹ ਵੋਟਾਂ ਅਮਰਤਸਰ ਆਧਾਰਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਉਹਨਾਂ ਦੇ ਜਿਹੜੇ ਉਮੀਦਵਾਰ ਆ ਬਹੁਤੀ ਵਾਰ ਚੰਡੀਗੜ੍ਹ ਮੀਟਿੰਗਾਂ ਕਰਕੇ ਉੱਥੇ ਐਲਾਨੇ ਜਾਣੇ ਭਾਵੇਂ ਕਿ ਜ਼ਮੀਨੀ ਪੱਧਰ ਦੇ ਉੱਪਰ ਕੀ ਹਾਲਾਤ ਨੇ ਉਥੋਂ ਦੀ ਲੋਕਲ ਸੰਗਤ ਕੀ ਚਾਹੁੰਦੀ ਆ ਇਸ ਗੱਲ ਵੱਲ ਬਿਲਕੁਲ ਵੀ ਧਿਆਨ ਜਿਹੜਾ ਆ ਉਹ ਨਹੀਂ ਦਿੱਤਾ ਜਿਵੇਂ ਭਾਰਤੀ ਲੋਕਤੰਤਰ ਵਾਲਾ ਜਾਂ ਬੋਟਤੰਤਰ ਵਾਲਾ ਢਾਂਚਾ ਕੰਮ ਕਰਦਾ ਉਵੇਂ ਉਸੇ ਤਰੀਕੇ ਦੇ ਨਾਲ ਹੀ ਕਰਦਾ ਰਿਹਾ ਆ ਇੱਥੋਂ ਤੱਕ ਕਿ ਜਿਹੜੀਆਂ ਵਕ ਵਕ ਧਿਰਾਂ ਦਾ ਗੱਠ ਜੋੜ ਬੰਨਦਾ ਰਿਹਾ ਜਿਹਨੂੰ ਪਿਛਲੀ ਦੋ ਵਾਰ ਤਾਂ ਪੰਥਕ ਮੋਰਚੇ ਦਾ ਨਾਮ ਦਿੱਤਾ ਜਾਂਦਾ ਰਿਹਾ ਆ ਉਹਨਾਂ ਦਾ ਤਰੀਕਾਕਾਰ ਵੀ ਇਸੇ ਤਰੀਕੇ ਦੇ ਨਾਲ ਹੀ ਰਿਹਾ ਕਿ ਉੱਪਰੋਂ ਉਮੀਦਵਾਰਾਂ ਦਾ ਐਲਾਨ ਕਰਕੇ ਤੇ ਉਹਨਾਂ ਨੂੰ ਹੇਠਾਂ ਲੈ ਕੇ ਆਣਾ ਉਹਦੇ ਵਿੱਚ ਸੰਗਤ ਦੀ ਸ਼ਮੂਲੀਅਤ ਵਾਲਾ ਜਿਹੜਾ ਉਹ ਨਹੀਂ ਹੈਗਾ ਇੱਕ ਗੱਲ ਜਿਹੜੀ ਆ ਉਹ ਸਰਕਾਰਾਂ ਦੇ ਉੱਪਰ ਜਾਂ ਮੁਖਤਾਰੀ ਪੋਲੀਟੀਕਲ ਪਾਰਟੀਆਂ ਦੇ ਉੱਪਰ ਟੇਕ ਦੀ ਇਹਦਾ ਇੱਕ ਕਾਰਨ ਹੈਗੀ ਆ ਜਿਹੜਾ ਤੀਸਰਾ ਕਾਰਨ ਹੈ ਕਿ ਬਹੁਤ ਸਾਰੇ ਹਿੱਸੇ ਇਸ ਤਰ੍ਹਾਂ ਦੇ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਕਿ ਸਥਾਪਤੀ ਦੇ ਹਿੱਸਿਆਂ ਦੇ ਰਾਹੀ ਹੀ ਅਸੀਂ ਇਹਦੇ ਵਿੱਚ ਆ ਸਕਦੇ ਆ ਤੇ ਜੇ ਇਸ ਪ੍ਰਬੰਧ ਨੂੰ ਸੁਧਾਰਨਾ ਹੈ ਤਾਂ ਉਹਦੇ ਵਾਸਤੇ ਇਹਦੇ ਵਿੱਚ ਆਣਾ ਜ਼ਰੂਰੀ ਹੈ ਸੋ ਆਣਾ ਜ਼ਰੂਰੀ ਹੈ ਫਿਰ ਉਹਨਾਂ ਦੀ ਇਹ ਸਮਝ ਆ ਕਿ ਆਉਣ ਦੇ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਦੇ ਤੁਹਾਡੀ ਪਿੱਠ ਦੇ ਉੱਪਰ ਹੋਣਾ ਚਾਹੀਦਾ ਚਾਹੇ ਕੇਂਦਰ ਵਾਲੇ ਹੋਣ ਚਾਹੇ ਪੰਜਾਬ ਵਾਲੇ ਹੋਣ ਚਾਹੇ ਕੋਈ ਪ੍ਰਮੁੱਖ ਸਿਆਸੀ ਤਿਰ ਹੋਵੇ ਵੋਟਾਂ ਲੜਨ ਵਾਲੀ ਬਾਦਲ ਤਾਂ ਸਿੱਧੇ ਆਪਣੇ ਤੌਰ ਦੇ ਉੱਪਰ ਲੜਦੇ ਆ ਹੋਰ ਕੋਈ ਪੋਲੀਟੀਕਲ ਪਾਰਟੀ ਸਿੱਧੇ ਤੌਰ ਦੇ ਉੱਪਰ ਆਮ ਤੌਰ ਦੇ ਉੱਪਰ ਤਾਂ ਪੰਜਾਬ ਦੇ ਵਿੱਚ ਕਾਂਗਰਸ ਹੀ ਸੀਗੀ ਉਹ ਸਿੱਧੇ ਤੌਰ ਤੇ ਆਪ ਨਹੀਂ ਸੀ ਲੜਦੇ ਤੇ ਬੜੇ ਇਦਾਂ ਦੇ ਹਿੱਸੇ ਸੀਗੇ ਜਿਨ੍ਹਾਂ ਦੀ ਇਹ ਟੇਕ ਰਹਿੰਦੀ ਸੀ ਕਿ ਕਾਂਗਰਸ ਦਾ ਜਿਹੜਾ ਸਿੱਖ ਵੋਟਰ ਹੈ ਕਿ ਉਹ ਸਾਡੇ ਨਾਲ ਆ ਜਾਵੇ ਸੋ ਇਹ ਵੀ ਇੱਕ ਕਾਰਨ ਹੈਗਾ ਆ ਕਿ ਜਿਹਦੇ ਕਰਕੇ ਇਕਤਾ ਨਹੀਂ ਸੀ ਹੁੰਦੀ ਪਰ ਪ੍ਰਮੁੱਖ ਕਾਰਨ ਜਿਹੜਾ ਮੈਂ ਮੰਨਦਾ ਆ ਉਹ ਜਿਹੜਾ ਆਪਾਂ ਦੂਜਾ ਗਿਣਾਇਆ ਕਿ ਕੋਈ ਵੀ ਵੱਖਰੀ ਅਮਲਦਾਰੀ ਜਾਂ ਕਿਸੇ ਵੱਖਰੇ ਵੀ ਪ੍ਰੋਸੈਸ ਦੇ ਉੱਪਰ ਸਹਿਮਤੀ ਨਹੀਂ ਹੈਗੀ ਈ ਇਕੱਲਾ ਵੋਟ ਰਾਜਨੀਤੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਨਹੀਂ ਗਾ ਇਹ ਸਿੱਖਾਂ ਦੇ ਬਹੁਤੇ ਮਾਮਲਿਆਂ ਦੇ ਵਿੱਚ ਹੀ ਇਹ ਸਮੱਸਿਆ ਹੈਗੀ ਆ ਅੱਜ ਦੇ ਸਮੇਂ ਦੇ ਵਿੱਚ ਕਿ ਸਾਡੇ ਫੈਸਲੇ ਲੈਣ ਦੇ ਆਪਣੇ ਤਰੀਕਾਕਾਰ ਨਹੀਂ ਰਹਿ ਗਏ ਹੈਗੇ ਸਾਡਾ ਕੋਈ ਵੀ ਐਸਾ ਅਮਲ ਜਾ ਐਸੀ ਦਿਸ਼ਾ ਜਾਂ ਨਿਰਧਾਰਤ ਨੇਮ ਜਾਂ ਜਿਹਨੂੰ ਆਪਾਂ ਆਮ ਪ੍ਰਚਲਿਤ ਪਾਛਾ ਦੇ ਵਿੱਚ ਪ੍ਰੋਸੈਸ ਕਹਿ ਲੈਨੇ ਆ ਉਹ ਨਹੀਂ ਹੈਗਾ ਸੋ ਉਹਦੇ ਕਰਕੇ ਫੈਸਲੇ ਜਿਹੜੇ ਆ ਉਹ ਬਿਲਕੁਲ ਵਕਤੀ ਹਾਲਾਤ ਦੇ ਉੱਪਰ ਜਿਹੜੀ ਢੇਰ ਨੂੰ ਜਿਸ ਤਰ੍ਹਾਂ ਠੀਕ ਲੱਗਦਾ ਆ ਉਹ ਉਸੇ ਤਰੀਕੇ ਦੇ ਨਾਲ ਹੀ ਲੈਂਦੇ ਆ ਤੇ ਕਿਉਂਕਿ ਵੋਟਾਂ ਦੇ ਮੁਹਾਵਰੇ ਦੇ ਵਿੱਚ ਜਾਂ ਵੋਟਾਂ ਦੇ ਸਾਰੇ ਖੇਤਰ ਦੇ ਵਿੱਚ ਫੈਸਲੇ ਲੈਣ ਦਾ ਪ੍ਰਮੁੱਖ ਤਰੀਕਾ ਜਿਹੜਾ ਆ ਉਹ ਇਹ ਹੈਗਾ ਕਿ ਜੋ ਆਗੂ ਨੇ ਕਹਿ ਦਿੱਤਾ ਉਸ ਹਿਸਾਬ ਦੇ ਨਾਲ ਇਸ ਕਰਕੇ ਬੰਦਿਆਂ ਦਾ ਜੋੜ ਜੋਰ ਸੰਗਤ ਦੇ ਵਿੱਚ ਕਾਰਜ ਕਰਨ ਦੀ ਬਜਾਏ ਆਗੂ ਦੀ ਖੁਸ਼ਾਮਦ ਕਰਨ ਦੇ ਵਿੱਚ ਲੱਗਾ ਹੁੰਦਾ ਆਗੂ ਦੇ ਨਾਲ ਨੇੜਤਾ ਬਣਾਉਣ ਦੇ ਵਿੱਚ ਲੱਗਾ ਹੁੰਦਾ ਆ ਤਾਂ ਕਿ ਉਹਦੇ ਨਾਲ ਨੇੜਤਾ ਸਥਾਪਿਤ ਹੋਵੇ ਜਿਹਦੇ ਵਿੱਚੋਂ ਸਾਡੀ ਉਮੀਦਵਾਰੀ ਜਾਂ ਟਿਕਟ ਆ ਸਕੇ ਉਹਦੇ ਕਰਕੇ ਜਿਹੜੇ ਬਾਕੀ ਸਰੋਕਾਰ ਆ ਉਹ ਪਿੱਛੇ ਪੈ ਪੈ ਜਾਂਦੇ ਆ ਸੋ ਇਸ ਵਾਰ ਜੇਕਰ ਆਪਾਂ ਕਿਸੇ ਵੀ ਤਰ੍ਹਾਂ ਦਾ ਵੱਖਰਾ ਹੱਲ ਚਾਹਨੇ ਆ ਤਾਂ ਜਿਹੜੇ ਜੇ ਤੁਸੀਂ ਉਹਨਾਂ ਪੈਮਾਨਿਆਂ ਦੇ ਤਹਿਤ ਹੀ ਚੱਲੋਗੇ ਫੇਰ ਕੁਝ ਵੀ ਵੱਖਰਾ ਹੋਣ ਦੇ ਅਸਾਰ ਨਹੀਂ ਹੈਗੇ ਇਸ ਕਰਕੇ ਸਿੱਖਾਂ ਨੂੰ ਇਸ ਗੱਲ ਦੇ ਉੱਪਰ ਵਿਚਾਰ ਕਰਨੀ ਚਾਹੀਦੀ ਕਿ ਆਪਾਂ ਸਾਂਝਾ ਉਮੀਦਵਾਰ ਸੰਗਤ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਲੈ ਕੇ ਆਈਏ ਉਹਦੇ ਉੱਪਰ ਸਹਿਮਤੀ ਬਣ ਸਕਦੀ ਹੈ ਜਿੰਨੀਆਂ ਧਿਰਾਂ ਨੇ ਸਾਰੇ ਕਹਿੰਦੇ ਤੇ ਇਹੀ ਹੈ ਨਾ ਕਿ ਯੋਗ ਉਮੀਦਵਾਰ ਹੋਣਾ ਚਾਹੀਦਾ ਜੀ ਸਾਂਝਾ ਉਮੀਦਵਾਰ ਵਧੀਆ ਹੋਣਾ ਚਾਹੀਦਾ ਵਧੀਆ ਸ਼ਖਸੀਅਤ ਹੋਵੇ ਬਿਦਾਗ ਹੋਵੇ ਸੇਵਾ ਭਾਵਨਾ ਵਾਲਾ ਹੋਵੇ ਸਾਰੇ ਇਹਨਾਂ ਦੇ ਉੱਪਰ ਸਹਿਮਤ ਹੈ ਪਰ ਸਾਰਿਆਂ ਦੇ ਉਮੀਦਵਾਰ ਵੱਖਰੇ ਵੱਖਰੇ ਆ ਕਿਉਂਕਿ ਆਪਣੇ ਆਪਣੇ ਧੜੇ ਦੇ ਵੱਲੋਂ ਉਮੀਦਵਾਰ ਦਿੱਤਾ ਜਾਂਦਾ ਸੋ ਇਸ ਪ੍ਰੋਸੈਸ ਦੇ ਉੱਪਰ ਸਹਿਮਤੀ ਬਣਾਉਣ ਦੀ ਜ਼ਰੂਰਤ ਹੈਗੀ ਆ ਕਿਉਂਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਯਮ ਦੇਖਿਆ ਜਾਵੇ ਤਾਂ ਇਹ ਸਿੱਖ ਰਵਾਇਤ ਦੇ ਅਨੁਸਾਰ ਨਹੀਂ ਹੈਗਾ ਫੈਸਲੇ ਲੈਣ ਦਾ ਤੇ ਆਗੂ ਚੁਣਨ ਦਾ ਸਿੱਖ ਤਰੀਕਾ ਇਹ ਨਹੀਂ ਹੈਗਾ ਵੋਟਾਂ ਦੇ ਨਾਲ ਇਸ ਤਰੀਕੇ ਦੇ ਨਾਲ ਆਗੂ ਨਹੀਂ ਸੀ ਚੁਣੇ ਜਾਂਦੇ ਪਰ ਇਹ ਅੱਜ ਦੇ ਸਮੇਂ ਦੀ ਹਕੀਕਤ ਹੈ ਸੋ ਤੁਸੀਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਤਾਂ ਪੰਥਕ ਤਰੀਕੇ ਦੇ ਨਾਲ ਨਹੀਂ ਚੁਣ ਸਕਦੇ ਪਰ ਉਮੀਦਵਾਰ ਤਾਂ ਚੁਣਿਆ ਜਾ ਸਕਦਾ ਜਿਹੜੀਆਂ ਧਿਰਾਂ ਆਪਣੇ ਆਪ ਨੂੰ ਇਹ ਕਹਿੰਦੀਆਂ ਕਿ ਅਸੀਂ ਪੰਥ ਨੂੰ ਸਮਰਪਿਤ ਧਿਰਾਂ ਆ ਉਹਨਾਂ ਦੇ ਵੱਲੋਂ ਪੰਥਕ ਤਰੀਕਾ ਉਮੀਦਵਾਰਾਂ ਸਾਂਝਾ ਚੁਣਨ ਦੇ ਵਾਸਤੇ ਅਪਣਾਇਆ ਜਾ ਸਕਦਾ ਔਰ ਇਹ ਟੌਪ ਬਾਟਮ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਗਰਾਊਂਡ ਪੱਧਰ ਦੇ ਉੱਪਰ ਜਿਹੜੇ ਨਿਸ਼ਕਾਮ ਹਾਂਜੀ ਬਾਟਮ ਟੂ ਟੌਪ ਹੋਣਾ ਚਾਹੀਦਾ ਜ਼ਮੀਨੀ ਪੱਧਰ ਤੋਂ ਇਹ ਗੱਲ ਉੱਠਣੀ ਚਾਹੀਦੀ ਆ ਜਿੰਨਾ ਜਿੰਨਾ ਵੀ ਹਲਕਿਆਂ ਦੇ ਵਿੱਚ ਨਿਸ਼ਕਾਮ ਭਾਵਨਾ ਦੇ ਤਹਿਤ ਕਾਰਜ ਕਰਨ ਵਾਲੇ ਵਿਅਕਤੀ ਤੇ ਸ਼ਕਤੀਤਾ ਹੋਣ ਉਹਨਾਂ ਦੇ ਵੱਲੋਂ ਇਲਾਕੇ ਦੀਆਂ ਦੇ ਵਿੱਚੋਂ ਸੰਗਤੀ ਉਮੀਦਵਾਰ ਚੁਣਨ ਦਾ ਪ੍ਰੋਸੈਸ ਚਲਾਇਆ ਜਾਵੇ ਜਿਹੜਾ ਕਿ ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਸਾਂਝੇ ਫੈਸਲੇ ਲੈ ਕੇ ਉਹਦੇ ਤਰੀਕਾਕਾਰ ਦੇ ਅਨੁਸਾਰ ਕੀਤਾ ਜਾ ਸਕਦਾ ਤੇ ਜਿੰਨੀਆਂ ਧਿਰਾਂ ਪੰਥ ਨੂੰ ਸਮਰਪਿਤ ਕਹਿੰਦੀਆਂ ਨੇ ਉਹ ਇਸ ਗੱਲ ਦੀ ਨਿਗਰਾਨੀ ਕਰਨ ਕਿ ਇਹ ਪ੍ਰੋਸੈਸ ਜਿਹੜਾ ਆ ਉਹ ਬਿਲਕੁਲ ਨਿਰਪੱਖ ਤੌਰ ਦੇ ਉੱਪਰ ਨੇਪਰੇ ਚੜੇ ਸੋ ਇਸ ਪ੍ਰੋਸੈਸ ਦੇ ਉੱਪਰ ਜੇ ਸਹਿਮਤੀ ਬਣ ਜਾਂਦੀ ਹੈ ਤਾਂ ਇਸ ਅਮਲ ਦੇ ਰਾਹੀਂ ਆਏ ਹੋਏ ਉਮੀਦਵਾਰ ਦੇ ਉੱਪਰ ਸਹਿਮਤੀ ਵੱਧ ਸਕਦੀ ਹੈ ਸੋ ਜੇ ਇਹੀ ਹੋਵੇ ਹਰ ਕੋਈ ਇਹ ਕਹੇ ਕਿ ਜਿਹੜਾ ਇਸ ਅਮਲ ਦੇ ਰਾਹੀ ਉਮੀਦਵਾਰ ਆਉਂਦਾ ਆ ਉਹ ਸਾਡੀ ਧਿਰ ਦਾ ਉਮੀਦਵਾਰ ਹੋਊਗਾ ਫੇਰ ਇਹਦੇ ਉੱਪਰ ਸਹਿਮਤੀ ਨਹੀਂ ਬਣਨੀ ਫੇਰ ਫੇਰ ਇਹ ਵਖਰੇਵੇਂ ਜਿਸ ਤਰ੍ਹਾਂ ਪਿੱਛੇ ਰਹੇ ਆ ਉਹ ਰਹਿਣੇ ਆ ਤੇ ਜੋ ਹਾਲਾਤ ਨਜ਼ਰ ਆ ਰਹੇ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਆ ਕਿ ਜੇ ਪਾਟੋ ਤੁਹਾਡੇ ਇਸੇ ਤਰੀਕੇ ਦੇ ਨਾਲ ਹੀ ਰਹਿੰਦੀ ਆ ਤੇ ਜੋ ਸਟੇਟ ਦਾ ਇਹ ਮੰਚਾ ਨਜ਼ਰ ਆ ਰਹੀ ਆ ਕਿ ਉਹ ਬਰਾਬਰ ਦੇ ਸਮਰੱਥ ਪਰ ਕਮਜ਼ੋਰ ਇੱਕ ਤੋਂ ਵੱਧ ਤੇ ਰਾ ਜਿਹੜੀਆਂ ਨੇ ਉਹਨਾਂ ਦਾ ਮੁਕਾਬਲਾ ਚਾਹੁੰਦੇ ਆ ਕਿਉਂਕਿ ਉਹਦੇ ਵਿੱਚੋਂ ਫਿਰ ਉਹਨਾਂ ਨੂੰ ਮੈਨਿਪੂਲੇਸ਼ਨ ਕਰਨ ਦੇ ਜਿਹੜੇ ਮੌਕੇ ਮਿਲ ਨੇ ਉਹ ਵੱਜ ਜਾਂਦੇ ਆ ਜੀ ਤਾਂ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਦੇ ਚੋਣਾਂ ਦੇ ਵਿੱਚ ਸਾਡੇ ਧੜੇ ਵੀ ਵੱਧ ਨੇ ਪਰ ਦੇਖਣ ਨੂੰ ਇਹ ਆ ਰਿਹਾ ਹੈ ਵੀ ਕਿੰਨਾ ਲੰਬਾ ਸਮਾਂ ਹੋ ਗਿਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਣਦਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ ਬਣਦੀ ਜਿਹੜੀ ਫੀਸਦੀ ਹੈ ਉਹ ਬਹੁਤ ਘੱਟ ਹੈ ਪਿਛਲੀ ਵਾਰ ਜਿੰਨੀਆਂ ਵੀ ਹਿੱਤ ਤੱਕ ਚੋਣਾਂ ਜਾਂ ਵੋਟਾਂ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਨਹੀਂ ਬਣੀਆਂ ਉਹ ਦੂਸਰੇ ਪਾਸੇ ਦੇਖਦੇ ਆ ਕਿ ਜਿਹੜੀ ਲੋਕਤੰਤਰੀ ਭਾਰਤੀ ਲੋਕਤੰਤਰੀ ਜਾਂ ਪੰਜਾਬ ਦੀ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਲੋਕਾਂ ਦਾ ਰੁਝਾਨ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲਦਾ ਲੋਕ ਉਹੀ ਨੇ ਜਿਨ੍ਹਾਂ ਨੇ ਉਧਰ ਵੋਟ ਪਾਉਣੀ ਆ ਸੈਸਧਾਰੀ ਸਿੱਖਾਂ ਨੇ ਉਹੀ ਇੱਧਰ ਨੇ ਜਿਨ੍ਹਾਂ ਨੇ ਵੋਟ ਇੱਧਰ ਪਾਉਣੀ ਆ ਪਰ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਦਾ ਰੁਝਾਨ ਇੰਨਾ ਘੱਟ ਕਿਉਂ ਆ ਦੇਖੋ ਤਿੰਨ ਚਾਰ ਕਾਰਨ ਹੈਗੇ ਆ ਇੱਕ ਤਾਂ ਇਹ ਆ ਕਿ ਉੱਥੇ ਵੋਟਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਆ ਪੰਚਾਇਤੀ ਚੋਣਾਂ ਦੇ ਵਾਸਤੇ ਵੀ ਉਹੀ ਸੂਚੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਾਸਤੇ ਵੀ ਉਹੀ ਸੂਚੀ ਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਾਸਤੇ ਵੀ ਜਿਹੜੀ ਆ ਉਹ ਉਹੀ ਸੂਚੀ ਆ ਫਿਰ ਉਹਦੇ ਵਿੱਚ ਜਾਰੀ ਹੋਣ ਵਾਲਾ ਜਿਹੜਾ ਪਛਾਣ ਪੱਤਰ ਹੈ ਉਹ ਕਿੰਨੀਆਂ ਥਾਵਾਂ ਦੇ ਉੱਪਰ ਤੇ ਤੁਹਾਡੇ ਪਛਾਣ ਪੱਤਰ ਦੇ ਤੌਰ ਦੇ ਉੱਤੇ ਚੱਲ ਜਾਂਦਾ ਆ ਫਿਰ ਕਿੰਨਾ ਸਰਕਾਰੀ ਅਮਲਾ ਆ ਜਿਹੜਾ ਜ਼ੋਰ ਲਾਉਂਦਾ ਆ ਕਿ ਵੋਟਾਂ ਬਣਨ ਪਿੰਡ-ਪਿੰਡ ਜਾ ਕੇ ਬਣਾਈਆਂ ਜਾਂਦੀਆਂ ਸੌਧਾਂ ਬਣਦੀਆਂ ਲੋਕਾਂ ਦੇ ਵਾਸਤੇ ਉਹ ਮਤਲਬ ਪਾਣੀ ਪੀਣ ਦਾ ਪ੍ਰਬੰਧ ਹੋਰ ਕਿੰਨਾ ਕੁਝ ਜਿਹੜਾ ਆ ਉਹ ਕਰ ਦਿਆ ਇੱਕ ਪੂਰੇ ਤੰਤਰ ਦੇ ਵੱਲੋਂ ਵੋਟ ਰਜਿਸਟਰ ਕਰਨ ਤੇ ਵੋਟ ਪੁਗਤਾਉਣ ਦੇ ਵਾਸਤੇ ਜ਼ੋਰ ਲਾਇਆ ਜਾਂਦਾ ਪੋਲਿਟੀਕਲ ਪਾਰਟੀਆਂ ਦਾ ਕਿੰਨਾ ਦਾਰੂਮਦਾਰ ਇਹਦੇ ਉੱਪਰ ਜੁੜਿਆ ਹੁੰਦਾ ਉਹ ਵੀ ਲਾਉਂਦੇ ਉਹਦਾ ਤਾਂ ਇੱਕ ਪੱਖ ਇਹ ਹੈਗਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ 'ਚ ਖਾਸ ਕਰਕੇ ਚੋਣਾਂ ਦੇ ਮਾਮਲੇ 'ਚ ਇੱਕ ਗੱਲ ਦਾ ਇਹ ਜ਼ਿਕਰ ਕਰਨਾ ਲਾ ਹੈਗਾ ਕਿ 47 ਤੋਂ ਬਾਅਦ ਜੇ ਤੁਸੀਂ ਨਾਮ ਮੁਤਾਬਕ ਦੇਖੋ ਤਾਂ 75 ਸਾਲ ਹੋ ਗਏ ਤਾਂ 5 ਸਾਲ ਬਾਅਦ ਵੋਟਾਂ ਪੈਂਦੀਆਂ ਨੇ ਉਸ ਹਿਸਾਬ ਨਾਲ ਘੱਟੋ ਘੱਟ 15 ਵਾਰ ਵੋਟਾਂ ਹੋਈਆਂ ਹੋਣੀਆਂ ਚਾਹੀਦੀਆਂ ਪਰ ਜਿੰਨੇ ਵੀ ਦਰਸ਼ਕ ਦੇਖ ਰਹੇ ਮੈਂ ਉਹਨਾਂ ਨੂੰ ਕਹਾਂਗਾ ਕਿ ਪਤਾ ਕਰਨ ਕਿ ਕਿੰਨੀ ਵਾਰ ਵੋਟਾਂ ਪਈਆਂ ਨੇ ਬਹੁਤ ਘੱਟ ਵਾਰ ਸਿਰਫ 5 ਜਾਂ 6 ਵਾਰ ਜਿਹੜੀਆਂ ਵੋਟਾਂ ਪਈਆਂ ਔਰ ਜਦੋਂ ਜਦੋਂ ਪਈਆਂ ਜਦੋਂ ਮਾਸਟਰ ਤਾਰਾ ਸਿੰਘ ਨੂੰ ਹਟਾ ਕੇ ਸੰਤ ਫਤਿਹ ਸਿੰਘ ਨੂੰ ਸਥਾਪਿਤ ਕਰਨਾ ਸੀ ਉਦੋਂ ਤੋਂ ਲੈ ਕੇ ਤੁਸੀਂ ਦੇਖ ਲਓ ਟਾਈਮਿੰਗ ਦੇਖੋ ਕਿ ਕਦੋਂ-ਕਦੋਂ ਪਈਆਂ ਨੇ ਇੰਡੀਅਨ ਸਟੇਟ ਦਾ ਮੋਟਾ ਜਿਹਾ ਫਾਰਮੂਲਾ ਇਹ ਰਿਹਾ ਕਿ ਜਦੋਂ ਉਹਨਾਂ ਨੇ ਸਿੱਖਾਂ ਦੇ ਵਿੱਚ ਆਪਣੇ ਅਨੁਸਾਰੀ ਕੋਈ ਲੀਡਰਸ਼ਿਪ ਸਥਾਪਿਤ ਕਰਨੀ ਹੁੰਦੀ ਹੈ ਜਾਂ ਪੁਰਾਣਿਆਂ ਦੀ ਮਾਨਤਾ ਨੂੰ ਨਵੇਂ ਆਉਣਾ ਹੁੰਦਾ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਆ ਉਹ ਕਰਵਾਉਂਦੇ ਆ ਨਹੀਂ ਤਾਂ ਕਰਵਾਉਂਦੇ ਨਹੀਂ ਟੌੜਾ ਸਾਹਿਬ ਬਾਰੇ ਇਹ ਬਹੁਤ ਮਸ਼ਹੂਰ ਰਿਹਾ ਕਿ ਉਹ 25 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ 17 ਸਾਲ ਤਾਂ ਵੋਟਾਂ ਹੀ ਨਹੀਂ ਪਈਆਂ ਵਿੱਚੋਂ ਸੋ ਇਹ ਜਿਹੜੀ ਗੱਲ ਆ ਇਹਨੂੰ ਦੇਖਣਾ ਜ਼ਰੂਰੀ ਹੈਗਾ 96 ਤੋਂ ਬਾਅਦ ਤੁਸੀਂ ਜਿੰਨੀ ਵਾਰ ਹੁਣ ਵੀ ਦੇਖ ਲਓ ਮਤਲਬ 2011 ਦੇ ਵਿੱਚ ਇਲੈਕਸ਼ਨ ਹੋਈ ਸੀਗੇ 2024 ਦੇ ਵਿੱਚ ਆਪਾਂ ਗੱਲ ਕਰ ਰਹੇ ਆ ਤਾਂ ਇੰਨੇ ਲੰਬੇ ਅਰਸੇ ਦੇ ਦੌਰਾਨ ਵੋਟਾਂ ਨਹੀਂ ਹੋਈਆਂ ਹਾਂ ਪਿਛਲੀਆਂ ਵਾਰਾਂ ਦੇ ਨਾਲੋਂ ਇਸ ਵਾਰ ਜਿਹੜਾ ਫਰਕ ਨਜ਼ਰ ਆ ਰਿਹਾ ਉਹ ਇਹ ਲੱਗ ਰਿਹਾ ਕਿ ਇਸ ਵਾਰ ਉਹ ਕਿਸੇ ਇੱਕ ਧਿਰ ਨੂੰ ਸਥਾਪਿਤ ਕਰਨ ਦੇ ਵਾਸਤੇ ਚੋਣਾਂ ਨਹੀਂ ਕਰਵਾ ਰਹੇ ਇਸ ਵਾਰ ਉਹ ਇਹ ਮੇਕ ਸ਼ੋਰ ਕਰ ਰਹੇ ਆ ਕਿ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਟਕਰਾਉਣ ਯੋਗੀਆਂ ਇੱਕ ਤੋਂ ਜ਼ਿਆਦਾ ਧਿਰਾਂ ਹੋਣ ਤਾਂ ਕਿ ਕੋਈ ਵੀ ਇੱਕ ਧਿਰ ਮਜ਼ਬੂਤ ਬਣ ਕੇ ਨਾ ਉੱਭਰ ਸਕੇ ਤੇ ਜਿਹੜਾ ਕਮਜ਼ੋਰ ਆ ਉਹਨੂੰ ਆਪਣੀ ਕੁਰਸੀ ਬਚਾਈ ਰੱਖਣ ਦੇ ਵਾਸਤੇ ਸਟੇਟ ਵੱਲ ਸਦਾ ਨਿਰਪਰਤਾ ਜਿਹੜੀ ਆ ਉਹ ਰੱਖਣੀ ਪੈਣੀ ਹੈ। ਔਰ ਦੂਸਰੀ ਗੱਲ ਇਹ ਹੈਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਦੇ ਵਿੱਚ ਤਿੰਨ ਤਖਤ ਸਹਿਬਾਨ ਨੇ। ਔਰ ਰਹਿੰਦੇ ਦੋ ਜਿਹੜੇ ਆ ਉਹ ਮਤਲਬ ਜੋ ਉੱਥੋਂ ਦੇ ਬੋਰਡਾਂ ਦਾ ਢਾਂਚਾ ਸੀਗਾ ਉਹਨਾਂ 'ਚ ਜਿੰਨਾ ਸਰਕਾਰੀ ਦਖਲ ਦੇ ਰਾਹ ਖੁੱਲੇ ਹੋਏ ਸੀਗੇ। ਈਵਨ ਪਟਨਾ ਸਾਹਿਬ ਵਾਲਾ ਤੁਸੀਂ ਦੇਖ ਲਓ ਕਿ ਪਟਨਾ ਸਾਹਿਬ ਦੇ ਬੋਰਡ ਦੇ ਵਿੱਚ ਤਿੰਨ ਮੈਂਬਰ ਜਿਹੜੇ ਆ ਉਹ ਇੱਕ ਡਿਸਟ੍ਰਿਕਟ ਜੱਜ ਦੇ ਵੱਲੋਂ ਨਿਯੁਕਤ ਕਰ ਦਿੱਤੇ ਜਾਂਦੇ ਆ। ਹਾਈ ਕੋਰਟ ਸੁਪਰੀਮ ਕੋਰਟ ਤੱਕ ਸਿੱਖਾਂ ਨੇ ਪਹੁੰਚ ਕਰਨ ਲਈ ਪਟਨਾ ਸਾਹਿਬਦਿਆਂ ਨੇ ਕਿ ਭਾਈ ਸਾਨੂੰ ਇਹ ਮਨਜ਼ੂਰ ਨਹੀਂ ਹੈਗੇ। ਉਹ ਕਹਿੰਦੇ ਜੀ ਨਹੀਂ ਤੁਸੀਂ ਕੌਣ ਹੁੰਨੇ ਕਹਿਣ ਵਾਲੇ ਜੱਜ ਦਾ ਅਧਿਕਾਰ ਖੇਤਰ ਹੈ ਉਹ ਤੱਕ ਸਾਲ ਦੇ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕਰ ਸਕਦਾ ਸੁਪਰੀਮ ਕੋਰਟ ਨੇ ਵੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਮਨਾ ਕਰ ਦਿੱਤਾ ਸੋ ਸਿੱਖਾਂ ਦੀ ਇਹ ਸਮੱਸਿਆ ਰਹੀ ਕਿ ਜਿੰਨੇ ਚਿਰ ਤੱਕ ਇੰਡੀਅਨ ਢਾਂਚੇ ਦੇ ਤਹਿਤ ਸਾਡੇ ਭਾਰੂ ਧੜੇ ਦੇ ਮੁਫਾਦ ਪੂਰੇ ਹੁੰਦੇ ਰਹੇ ਉਹਨਾਂ ਨੂੰ ਇਹਦੇ ਵਿੱਚ ਸਮੱਸਿਆ ਨਹੀਂ ਲੱਗੀ ਅੱਜ ਹੁਣ ਸੁਖਬੀਰ ਬਾਦਲ ਨੂੰ ਹੋਣੀ ਕਹਿ ਰਹੇ ਆ ਕਿ ਤਖਤਾਂ ਦੇ ਉੱਪਰ ਆਰਐਸਐਸ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਤਾਂ ਭਾਈ ਅੱਜ ਤੋਂ ਨਹੀਂ ਕਰਨਾ ਚਾਹੁੰਦੀ ਪਹਿਲਾਂ ਉਹਨਾਂ ਨੇ ਤੁਹਾਡੇ ਰਾਹੀ ਕੀਤਾ ਹੋਇਆ ਸੀਗਾ ਹੁਣ ਉਹ ਸਿੱਧਾ ਕਰਨਾ ਚਾਹੁੰਦੇ ਆ ਜਿਹੜੇ ਵਿਚਲੇ ਪੜਦੇ ਸੀਗੇ ਉਹ ਚੱਕਣਾ ਜਾਂਦੇ ਇਹ ਤਾਂ ਹੁਣ ਸਭ ਨੂੰ ਪਤਾ ਆ ਮਸਲਾ ਤੇ ਆ ਕਿ ਉਹਦਾ ਹੱਲ ਕੀ ਹੈ ਕੀ ਤੁਸੀਂ ਪੰਥਕ ਤਰੀਕਾਕਾਰ ਗੁਰਮਤੇ ਵਾਲਾ ਪੰਜ ਪ੍ਰਧਾਨੀ ਵਾਲਾ ਸਾਂਝੀ ਅਗਵਾਈ ਵਾਲਾ ਤੇ ਅੰਮ੍ਰਿਤਸਰ ਦੇ ਡੀਸੀ ਦੇ ਤਹਿਤ ਚੱਲਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਤੋਂ ਬਾਹਰ ਆਕਾਲ ਤਖਤ ਸਾਹਿਬ ਦਾ ਖੁਦ ਖੁਦ ਮੁਖਤਿਆਰ ਨਿظام ਸਿਰਜਣ ਦੇ ਵਾਸਤੇ ਸਹਿਮਤ ਹੈਗੇ ਹੋ ਰੋਕਣ ਦਾ ਤਰੀਕਾ ਤਾਂ ਇਹੀ ਨਜ਼ਰ ਆ ਰਿਹਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਅਸਾਰ ਦਿੱਲੀ ਕਮੇਟੀ ਵਰਗਾ ਬਣਦਾ ਆ ਕਿ ਜਿੱਥੇ ਉਹਦੇ ਵਿੱਚ ਪ੍ਰਬੰਧ ਚਲਾਉਣ ਵਾਲੀ ਟੀਰ ਨੂੰ ਭਾਜਪਾ ਦੇ ਉੱਤੇ ਜਾਂ ਕੇਂਦਰ ਦੇ ਉੱਤੇ ਨਿਰਪਰ ਰਹਿਣਾ ਪੈਣਾ ਆ ਤੇ ਉਦੋਂ ਤੁਹਾਡੇ ਤਿੰਨਾਂ ਤਖਤ ਸਹਿਬਾਨ ਦਾ ਕੰਟਰੋਲ ਜਿਹੜਾ ਆ ਉਹ ਸਿੱਧੇ ਤੌਰ ਦੇ ਉੱਪਰ ਵਿਪਰਵਾਦੀ ਟੀਰ ਦੇ ਹੱਥਾਂ ਦੇ ਵਿੱਚ ਚਲੇ ਆ ਜਾਣਾ ਆ ਉਹਨੂੰ ਰੋਕਣ ਦਾ ਤਰੀਕਾ ਇਹੀ ਹੈਗਾ ਇਹ ਵਕਤ ਰਹਿੰਦੇ ਆ ਅਕਾਲ ਤਖਤ ਸਾਹਿਬ ਦਾ ਜੋ ਖੁਦ ਮੁਖਤਿਆਰ ਨਿظام ਪੰਥਕ ਲੀਹਾਂ ਦੇ ਉੱਪਰ ਚੱਲਣ ਵਾਲਾ ਕਿਸੇ ਵੀ ਧੜੇ ਤੇ ਕਿਸੇ ਵੀ ਵੋਟ ਤੰਤਰੀ ਪ੍ਰਣਾਲੀ ਦੀ ਕਿਸੇ ਵੀ ਸੰਸਥਾ ਦੇ ਐਕਸਕਲੂਸਿਵ ਅਧਿਕਾਰ ਤੋਂ ਮੁਕਤ ਸਿਰਜਣ ਦੀ ਜ਼ਰੂਰਤ ਹੈਗੀ ਹੈ ਸੋ ਜੇ ਨਹੀਂ ਸਿਰਦੇ ਤਾਂ ਸਿਰਜਦੇ ਫਿਰ ਤਾਂ ਸਾਹਮਣੇ ਦੇਖ ਹੀ ਰਿਹਾ ਜਿੰਨੀ ਪਾਟੋ ਧਾੜ ਹੈ ਸੋ ਉਹ ਪਾਟੋ ਧਾੜ ਦੇ ਮਾਮਲੇ ਦੇ ਵਿੱਚ ਵੀ ਆਪਾਂ ਕੀਤਾ ਕਿ ਪ੍ਰੋਸੈਸ ਦੇ ਉੱਪਰ ਸਹਿਮਤੀ ਬਣੇ ਤਾਂ ਕਿ ਜੋ ਨਤੀਜੇ ਦਿਖ ਰਹੇ ਆ ਕਿ ਇਹਨਾਂ ਚੋਣਾਂ ਤੋਂ ਬਾਅਦ ਆ ਸਕਦੇ ਆ ਉਹਨਾਂ ਨੂੰ ਆਉਣ ਤੋਂ ਰੋਕਣ ਦਾ ਕੋਈ ਬੰਦ ਨੂੰ ਬੰਨਿਆ ਜਾ ਸਕੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਬਾਕੀ ਟੜੇ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਨੇ ਮਾਫੀ ਮੰਗੀ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਪੇਸ਼ ਹੋਣ ਨੂੰ ਕਿਹਾ ਗਿਆ ਅੱਛਾ ਜੇਕਰ ਸੁਖਬੀਰ ਸਿੰਘ ਬਾਦਲ ਪੇਸ਼ ਹੁੰਦੇ ਨੇ ਕਿ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਦੇ ਵਿੱਚ ਹੁਣ ਕੋਈ ਬਦਲਾਅ ਹੋਣ ਵਾਲਾ ਤੇ ਇੱਕ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟੜੇ ਨੇ ਯਾਨੀ ਹਰਪ੍ਰੀਤ ਸਿੰਘ ਅਤੇ ਅਮਰਪਾਲ ਸਿੰਘ ਉਹਨਾਂ ਦਾ ਨਾਮ ਲਿਆ ਵੀ ਅਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਹੈ ਉਹਨਾਂ ਨੂੰ ਨਾਲ ਲੈ ਕੇ ਕਿਹੜੀ ਅਗਵਾਈ ਹੈ ਜਿਹੜੀ ਉਹ ਕਰਨਾ ਚਾਹੁੰਦੇ ਆ ਕੀ ਇਸ ਤਰ੍ਹਾਂ ਦੀ ਕੋਈ ਸਹਿਮਤੀ ਬਣ ਸਕਦੀ ਹੈ ਜਿਸ ਤਰ੍ਹਾਂ ਦੀ ਕੋਈ ਸਹਿਮਤੀ ਬਣਦੀ ਹੈ ਧੋਖੇ ਵਿੱਚ ਦੇਖੋ 3-4 ਗੱਲਾਂ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਹੈਗੀਆਂ ਨੇ ਬਾਚਣ ਵਾਲੀਆਂ ਇਹ ਪਹਿਲੀ ਵਾਰ ਨਹੀਂ ਹੈਗਾ ਵੀ ਅਕਾਲੀ ਦਲ ਦੀ ਲੀਡਰ ਜਾਂ ਬਾਦਲ ਦਲ ਦੀ ਲੀਡਰਸ਼ਿਪ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਪਰ ਪਹੁੰਚ ਕੀਤੀ ਗਈ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੇ ਆਪਣੇ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਉੱਪਰ ਪਹੁੰਚ ਕਰਕੇ ਆਪਣੇ ਆਪ ਨੂੰ ਮਾਫ ਕਰਨ ਦਾ ਐਲਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰ ਦਿੱਤਾ ਸੀਗਾ ਬਿਲਕੁਲ ਨਾ ਆ ਜਿਹੜੀਆਂ ਹੁਣ ਹੋ ਕੇ ਹਟੀਆਂ ਨੇ ਲੋਕ ਸਭਾ ਚੋਣਾਂ ਇਹਨਾਂ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਜਾ ਕੇ ਖੁਦ ਨੂੰ ਮਾਫ ਕਰਨ ਦਾ ਆਪ ਹੀ ਐਲਾਨ ਕਰ ਦਿੱਤਾ ਸੀਗਾ ਸ਼ਾਇਦ ਆਪਣੀ ਲੋਕਾਂ ਦੀ ਅੱਜ ਕੱਲ ਜਿਹੜੀ ਯਾਦਦਾਸ਼ਤ ਆ ਉਹ ਬਹੁਤ ਥੋੜ ਚਿਰੀ ਹੋ ਗਈ ਆ ਤੁਸੀਂ ਜੇ ਪਿਛਲੀਆਂ ਅਖਬਾਰਾਂ ਜਾਂ ਦੇਖੋਗੇ ਉਹਦੇ ਵਿੱਚ ਪਤਾ ਲੱਗ ਜੂਗਾ ਇਹਨਾਂ ਨੇ ਆਪ ਜਾ ਕੇ ਉੱਥੇ ਪਛਤਾਪ ਸਮਾਗਮ ਦੇ ਨਾਂ ਦੇ ਉੱਪਰ ਆਪਣੇ ਆਪ ਨੂੰ ਆਪੇ ਮਾਫ ਕਰਨ ਦਾ ਐਲਾਨ ਕਰ ਦਿੱਤਾ ਸੀਗਾ ਜਿਹੜਾ ਹਿੱਸਾ ਹੁਣ ਗਿਆ ਆ ਉਹ ਵੀ ਉੱਥੇ ਜਾ ਕੇ ਸੁਖਬੀਰ ਬਾਦਲ ਦੇ ਖਿਲਾਫ ਇੱਕ ਚਾਰ ਪੰਨਿਆਂ ਦੀ ਚਿੱਠੀ ਦੇ ਕੇ ਜੋ ਇਹਨਾਂ ਦੇ ਆਪ ਦੇ ਸਾਂਝੇ ਮਫਾਦਾਂ ਦੇ ਵਾਸਤੇ ਇਹਨਾਂ ਦੀ ਲੀਡਰਸ਼ਿਪ ਕੁਰਾਹੇ ਤੇ ਚੱਲ ਰਹੀ ਸੀਗੀ ਜਿਹਦੇ ਨਾਲ ਇਹ ਸਦਾ ਸਹਿਮਤ ਰਹੇ ਆ ਉਹ ਸਾਰਾ ਦੋਸ਼ ਉਹਦੇ ਉੱਪਰ ਲਾ ਕੇ ਖੁਦ ਨੂੰ ਆਪਣੇ ਆਪ ਨੂੰ ਦੁੱਤੋਤੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿਹੜਾ ਯਤਨ ਹੈ ਜਿਹੜਾ ਇਹਨਾਂ ਹਿੱਸਿਆਂ ਨੇ ਨਹੀਂ ਕੀਤਾ ਬਾਦਲਾਂ ਦੇ ਉੱਪਰ ਜੇ ਇਹ ਲੱਗਦਾ ਕਿ ਭਾਜਪਾ ਦੇ ਨਾਲ ਚੱਲ ਕੇ ਸਿੱਖ ਮਫਾਦਾ ਨੂੰ ਤਲਾਂਜਲੀ ਦਿੰਦੇ ਰਹੇ ਕਿੰਨੇ ਹਿੱਸੇ ਤਾਂ ਇਹਨਾਂ ਦੇ ਵੱਲੋਂ ਆਪ ਦਾ ਵੱਖਰਾ ਧੜਾ ਬਣਾ ਕੇ ਤੇ ਭਾਜਪਾ ਦੇ ਨਾਲ ਗੱਠ ਜੋੜ ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਹੁਣ ਵੀ ਕਿੰਨੇ ਹਿੱਸੇ ਨੇ ਜਿਨ੍ਹਾਂ ਦੇ ਉੱਪਰ ਭਾਜਪਾ ਦੇ ਨਾਲ ਨੇੜਤਾ ਦੇ ਦੋਸ਼ ਉਸੇ ਤਰ੍ਹਾਂ ਹੀ ਲੱਗਦੇ ਆ ਜਿੱਦਾਂ ਬਾਦਲਾਂ ਦੀਪਾਜਪਾ ਦੇ ਨਾਲ ਨੇੜਤਾ ਸੀਗੀ ਸੋ ਫਰਕ ਕੋਈ ਨਹੀਂ ਹੈਗਾ ਵੱਖਰਤਾ ਸਿਰਫ ਇਸ ਗੱਲ ਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਇਸ ਅਗਵਾਈ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਮਫਾਦ ਪੂਰੇ ਨਹੀਂ ਹੋ ਸਕਦੇ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਚੇਤਾ ਕਿਉਂ ਆਇਆ ਉਸ ਤੋਂ ਪਹਿਲਾਂ ਇਸ ਕਰਕੇ ਨਹੀਂ ਆਇਆ ਕਿ ਲੱਗਦਾ ਸੀਗਾ ਕਿ ਸ਼ਾਇਦ ਹਾਲਾਤ ਜਿਹੜੇ ਆ ਉਹ ਬਦਲ ਜਾਣ ਸੋ ਅਮਰਿਤਪਾਲ ਸਿੰਘ ਉਹਨਾਂ ਦੀ ਹਮਾਇਤ ਕਰਨ ਦੀ ਗੱਲ ਆਪਾਂ ਜਦੋਂ ਪਿਛਲੀ ਵਾਰ ਪਰਚੋਲ ਸਿੱਖਿਆਸਥ ਦੇ ਉੱਪਰ ਅਸੀਂ ਸਾਂਝੀ ਕੀਤੀ ਸੀ ਉਹਦੇ 'ਚ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਵੀ ਸੁਖਬੀਰ ਬਾਦਲ ਦੇ ਉੱਪਰ ਅੰਦਰੂਨੀ ਤੌਰ ਦੇ ਉੱਪਰ ਕਾਫੀ ਦਬਾਅ ਸੀਗਾ ਕਿ ਅਮਰਤਪਾਲ ਸਿੰਘ ਹੁਣਾ ਦੀ ਚੋਣ ਦੇ ਵਿੱਚ ਹਮਾਇਤ ਦਾ ਐਲਾਨ ਕੀਤਾ ਉਹ ਤਾਂ ਹੁਣ ਉਹਨਾਂ ਲੀਡਰਾਂ ਦੇ ਵੱਲੋਂ ਗੱਲ ਸਾਹਮਣੇ ਆ ਚੁੱਕੀ ਹੈ ਤੇ ਉਹ ਆਪਣੀ ਲੀਡਰਸ਼ਿਪ ਨੂੰ ਚੈਲੰਜ ਮੰਨਦਿਆਂ ਹੋਏ ਆ ਉਹ ਨਹੀਂ ਕੀਤਾ ਸੋ ਬੁਨਿਆਦੀ ਗੱਲ ਦੇਖਣ ਵਾਲੀ ਇਹ ਹੈਗੀ ਹੁਣ ਵੀ ਜਿਹੜੀ ਇਹ ਸਾਰੇ ਹਿੱਸੇ ਦੇ ਵੱਲੋਂ ਅਮਰਤਪਾਲ ਸਿੰਘ ਹੁਣਾ ਦੇ ਇਹ ਕਹਿਣਾ ਜਾਂ ਪ੍ਰਧਾਨਗੀ ਵਾਲੀ ਗੱਲ ਕਰਨੀ ਜਾਂ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਮਿਲਣਾ ਇਹ ਸਾਰੇ ਹਿੱਸੇ ਦਾ ਵੀ ਆਪਣਾ ਇੱਕ ਕੈਰੇਕਟਰ ਹੈ ਸੋ ਇਹ ਨੇੜ ਤਾਂ ਹੋ ਸਕੂਗੀ ਨਹੀਂ ਹੋ ਸਕੂਗੀ ਕੌਣ ਉਹਦੇ ਵਿੱਚ ਕਿੰਨਾ ਰੋਲ ਪਲੇ ਕਰੂਗਾ ਇਹ ਤਾਂ ਅੱਗੇ ਭੂਖ ਦੇ ਵਿੱਚ ਦੇਖਣ ਵਾਲੀਆਂ ਗੱਲਾਂ ਨੇ ਪਰ ਇਹ ਕਹਿ ਦੇਣਾ ਕਿ ਇਹ ਆਪਣੇ ਆਪ ਦੇ ਵਿੱਚ ਸਾਫ਼ ਜਾਂ ਦੁੱਧ ੁੱਤੇ ਨੇ ਇਸ ਤਰ੍ਹਾਂ ਦੀ ਗੱਲ ਵੀ ਕੋਈ ਨਹੀਂ ਹੈਗੀ ਜਿਹੜੀ ਤੁਸੀਂ ਕਿਹਾ ਕਿ ਅਕਾਲ ਤਖਤ ਸਭ ਤੋਂ ਕੀ ਹੁੰਦਾ ਆ ਜਾਂ ਜੋ ਵੀ ਫੈਸਲਾ ਹੁੰਦਾ ਆ ਕੀ ਉਹਦੇ ਨਾਲ ਪ੍ਰਵਾਨਗੀ ਹੋਊਗੀ ਦੇਖੋ ਇੱਕ ਗੱਲ ਤਾਂ ਇਹ ਹੈਗੀ ਕਿ ਅਕਾਲ ਤਖਤ ਸਭ ਤੋਂ ਜੋ ਪੰਥਕ ਰਵਾਇਤ ਦੀ ਉੱਥੇ ਪਹਿਰੇਦਾਰੀ ਹੋਣੀ ਚਾਹੀਦੀ ਆ ਇਸ ਵਕਤ ਮੰਨਣਾ ਪਊਗਾ ਕਿ ਉਹ ਨਹੀਂ ਹੈਗੀ ਸੋ 2007 ਤੱਕ ਮਤਲਬ ਅਸੀਂ ਖੁਦ ਇਹ ਦੇਖਦੇ ਰਹੇ ਹਾਂ ਕਿ ਕਦੀ ਵੀ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਜਥੇਦਾਰ ਸਹਿਬਾਨ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਹੀ ਕੋਈ ਫੈਸਲਾ ਲੈ ਕੇ ਐਲਾਨ ਕਰ ਦਿੱਤਾ ਜਾਵੇ ਸੌਦਾ ਸਾਧ ਤੋਂ ਬਾਅਦ ਵੀ ਚਾਹੇ ਉਹ ਦਮਦਮਾ ਸਾਹਿਬ ਜਿਹੜੀ ਪੰਜ ਸਿੰਘ ਸਹਿਬਾਨ ਦੀ ਕਤਰਤਾ ਸੀਗੀ ਉਹਦੇ ਵਿੱਚ ਵੀ ਮੈਂ ਖੁਦ ਆਪ ਹਾਜ਼ਰ ਸੀਗਾ ਬਹੁਤ ਅੱਜ ਜਿਹੜੇ ਪੰਜਾਬ ਦੇ ਵਿੱਚ ਸਰਗਰਮ ਹਿੱਸੇ ਹੈਗੇ ਆ ਜਿਹੜੇ ਉਸ ਵੇਲੇ ਕਿਸੇ ਨਾ ਕਿਸੇ ਸੰਸਥਾ ਦੇ ਵਿੱਚ ਸੀਗੇ ਉਨ੍ਹਾਂ ਦੇ ਵਿੱਚੋਂ ਬਹੁਤਿਆਂ ਨੇ ਉੱਥੇ ਸ਼ਮੂਲੀਅਤ ਕੀਤੀ ਸੀਗੀ ਉਸ ਇਕਤਰਤਾ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਲਟੀਮੇਟਮ ਦਿੱਤਾ ਗਿਆ ਸੀ 3 ਦਿਨਾਂ ਦਾ ਉਸ ਤੋਂ ਬਾਅਦ ਚ ਅਕਾਲ ਤਖਸਾਲ ਦੇ ਸਿਕਤਰੇਤ ਦੇ ਉੱਪਰ ਵੀ ਮੀਟਿੰਗ ਹੋਈ ਸੀਗੀ ਉਦੋਂ ਗਿਆਨੀ ਜੋਗਿੰਦਰ ਸਿੰਘ ਵਿਦਵਾਨਤੀ ਹੁੰਦੇ ਸੀ ਉਦੋਂ ਤੱਕ ਘੱਟੋ-ਘੱਟ ਇੰਨਾ ਕੰਮਲ ਜ਼ਰੂਰ ਬਚਿਆ ਹੋਇਆ ਸੀਗਾ ਕਿ ਉਹ رائے ਸਾਰਿਆਂ ਦੀ ਲੈਂਦੇ ਸੀਗੇ رائے ਸਾਰਿਆਂ ਦੀ ਲੈਂਦੇ ਸੀਗੇ ਉਸ ਉਹ ਜਿਹੜੀ ਅਕਾਲ ਤਖਸਾਲ ਸਿਕਤਰੇਤ ਤੇ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਮੈਂ ਖੁਦ ਸ਼ਾਮਲ ਸੀਗਾ ਹੋਰ ਬਹੁਤ ਸਾਰੀਆਂ ਸ਼ਕਤੀ ਤਾਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਆ ਸਿੱਖ ਸੰਪਰਦਾਵਾਂ ਦੇ ਨੁਮਾਇੰਦੇ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਸਾਰੇ ਸੀ ਔਰ ਉਹਨਾਂ ਨੇ ਸਾਰਿਆਂ ਦੀ ਰਾਏ ਜਿਹੜੀ ਆ ਉਹ ਸੁਣੀ ਸੀਗੀ ਔਰ ਉਹਦੇ ਮੁਤਾਬਕ ਇੱਕ ਕੋਈ ਫੈਸਲਾ ਬਣਾ ਕੇ ਦੇਣ ਦਾ ਯਤਨ ਕੀਤਾ ਸੀਗਾ ਸੋ ਕੀ ਕਟੋ ਘਟ 2007 ਵਾਲੀ ਸਥਿਤੀ ਦੇ ਵਿੱਚ ਇਸ ਗੱਲ ਦਾ ਫੈਸਲਾ ਲੈਣ ਦੇ ਲਈ ਜਥੇਦਾਰ ਜਾਣਗੇ ਕੋਈ ਸਾਂਝੀ ਰਾਏ ਸ਼ੁਮਾਰੀ ਹੋਊਗੀ ਜੇ ਨਹੀਂ ਹੁੰਦੀ ਤੇ ਫਿਰ ਕੋਈ ਵੀ ਫੈਸਲਾ ਜਿਹੜਾ ਆ ਉਹ ਹੁਣ ਦੇ ਸਿਆਸੀ ਮਫਾਦਿਆਂ ਤੋਂ ਪ੍ਰਭਾਵਿਤ ਹੋ ਕੇ ਸੁਖਬੀਰ ਬਾਦਲ ਦੇ ਹੱਕ ਜਾਂ ਵਿਰੋਧ ਦੇ ਵਿੱਚ ਆਇਆ ਹੋ ਸਕਦਾ ਆ ਠੀਕ ਆ ਪਰ ਉੱਥੇ ਆਪਾਂ ਕਹੀਏ ਵੀ ਪੰਥਕ ਕਰਵਾਏ ਦੀ ਪਹਿਰੇਦਾਰੀ ਵਾਲ ਨੂੰ ਕੋਈ ਗੱਲਬਾਤ ਰਹੀ ਹੋਵੇ ਉਹ ਨਹੀਂ ਹੈਗੀ ਇੱਕ ਗੱਲ ਇਹ ਵੀ ਹੈਗੀ ਕਿ ਜਿੰਨੀਆਂ ਇਹ ਧਿਰਾਂ ਲੜ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਾਂ ਉਹਦੇ ਵਾਸਤੇ ਮਸ਼ਕਾਂ ਕਸ ਰਹੇ ਆ ਤਿਆਰੀ ਕਰ ਰਹੇ ਆ ਕਿਸੇ ਦੇ ਵੱਲੋਂ ਵੀ ਇਹ ਨਹੀਂ ਕਿਹਾ ਗਿਆ ਕਿ ਉਹ ਅਕਾਲ ਤਖਤ ਸਾਹਿਬ ਦੇ ਨਿظام ਨੂੰ ਪੰਥਕ ਲੀਹਾਂ ਦੇ ਉੱਪਰ ਮੋੜੋ ਸਾਰਨ ਦੇ ਵਾਸਤੇ ਕਿਸੇ ਵੀ ਵੋਟ ਤੰਤਰੀ ਢਾਂਚੇ ਦੀ ਸੰਸਥਾ ਸ਼੍ਰੋਮਣੀ ਕਮੇਟੀ ਸਮੇਤ ਉਹਦੇ ਸਿੱਧੇ ਪ੍ਰਭਾਵ ਤੋਂ ਮੁਕਤ ਕਰਨਗੇ ਕਿਸੇ ਦੇ ਵੱਲੋਂ ਇਹ ਗੱਲ ਨਹੀਂ ਕੀਤੀ ਗਈ ਹਾਲਾਂਕਿ ਸਾਰੇ ਇਹ ਗੱਲ ਕਹਿੰਦੇ ਰਹੇ ਆ ਕਿ ਮਤਲਬ ਬਾਦਲ ਸ਼੍ਰੋਮਣੀ ਕਮੇਟੀ ਦੇ ਰਾਹੀਂ ਲਾਏ ਹੋਏ ਜਥੇਦਾਰਾਂ ਦੇ ਰਾਹੀਂ ਅਕਾਲ ਤਖਤ ਦੀ ਦੁਰਵਰਤੋਂ ਕਰਦਾ ਆ ਜਿੰਨੀ ਦੇਰ ਤੱਕ ਕੋਈ ਵੀ ਵੋਟਾਂ ਵਾਲੀ ਧਿਰ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਪੁਰਾਣੇ ਹੋਣ ਚਾਹੇ ਜਿਹੜੇ ਨਵੇਂ ਉਹਨਾਂ ਦੀ ਥਾਂ ਤੇ ਆਣਾ ਚਾਹੁੰਦੇ ਆ ਉਹ ਹੋਣ ਜਿੰਨੀ ਦੇਰ ਤੱਕ ਉਹਨਾਂ ਦਾ ਹੀ ਕੰਟਰੋਲ ਰਹਿਣਾ ਹੈ ਉਨੀ ਦੇਰ ਤੱਕ ਪੰਥਕ ਲੀਹਾਂ ਦੇ ਅਨੁਸਾਰ ਜਿਹੜੀ ਨੁਮਾਇੰਦਗੀ ਆ ਉਹ ਕਾਲ ਤੱਕ ਸਭ ਤੋਂ ਪੰਥਕ ਭਾਵਨਾਵਾਂ ਦੀ ਨਹੀਂ ਹੋਣੀ ਇਹ ਗੱਲ ਸਾਨੂੰ ਮੰਨ ਨਹੀਂ ਪੈਣੀ ਬੰਦੇ ਬਦਲਣ ਦੇ ਨਾਲ ਫਰਕ ਨਹੀਂ ਪੈਂਦਾ ਹੁੰਦਾ ਉਹ ਬੰਦੇ ਜੇਕਰ ਆਪਣਾ ਪ੍ਰਬੰਧ ਬਦਲਣ ਵੱਲ ਨੂੰ ਆਉਣ ਇਸ ਗੱਲ ਦੇ ਨਾਲ ਫਰਕ ਪੈਂਦਾ ਆ ਸੋ ਇਹ ਵੀ ਇੱਕ ਪਰਖ ਦਾ ਵਿਸ਼ਾ ਹੋਊਗਾ ਕਿ ਜਿੰਨੇ ਵੀ ਇਹ ਪੁਰਾਣੇ ਹਿੱਸੇ ਨੇ ਤੇ ਜਿੰਨੇ ਵੀ ਨਵੇਂ ਹਿੱਸੇ ਨੇ ਕੀ ਇਹ ਇਸ ਗੱਲ ਦਾ ਐਲਾਨ ਕਰਦੇ ਆ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਸਾਡੇ ਕੋਲ ਆਈ ਤਾਂ ਅਕਾਲ ਤਖਤ ਸਾਹਿਬ ਦਾ ਨਿظام ਪੰਥਕ ਲੀਹਾਂ ਦੇ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਤਰ੍ਹਾਂ ਦੇ ਕੰਟਰੋਲ ਤੋਂ ਮੁਕਤ ਕੀਤਾ ਜਾਊਗਾ ਇਹ ਗੱਲ ਅੱਜ ਇਸ ਕਰਕੇ ਵੀ ਮਹੱਤਵਪੂਰਨ ਹੈਗੀ ਕਿ ਸਿੱਖ ਇਕੱਲੇ ਪੰਜਾਬ 'ਚ ਨਹੀਂ ਹੈਗੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਸਿੱਖੀ ਚੁਣਦੇ ਆ ਤੇ ਦੂਜੀ ਗੱਲ ਕਿ ਇਹ ਵੋਟ ਤੰਤਰੀ ਢਾਂਚੇ ਦੇ ਤਹਿਤ ਇੱਕ ਕਾਨੂੰਨ ਦੇ ਤਹਿਤ ਬਣੀ ਹੋਈ ਸੰਸਥਾ ਆ ਔਰ ਇਹਦਾ ਕੋਈ ਪਾਰਲੀਮੈਂਟ ਦਾ ਦਰਜਾ ਨਹੀਂ ਹੈਗਾ ਇਹ ਬਿਲਕੁਲ ਧਾਰਨਾਵਾਂ ਨੇ ਪ੍ਰਚਲਿਤ ਬਹੁਤ ਨਹੀਂ ਇਸ ਗੱਲ ਤੋਂ ਕਈ ਸੱਜਣਾ ਨੇ ਤਲਖੀ ਵੀ ਪ੍ਰਗਟ ਕਰਨੀ ਹੈ ਪਰ ਇੱਕ ਪਾਰਲੀਮੈਂਟ ਦੇ ਫੰਕਸ਼ਨ ਦੇਖ ਲੋ ਤੇ ਇੱਕ ਮੈਨੇਜਮੈਂਟ ਕਮੇਟੀ ਦੇ ਫੰਕਸ਼ਨ ਦੇਖ ਲਓ ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ ਕਈ ਗੱਲਾਂ ਅਸੀਂ ਆਪਣੀ ਸਹੂਲਤ ਦੇ ਮੁਤਾਬਕ ਧਾਰਨਾਵਾਂ ਪ੍ਰਚਲਿਤ ਕਰ ਲਈਆਂ ਨੇ ਇਹਦੇ ਕੋਲ ਕੋਈ ਲੈਜਿਸਲੇਟਿਵ ਪਾਵਰ ਜਾਂ ਉਸ ਤਰ੍ਹਾਂ ਦਾ ਜਿਹੜੇ ਵਿਧਿਵਿਧਾਨ ਹੁੰਦੇ ਆ ਜਾਂ 19 ਸੋਵਰੈਨਿਟੀ ਜਾਂ 19 ਅਥਾਰਟੀ ਜਿਹੜੀ ਹੈ ਜਿਹੜੀ ਕਿ ਇੱਕ ਹੋਣੀ ਚਾਹੀਦੀ ਆ ਉਹ ਨਹੀਂ ਹੈਗੀ ਔਰ ਦੂਸਰੀ ਗੱਲ ਇਹ ਕਹਿਣਾ ਕਿ ਇਹ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ ਕਿਸੇ ਇੱਕ ਦੁਨਿਆਵੀ ਤਾਕਤ ਦੇ ਕਾਨੂੰਨ ਦੇ ਤਹਿਤ ਚੁਣੀ ਜਾਣ ਵਾਲੀ ਸੰਸਥਾ ਖਾਲਸਾ ਪੰਥ ਦੀ ਨੁਮਾਇੰਦਗੀ ਨਹੀਂ ਹੈਗੀ ਹਾਂ ਖਾਲਸਾ ਪੰਥ ਦੀ ਸੇਵਾ ਦੇ ਵਿੱਚ ਸਰਗਰਮ ਹੋ ਸਕਦੀ ਹੈ ਉਹ ਹੋਣਾ ਇੱਕ علیحدਦਾ ਗੱਲ ਹੈ ਖਾਲਸਾ ਪੰਥ ਦੀ ਨੁਮਾਇੰਦਗੀ ਦੀ ਸੰਸਥਾ ਜਿਹੜੀ ਆ ਨਹੀਂ ਹੈਗੀ ਇਹ ਗੱਲਾਂ ਆਪਾਂ ਨੂੰ ਇਹਨਾਂ ਨੂੰ ਵਿਚਾਰ ਕੇ ਇਹਨਾਂ ਗੱਲਾਂ ਦੇ ਉੱਪਰ ਸਹਿਮਤੀ ਕਰਨੀ ਪੈਣੀ ਹੈ ਕਿਉਂਕਿ ਇਹੀ ਦੋ ਗੱਲਾਂ ਦਾ ਹਵਾਲਾ ਦੇ ਕੇ ਅੱਜ ਤੱਕ ਬਾਦਲ ਦਲ ਆਪਣੇ ਆਪ ਨੂੰ ਸਥਾਪਿਤ ਰੱਖਦਾ ਆ ਰਿਹਾ ਸਿੱਖ ਸਿੱਖ ਸਾਈਕੀ ਦੇ ਵਿੱਚ ਤੇ ਜੋ ਇੰਡੀਆ ਦੀ ਮੁਖ ਧਾਰਾ ਜਾਂ ਜੋ ਦੁਨੀਆ ਦੇ ਨਾਲ ਪਰਚਨ ਹੈਗਾ ਆ ਉਹਦੇ ਵਿੱਚ ਇਹਨਾਂ ਗੱਲਾਂ ਦਾ ਹਵਾਲਾ ਹੀ ਦਿੰਦੇ ਰਹੇ ਆ ਸੋ ਇਹ ਆਪਣੀ ਸਹੂਲਤ ਦੇ ਵਾਸਤੇ ਜਿਹੜੀਆਂ ਘੜੀਆਂ ਹੋਈਆਂ ਧਾਰਨਾਵਾਂ ਨੇ ਇਹਨਾਂ ਦੇ ਬਾਰੇ ਚ ਸਾਨੂੰ ਮੁੜ ਵਿਚਾਰ ਕਰਨਾ ਪੈਣਾ ਤੇ ਮੈਂ ਦੁਹਰਾਓ ਦੀ ਕੀਮਤ ਇਹ ਗੱਲ ਕਹਿਣੀ ਚਾਹੁੰਦਾ ਕਿ ਨਵੇਂ ਆ ਪ੍ਰਾਣਿਆਂ ਸਾਰਿਆਂ ਦੀ ਅਸਲ ਪਰ ਕੇ ਇਸ ਗੱਲ ਦੇ ਉੱਪਰ ਹੈ ਕਿ ਕੀ ਉਹ ਕਾਲ ਤਗਤ ਸਾਹਿਬ ਦੇ ਪ੍ਰਬੰਧ ਨੂੰ ਖੋਦ ਮੁਖਤਿਆਰ ਤੇ ਪੰਥਕ ਲੀਹਾਂ ਦੇ ਉੱਪਰ ਸਿਰਜਣ ਦੇ ਲਈ ਪਹਿਲ ਕਦਮੀ ਕਰਨਗੇ ਜਾਂ ਨਹੀਂ ਕਰੇ ਮੇਰਾ ਇੱਕ ਆਖਰੀ ਸਵਾਲ ਹੈ ਗੱਲਬਾਤ ਨੂੰ ਸਮੇਟਣ ਵਾਲੇ ਪਾਸੇ ਜਾਵਾਂਗੇ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਅੱਜ ਦੇ ਹਾਲਾਤਾਂ ਦੇ ਵਿੱਚ ਹਰ ਪੰਥਕ ਧਿਰ ਜਾਂ ਪੰਥਕ ਚਿਹਰਾ ਕੋਈ ਵੀ ਹੱਲ ਹੈ ਉਹਨੂੰ ਵੋਟਾਂ ਦੇ ਨਜ਼ਰੀਏ ਨਾਲ ਦੇਖ ਰਿਹਾ ਹੈ ਕਿ ਚੋਣਾ ਲੜ ਲਈਆਂ ਜਾਂ ਚਾਹੇ ਪੰਜਾਬ ਵਿਧਾਨ ਸਭਾ ਦੀਆਂ ਚਾਹੇ ਭਾਰਤੀ ਪਾਰਲੀਮੈਂਟ ਦੀਆਂ ਚਾਹੇ ਸ਼ਰੂਨ ਨੇ ਕਮੇਟੀ ਦੀਆਂ ਜਿਸ ਤਰ੍ਹਾਂ ਦਾ ਇਹ ਮਾਹੌਲ ਚੱਲ ਰਿਹਾ ਜਿੰਨੀ ਉਥਲ ਪੁਥਲ ਹੈ ਤੇ ਜਿੰਨੀ ਬੇਬੇਸ਼ਵਾਸੀ ਦਾ ਦੌਰ ਚੱਲ ਰਿਹਾ ਹੈ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਇਸੇ ਦੌਰ ਦੇ ਵਿੱਚ ਤਾਂ ਸੰਭਾਵਨਾਵਾਂ ਕੀ ਨੇ ਕਿ ਕਿਸ ਤਰ੍ਹਾਂ ਦਾ ਮਾਹੌਲ ਉਸਰੇਗਾ ਕਿਸ ਤਰ੍ਹਾਂ ਦੇ ਬੰਦੇ ਸਾਹਮਣੇ ਆਉਣਗੇ ਦੇਖੋ ਇਹਦੇ ਸਬੰਧ ਵਿੱਚ ਆਪਾਂ ਪਹਿਲਾਂ ਹੀ ਇਹ ਇੱਕ ਨੁਕਤਾ ਜਿਹੜਾ ਆ ਉਹ ਵਿਚਾਰਿਆ ਆ ਉਹਨੂੰ ਆਪਾਂ ਦੁਹਰਾ ਸਕਦੇ ਆ ਕਿ ਜਿਸ ਤਰ੍ਹਾਂ ਦੇ ਹੁਣ ਹਾਲਾਤ ਹੈਗੇ ਜੇਕਰ ਕਿਸੇ ਵੀ ਸਾਂਝੇ ਪੰਥਕ ਅਮਲ ਦੇ ਉੱਪਰ ਸਹਿਮਤੀ ਨਹੀਂ ਬਣਦੀ ਤਾਂ ਵੱਖੋ-ਵੱਖਰੀਆਂ ਧਿਰਾਂ ਦੇ ਵੱਲੋਂ ਵੱਖੋ-ਵੱਖਰੇ ਉਮੀਦਵਾਰ ਆਉਣ ਦੀ ਹੀ ਸੰਭਾਵਨਾ ਆ ਤੇ ਸਟੇਟ ਵੀ ਇਹ ਕੋਸ਼ਿਸ਼ ਕਰੂਗੀ ਕਿ ਕੋਈ ਵੀ ਇੱਕ ਧਿਰ ਆਪਣਾ ਐਕਸਕਲੂਸਿਵ ਪ੍ਰਭਾਵਨਾ ਸਿਰਜ ਸਕੇ ਬਲਕਿ ਚਾਰ ਪੰਜ ਧਿਰਾਂ ਘਟੂ ਘਾ ਟੇਸ ਤਰ੍ਹਾਂ ਦੀਆਂ ਹੋਣ ਮਤਲਬ ਚਾਰਕ ਤਾਂ ਗੱਠ ਜੋੜ ਹੀ ਬੰਦੇ ਨਜ਼ਰ ਆ ਰਹੇ ਆ ਆਪਣੇ ਕੋਲ ਹੁਣ ਸਮਾਂ ਨਹੀਂ ਤਾਂ ਉਹਦੇ ਵਿਸਤਾਰ ਚ ਨਹੀਂ ਜਾ ਸਕਦੇ ਸੋ ਚਾਰਕ ਤਾਂ ਗੱਠ ਜੋੜ ਹੀ ਬੰਦੇ ਨਜ਼ਰ ਆ ਰਹੇ ਆ ਸੋ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਉਹਦੇ ਨਾਲ ਜ਼ਾਹਰ ਜੀ ਗੱਲ ਆ ਦਿੱਲੀ ਕਮੇਟੀ ਵਰਗੇ ਜਿਹੜੇ ਹਾਲਾਤ ਆ ਉਹ ਨਤੀਜਿਆਂ ਚ ਰਿਪੀਟ ਹੋ ਸਕਦੇ ਆ ਸੋ ਜੇ ਉਹ ਦੁਹਰਾਏ ਜਾਂਦੇ ਆ ਤਾਂ ਦਿੱਲੀ ਕਮੇਟੀ ਦੇ ਨਾਲ ਉਹ ਨਤੀਜਾ ਜਿਹੜਾ ਆ ਉਵਖਰਾ ਨਹੀਂ ਹੋਣਾ ਤੇ ਜੇ ਉਸੇ ਤਰੀਕੇ ਦੇ ਨਾਲ ਹੀ ਭਾਜਪਾ ਆਪਣਾ ਪ੍ਰਭਾਵ ਸਿਰਜਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਫਿਰ ਤਕਤ ਸਹਿਬਾਨ ਦਾ ਪ੍ਰਬੰਧ ਜਿਹੜਾ ਆ ਉਹ ਸਿੱਧੇ ਤੌਰ ਦੇ ਉੱਪਰ ਇਸ ਵਿਪਰਵਾਦੀ ਧਿਰ ਦੇ ਕੋਲ ਜਾਣ ਤੋਂ ਮਤਲਬ ਜਾਂਦਾ ਨਜ਼ਰ ਆ ਰਿਹਾ ਆ ਸੋ ਉਹਨੂੰ ਰੋਕਣ ਦਾ ਤਰੀਕਾ ਕਰਹੀ ਹੀ ਹੈਗਾ ਕਿ ਜਿੰਨੇ ਨਵੇਂ ਪੁਰਾਣੇ ਹੈਗੇ ਆ ਘੱਟੋ ਘਾਟ ਹੀ ਇਸ ਗੱਲ ਦੇ ਉੱਪਰ ਸਹਿਮਤੀ ਪ੍ਰਗਟਾਉਣ ਕਿ ਇਹ ਅਕਾਲ ਤਖਤ ਸਾਹਿਬ ਦਾ ਖੁਦ ਮੁਖਤਿਆਰ ਨਿظام ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤੋਂ ਵੀ ਮੁਕਤ ਜਿਹੜਾ ਆ ਉਹ ਸਿਰਜਣ ਦੇ ਵਾਸਤੇ ਮਤਲਬ ਉਹਦੇ ਲਈ ਵਚਨਬੱਧਤਾ ਪ੍ਰਗਟਾਉਣ ਤੇ ਸਾਂਝੇ ਪੰਥਕ ਅਮਲ ਉਮੀਦਵਾਰਾਂ ਨੂੰ ਉਭਾਰਨ ਦੇ ਵਾਸਤੇ ਜਿਹੜੇ ਸੰਗਤੀ ਤੌਰ ਦੇ ਉੱਪਰ ਪੰਥਕ ਵਿਧਿ ਵਿਵਧਾਨ ਦੇ ਰਾਹੀਂ ਚੁਣ ਕੇ ਉਮੀਦਵਾਰ ਆਏ ਹੋਣ ਉਹਨਾਂ ਨੂੰ ਆਪਣਾ ਉਮੀਦਵਾਰ ਮੰਨਣ ਦੇ ਉੱਪਰ ਸਹਿਮਤੀ ਹੋਵੇ ਤਾਂ ਇਹ ਨਤੀਜੇ ਜਿਹੜੇ ਆ ਉਹ ਬਦਲੇ ਜਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਸਾਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਮੇਂ ਦੇ ਬਾਰੇ ਗੱਲਬਾਤ ਕੀਤੀ ਹੈ ਮੌਜੂਦਾ ਸਮੇਂ ਦੇ ਵਿੱਚ ਚੱਲ ਰਹੇ ਸਮੀਕਰਨਾਂ ਦੀ ਪਰਚੋਲ ਕੀਤੀ ਹੈ ਭਾਈ ਪਰਮਜੀਤ ਸਿੰਘ ਆਜੀ ਹੁਰਾ ਨੇ ਸਾਨੂੰ ਮੌਜੂਦਾ ਸਮੇਂ ਦੀਆਂ ਪ੍ਰਸਥਿਤੀਆਂ ਤੋਂ ਜਾਣੂ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਣਦੇ ਅਸਾਰ ਨਜ਼ਰ ਆ ਰਹੇ ਨੇ ਤਾਂ ਤੁਸੀਂ ਜੁੜੇ ਰਹੋ ਸਾਡੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਨਾਲ ਪਿਆਰ ਮੈਗਰੇਗਰ ਲਿਖਦਾ ਹੈ ਕਿ ਮਹਾਰਾਜਾ ਆਪਣੀ ਪਰਜਾ ਨਾਲ ਬੜੇ ਪਿਆਰ ਨਾਲ ਵਰਤਦਾ ਸੀ ਉਹ ਅਕਸਰ ਤਰਸ ਤੇ ਖੇਮਾ ਤੋਂ ਹੀ ਕੰਮ ਲੈਂਦਾ ਸੀ ਚੰਗੇ ਵਰਤਾਵ ਤੇ ਰਹਿਮਦਿਲੀ ਵਿੱਚ ਉਹ ਨਿਰਸੰਦੇ ਇਸ ਮੁਲਕ ਵਿੱਚ ਹੋਗੁਦਲੇ ਸਾਰਿਆਂ ਬਾਦਸ਼ਾਹਾਂ ਵਿੱਚੋਂ ਮੋਹਰੀ ਸੀ ਉਹ ਬਿਨਾਂ ਕਿਸੇ ਭਾਰੀ ਸੰਗੀਨ ਅਪਰਾਧ ਦੇ ਕਿਸੇ ਨੂੰ ਸਖਤ ਸਜ਼ਾ ਨਹੀਂ ਸੀ ਦਿੰਦਾ ਨਾ ਹੀ ਕਿਸੇ ਦੀ ਜਾਨ ਨਹਾ ਗਵਾਉਂਦਾ ਤੇ ਨਾ ਹੀ ਕਿਸੇ ਨੂੰ ਅੰਗਹੀਨ ਕਰਵਾਉਂਦਾ ਇਸ ਦੇ ਅਗੇ ਮੁਹੰਮਦ ਲਤੀਫ ਲਿਖਦਾ ਹੈ ਕਿ ਇਸ ਗੱਲ ਵਿੱਚ ਵੀ ਅਸੀਂ ਮੈਗਰੇਗਰ ਨਾਲ ਸਮਤੀ ਰੱਖਦੇ ਹਾਂ ਕਿ ਕਿਸੇ ਵੀ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕਲੜਾਈ ਬਰਿਆਈ ਤੇ ਜ਼ੁਲਮ ਦੀ ਕੋਈ ਨਜ਼ੀਰ ਨਹੀਂ ਪੜੀ ਅਸਾਂ ਕਦੀ ਨਹੀਂ ਸੁਣਿਆ ਕਿ ਉਸ ਨੇ ਕਿਸੇ ਦੀਆਂ ਅੱਖਾਂ ਕਢਵਾ ਸੋਟੀਆਂ ਹੋਣ ਜਾਂ ਕਿਸੇ ਦੇ ਅੰਗ ਭੰਗ ਕੀਤੇ ਹੋਣ ਜਾਂ ਕਿਸੇ ਨੂੰ ਤਸੀਹੇ ਦੇ ਕੇ ਹੱਤਿਆ ਕੀਤੀ ਹੋਵੇ ਕਈ ਵਾਰੀ ਏਸ ਦੇ ਬੈਰੀ ਵੀ ਜਦ ਏਸ ਦੇ ਸਾਹਮਣੇ ਪੇਸ਼ ਹੁੰਦੇ ਤਾਂ ਇਹ ਬਧੇਰੇ ਮਾਫੀ ਤੋਂ ਹੀ ਕੰਮ ਲੈਂਦਾ ਸੀ ਸੁਲਤਾਨ ਖਾਨ ਵਾਲੀਏ ਤੇ ਬਰਦੀਆਂ ਸ਼ਰਾਰਤਾਂ ਦੀਆਂ ਖਬਰਾਂ ਮਹਾਰਾਜੇ ਨੂੰ ਆਮ ਪਹੁੰਚਦੀਆਂ ਸਨ ਕਿ ਉਹ ਕਸ਼ਮੀਰ ਦੇ ਇਲਾਕੇ ਵਿੱਚ ਖਰੂਦ ਮਚਾਉਂਦਾ ਰਹਿੰਦਾ ਜਦ ਇਹ ਪਹਿਲੀ ਵਾਰੀ ਪਕੜਿਆ ਹੋਇਆ ਆਇਆ ਤੇ ਮਹਾਰਾਜੇ ਦੇ ਪੇਸ਼ ਕੀਤਾ ਗਿਆ ਤਾਂ ਆਮ ਲੋਕਾਂ ਦਾ ਖਿਆਲ ਸੀ ਕਿ ਇਸ ਨੂੰ ਤੋਪ ਅੱਗੇ ਉਡਾਇਆ ਜਾਏਗਾ ਪਰ ਇਹ ਵੇਖ ਕੇ ਲੋਕਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਮਹਾਰਾਜੇ ਨੇ ਉਸਦੇ ਪੈਰਾਂ ਤੋਂ ਬੇੜੀਆਂ ਕੱਟ ਸੁਟਣ ਦਾ ਹੁਕਮ ਦਿੱਤਾ ਇਹ ਜਦ ਮਹਾਰਾਜੇ ਦੇ ਸਾਹਮਣੇ ਆਪਣੇ ਕੀਤੇ ਤੇ ਪਛਤਾਇਆ ਤੇ ਹਜੂਰ ਜੀ ਨੇ ਉਸ ਨੂੰ ਉਸੇ ਵੇਲੇ ਬਖਸ਼ ਦਿੱਤਾ ਇਸ ਤਰ੍ਹਾਂ ਦੀਆਂ ਅਣਗਿਣਤ ਨਜ਼ੀਰਾਂ ਮੌਜੂਦ ਨੇ ਗੱਲ ਕੀ ਮਹਾਰਾਜਾ ਕਰੜਾਈ ਦੀ ਥਾਂ ਬਖਸ਼ਿਸ਼ ਦੇ ਭਾਰ ਹੇਠ ਦੋਸ਼ੀਆਂ ਨੂੰ ਇਹਨਾਂ ਦੱਬ ਦਿੰਦਾ ਸੀ ਜਿਸ ਦੇ ਅਸਰ ਨਾਲ ਅਪਰਾਧੀ ਸੁੱਤੇ ਸਿੱਧੇ ਹੀ ਅੱਗੇ ਨੂੰ ਸੁਧਰ ਜਾਂਦੇ ਸਨ ਮਿਸਟਰ ਐਚ.ਈ. ਫੇਨ ਸਰ ਹੈਨਰੀ ਫੇਨ ਕਮਾਂਡਰ ਇਨ ਚੀਫ ਦਾ ਪ੍ਰਾਈਵੇਟ ਸਖਤਰ ਸੀ। ਇਸ ਨੇ ਕਵਰ ਨੌਨਿਹਾਲ ਸਿੰਘ ਦੇ ਵਿਆਹ ਉੱਤੇ ਲਾਹੌਰ ਆ ਕੇ ਮਹਾਰਾਜੇ ਦੀ ਆਪਣੀ ਪਰਜਾਂ ਨਾਲ ਵਰਤਾਵ ਆਪਣੇ ਅੱਖੀਂ ਵੇਖ ਜੋ ਕੁਝ ਲਿਖਿਆ ਸੀ ਉਹ ਇਸ ਤਰ੍ਹਾਂ ਸੀ। ਰਣਜੀਤ ਸਿੰਘ ਨੂੰ ਉਸ ਦੀ ਪਰਜਾਂ ਬੜਾ ਖੁੱਲੇ ਦਿਲਾਂ ਬਾਦਸ਼ਾਹ ਮੰਨੀ ਹੈ। ਅਤੇ ਸਾਰੇ ਹੋ ਗੁਜ਼ਰੇ ਹਿੰਦੁਸਤਾਨ ਦੇ ਬਾਦਸ਼ਾਹਾਂ ਵਿੱਚੋਂ ਉਸ ਨੂੰ ਬਧੇਰੇ ਪਿਆਰ ਦੀ ਤੇ ਬਹੁਤ ਹੀ ਚੰਗਾ ਹੁਕਮਰਾਨ ਜਾਣਦੀ ਹੈ ਇਸ ਗੱਲ ਦਾ ਬਥੇਰਾ ਸਬੂਤ ਮੌਜੂਦ ਹੈ ਕਿ ਉਹ ਚੰਗਾ ਤੇ ਹਰਮਨ ਪਿਆਰਾ ਹੁਕਮਰਾਨ ਹੈ ਉਸ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਸਨ ਸਗੋਂ ਨਿੱਕੇ ਨਿੱਕੇ ਮੁੰਡੇ ਵੀ ਦਿਲੋਂ ਆਪਣਾ ਕਿਰਪਾਲੂ ਬਾਦਸ਼ਾਹ ਜਾਣਦੇ ਸਨ